ਮੇਰੀ ਕਈ ਵਾਰੀ ਬੇਇੱਜ਼ਤੀ ਕੀਤੀ ਲੋਕਾਂ ਨੇ। ਮੈਂ ਕਿਹਾ ਮਿੱਤਲ ਸਾਹਿਬ ਥੈਂਕ ਯੂ ਮਾਂ, ਤੇਰੀ ਮਾਂ ਉਹਨੇ ਗਾਲਾਂ ਜੋ ਕੱਢੀਆਂ, ਨਿਕਾਲੋ ਇਨਕੋ ਸੈੱਟ ਸੇ, ਇਹ ਰੋਲ ਨਹੀਂ ਕਰ ਰਿਹਾ, ਦੂਸਰਾ ਆਦਮੀ ਢੂੰਡੋ, ਗੈਟ ਆਊਟ। ਯਾਰ ਪੂਰੀ ਫਿਲਮ ਦਾ ਫਾਈਨਲ ਪ੍ਰਿੰਟ ਨਿਕਲਿਆ, ਰਿਲੀਜ਼ ਤੇ ਮਤਲਬ ਜਦੋਂ ਮਰਜ਼ੀ ਕਰ ਲਓ। ਉਹ ਫਿਲਮ ਦਾ ਟ੍ਰਾਇਲ ਵੀ ਮੈਂ ਦੇਖਿਆ। ਮੈਂ ਕਿਹਾ ਯਾਰ ਇਹ ਫਿਰ ਕਿਵੇਂ, ਮੈਂ ਤਾਂ ਰੋਣ ਲੱਗ ਗਿਆ। ਫਿਲਮ ਕੰਪਲੀਟ ਹੋ ਗਈ, ਰਿਲੀਜ਼ ਡੇਟ ਆ ਗਈ, ਮੈਂ ਮੌਨ ਜੀ ਹੋ ਗਿਆ। ਮੈਂ ਕਿਹਾ ਸਰ ਉਹ ਤੁਸੀਂ ਕਲਾਈਮੈਕਸ 'ਚ ਵਿਲਨ ਤਾਂ, ਮੈਂ ਉਹ ਹੱਸਣ ਲੱਗ ਗਏ। ਮੈਂ ਕਿਹਾ ਕੀ ਹੋਇਆ? ਕਹਿੰਦੇ ਯਾਰ ਸਾਨੂੰ, ਮੈਂ ਭੱਜ ਰਿਹਾ ਆਹ ਬੰਦੇ ਨੂੰ, ਕੋਰੀਡੋਰ 'ਚ ਭੱਜ ਰਿਹਾ ਬੰਦਾ, ਭੱਜ ਰਿਹਾ ਆਹ ਕਰ ਰਿਹਾ, ਮੈਂ ਕਿਲਿੰਗ ਕੀਤੀ। ਮੈਂ ਕਿਹਾ ਸਰ 4 ਦਿਨ ਸ਼ੂਟਿੰਗ ਕਰਦੇ ਨੂੰ ਹੋ ਗਏ, 4 ਮਰਡਰ ਕਰਦੇ, ਮੇਰਾ ਚਿਹਰਾ ਤਾਂ ਦਿਖਾਓ। ਕਿ ਮਾਧੁਰੀ ਦੀਕਸ਼ਿਤ ਸੀ ਉਹ ਡਬਿੰਗ ਕਰ ਰਹੀ ਸੀ, ਅਤੇ ਮੈਂ ਇੱਕ ਹੋਰਰ ਫਿਲਮ ਕਰ ਰਿਹਾ ਸੀ ਰਾਮਸੇ ਦੀ, ਅਤੇ ਉਹ ਆ ਕੇ ਉਹਦੀ ਮੰਮੀ ਵੀ ਆ ਗਈ ਬੈਠੇ, ਜਦੋਂ ਅਸੀਂ ਬਾਹਰ ਬੈਠੇ ਉਹ ਗੱਲਾਂ ਜਿਹੀਆਂ ਕਰਨ ਲੱਗ ਗਏ। ਮੈਂ 250 ਰੁਪਇਆ ਮਹੀਨੇ 'ਤੇ ਕਿਰਾਏ 'ਤੇ, 300 ਮੰਗਿਆ ਸੀ ਉਹ 250 'ਤੇ ਮੰਗ, ਫਿਰ ਮੈਂ ਸਕੂਟਰ ਕਿਰਾਏ 'ਤੇ ਚੜਾਇਆ, ਉਹ 300 ਰੁਪਏ 'ਚ ਹੀ ਮਹੀਨਾ ਕੱਢਿਆ। ਮੈਂ ਕਿਹਾ ਸਰ ਪੈਸੇ ਨਹੀਂ ਹੈਗੇ, ਪਰ ਮੈਂ ਰਹਿਣਾ ਕਿਤੇ। ਉਹ ਕਹਿੰਦੇ ਐਂ ਕਰੋ, ਸਾਡਾ ਆਫਿਸ ਹੈ ਉੱਥੇ ਤੁਸੀਂ ਰਹਿ ਸਕਦੇ। ਮੈਂ ਕਿਹਾ ਜੀ ਮੈਂ ਤਾਂ ਕਿਤੇ ਵੀ ਰਹਿ ਸਕਦਾ। ਕਹਿੰਦਾ ਸਰ ਕਿਆ ਹਾਲ ਹੈ? ਹੁਣ ਉਹ ਮੈਨੂੰ ਇੱਜ਼ਤ ਦੇਈ ਜਾਵੇ, ਮੈਂ ਅੰਦਰੋਂ ਖਸਤਾ ਹਾਲਤ ਫਿਰਾਂ। ਮੈਂ ਗਿਆਨੀ ਨੂੰ ਸ਼ਾਮ ਨੂੰ ਬਿਠਾਇਆ, ਮੈਂ ਕਿਹਾ ਯਾਰ ਇੱਕ ਕੰਮ ਕਰ ਸਕਦਾ? ਕਹਿੰਦਾ ਕੀ? ਮੈਂ ਕਿਹਾ ਮੈਂ ਇੱਥੋਂ ਜਾਣਾ, ਮੈਂ ਜੋਬ ਤੋਂ ਰਿਜ਼ਾਈਨ ਕਰਕੇ ਆਇਆ। ਘਰ ਦੇ ਵੀ ਅਪੋਜ਼ ਕਰ ਰਹੇ ਸੀ, ਦੋਸਤ ਵੀ ਅਪੋਜ਼ ਕਰ ਰਹੇ ਸੀ, ਅਤੇ ਮੈਂ ਇੱਥੇ ਆਇਆ ਵੀ ਇੱਕ ਸੰਯੋਗ ਹੈ। ਤੂੰ ਇੱਕ ਕੰਮ ਕਰ, ਤੂੰ ਘਰੇ ਮੇਰਾ ਟੈਕਸੀ ਰੱਖ ਲੈ, ਮੈਂ 1/2 ਘੰਟਾ ਸਵੇਰੇ ਆ ਕੇ ਨਹਾ ਧੋ ਕੇ ਕੱਪੜੇ ਬਦਲ ਕੇ ਜਾ ਸਕਦਾ। ਮੈਨੂੰ ਸਮਝ ਹੀ ਨਹੀਂ ਆਈ ਗੱਲ, ਮੈਂ ਕਾਫੀ ਦੇਰ ਤਾਂ ਝਟਕੇ 'ਚ ਹੀ ਰਿਹਾ ਵੀ ਇੱਕ ਬੰਦਾ ਜਾਣਦਾ ਸੀ ਉਹੀ ਮਰ ਗਿਆ, ਔਰ ਉਹ ਵੀ ਪਹਿਲੇ ਦਿਨ। ਅੱਛਾ ਜੀ, ਇਹੀ ਤਾਂ ਮੈਂ ਕਹਿ ਰਿਹਾ ਸਤੀ। ਨਹੀਂ ਮੈਂ ਉੱਥੇ ਪਤਾ ਕਰਦਾ। ਮੈਂ ਕਿਹਾ ਸਰ ਤੁਸੀਂ ਮੈਨੂੰ ਜੇ ਨਾ ਕੀਤਾ ਨਾ, ਮੈਂ ਤੁਹਾਡੇ ਘਰੇ ਟੈਚੀ ਲੈ ਕੇ ਆ ਜਾਣਾ, ਮੈਨੂੰ ਕੋਈ ਬੰਦਾ ਹੀ ਨਹੀਂ ਜਾਣਦਾ ਬੰਬੇ 'ਚ। ਹੱਸਣ ਲੱਗ ਗਏ। ਇੰਡੀਅਨ ਹਿਸਟਰੀ ਦੇ ਵਿੱਚ ਜੇ ਆਪਾਂ ਫਿਲਮ ਇੰਡਸਟਰੀ ਦੀ ਗੱਲ ਕਰ ਲਈਏ, ਕਿ ਇੱਕ ਤੁਸੀਂ ਇੱਕ ਐਸੇ ਐਕਟਰ ਹੋ ਜਿਹੜੇ ਗ੍ਰੰਥੀ ਤੋਂ ਐਕਟਰ ਬਣੇ। 100 ਕੁ ਅਖੰਡ ਪਾਠ, 100 ਕੁ ਸਧਾਰਨ ਪਾਠ, 100 ਕੁ 200 ਆਨੰਦ ਕਾਰਜ ਵੀ ਕਰਾਏ। ਤੈਨੂੰ ਪਤਾ ਹੈ ਕਿ 84 'ਚੋਂ ਫਿਲਮ ਰਿਲੀਜ਼ ਹੋਈ ਆਫਟਰ ਬਲਿਊ ਸਟਾਰ। ਬਲਿਊ ਸਟਾਰ ਤੋਂ 6 ਮਹੀਨੇ ਬਾਅਦ, ਗੋਲਡਨ ਟੈਂਪਲ ਤੋਂ ਥੋੜ੍ਹਾ ਦੂਰ, 1/2 ਕਿਲੋਮੀਟਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ, ਅਤੇ ਤੁਸੀਂ ਵੇਖ ਰਹੇ ਹੋ ਚੈਨਲ 7 ਰੰਗ ਅਤੇ ਪ੍ਰੋਗਰਾਮ 7 ਰੰਗ ਸੈਲੀਬ੍ਰਿਟੀ, ਅਤੇ 7 ਰੰਗ ਸੈਲੀਬ੍ਰਿਟੀ ਦੇ ਵਿੱਚ ਤੁਸੀਂ ਮੇਰੇ ਨਾਲ ਹਮੇਸ਼ਾ ਹੀ ਵੱਖੋ ਵੱਖਰੀ ਸੈਲੀਬ੍ਰਿਟੀਜ਼ ਨੂੰ ਦੇਖਦੇ ਰਹਿੰਦੇ ਹੋ, ਅਤੇ ਅੱਜ ਦੀ ਸੈਲੀਬ੍ਰਿਟੀ ਗੈਸਟ ਜਿਹੜੇ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠੇ ਨੇ, ਉਹਨਾਂ ਬਾਰੇ ਮੈਨੂੰ ਲੱਗਦਾ ਕਿ ਇੰਟਰੋਡਕਸ਼ਨ ਜੇ ਮੈਂ ਦੇਣ ਲੱਗ ਜਾਂ ਤਾਂ ਉਹ ਮਿੰਟਾਂ ਦੇ ਵਿੱਚ ਕਹਾਣੀ ਮੁੱਕਣੀ ਨਹੀਂ, ਸੋ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰੂੰਗਾ ਕਿਉਂਕਿ ਉਹ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਸੋ ਸਵਾਗਤ ਕਰਦੇ ਜੀ ਬਾਲੀਵੁੱਡ ਅਤੇ ਪੋਲੀਵੁੱਡ ਦੇ ਦਿੱਗਜ ਅਦਾਕਾਰ ਰਾਣਾ ਜੰਗ ਬਹਾਦਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਿਮਾਣਾ ਜਿਹਾ ਕਲਾਕਾਰ ਰਾਣਾ ਜੰਗ ਬਹਾਦਰ, ਚੈਨਲ 7 ਰੰਗ 'ਤੇ ਮੈਂ ਅੱਜ ਤੁਹਾਡੇ ਰੂਬਰੂ ਹਾਜ਼ਰ ਹੋਇਆ, ਅਤੇ ਸਤੀ ਜੀ ਨਾਲ ਕੁਝ ਵਿਚਾਰ ਅਤੇ ਕੁਝ ਕਹਾਣੀਆਂ ਜਾਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਿਆਂਗਾ, ਅਤੇ ਜਿੰਨੀ ਕੁ ਮੇਰੀ ਸਮਝ ਹੈ ਤੁਹਾਡੇ ਸਾਹਮਣੇ ਪੇਸ਼ ਕਰਾਂਗਾ, ਬਾਕੀ ਫਿਰ ਤੁਸੀਂ ਫੈਸਲਾ ਕਰਿਓ ਵੀ ਮੈਂ ਕੁਝ ਸਹੀ ਕਿਹਾ ਜਾਂ ਗਲਤ ਕਿਹਾ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ ਕਿ ਤੁਸੀਂ ਸਾਡੇ ਸਟੂਡੀਓ ਆਏ ਅਤੇ ਅੱਜ ਟਾਈਮ ਦਿੱਤਾ ਆਪਣਾ। ਨਹੀਂ ਨਹੀਂ, ਪਤਾ ਕੀ ਹੈ, ਦੋਨਾਂ ਬੰਦਿਆਂ ਨੂੰ ਜ਼ਰੂਰਤ ਹੁੰਦੀ ਹੈ, ਸਾਨੂੰ ਮੀਡੀਆ ਦੀ ਲੋੜ ਹੈ, ਤੁਹਾਨੂੰ ਸੈਲੀਬ੍ਰਿਟੀ ਦੀ ਲੋੜ ਹੈ। ਸੈਲੀਬ੍ਰਿਟੀ ਚਾਹੇ ਪੋਲੀਟੀਕਲ ਹੋਵੇ ਚਾਹੇ ਕੋਈ ਵੀ ਹੋਵੇ, ਜਿਹੜੇ ਬੰਦੇ ਦੀ ਗੱਲ ਤੁਸੀਂ ਪਬਲਿਕ ਦੇ ਸਾਹਮਣੇ ਕਰਨਾ ਚਾਹੁੰਦੇ ਹੋ, ਇਹ ਮੇਰਾ ਓਨਰ ਹੈ ਕਿ ਮੈਨੂੰ 7 ਰੰਗ ਚੈਨਲ ਵਾਲਿਆਂ ਨੇ ਬੁਲਾਇਆ, ਮੇਰੀ ਗੱਲ ਲੋਕਾਂ ਦੇ ਸਾਹਮਣੇ ਰੱਖਣੀ ਹੈ। ਜਿੰਨੀ ਦੇਰ ਮੈਂ ਟੀ ਵੀ 'ਤੇ ਤੁਹਾਡੇ
ਰਹਾਂਗਾ, ਦਰਸ਼ਕ ਮੈਨੂੰ ਦੇਖਣਗੇ, ਉਹੀ ਮੇਰੀ ਪ੍ਰਾਪਤੀ ਹੈ ਅਤੇ ਉਹੀ ਮੇਰੀ ਜਿੱਤ ਹੈ ਅਤੇ ਉਹੀ ਮੇਰਾ ਸਾਰਾ ਕੁਛ ਸਫਲਤਾ ਹੈ। ਤੁਸੀਂ ਟੀ ਵੀ ਦੇ ਨਾਲੋਂ ਸਾਰਿਆਂ ਦੇ ਦਿਲਾਂ ਦੇ ਵਿੱਚ ਵੱਸਦੇ ਹੋ, ਤੁਹਾਡੀ ਆਵਾਜ਼ ਉਹਦੀ ਇੱਕ ਵੱਖਰੀ ਪਹਿਚਾਣ ਹੈ, ਤੁਹਾਡੀ ਸ਼ਖਸੀਅਤ ਉਹਦੀ ਵੱਖਰੀ ਇੱਕ ਰੁਤਬਾ ਹੈਗਾ ਤੁਹਾਡਾ, ਸੋ ਤੁਸੀਂ ਸਾਰਿਆਂ ਦੇ ਦਿਲਾਂ ਦੇ ਵਿੱਚ ਵੱਸਦੇ ਹੋ ਜੀ। ਨਹੀਂ ਨਹੀਂ, ਇਹ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕੁਦਰਤ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਇਨ੍ਹੀਂ ਕੀ ਕਿਰਪਾ ਕੇ ਸਜੇ ਹਮ ਹੈ, ਵਰਨਾ ਮੁਝਸੇ ਗਰੀਬ ਕਰੋੜ ਪਰੇ ਹੈ। ਅਸੀਂ ਦਰਸ਼ਕਾਂ ਦੇ ਕਰਕੇ, ਅਸੀਂ ਜਨਤਾ ਦੇ ਕਰਕੇ, ਅਸੀਂ ਤੁਹਾਡੇ ਲੋਕਾਂ ਦੇ ਕਰਕੇ ਹੀ ਮਕਬੂਲ ਹਾਂ, ਵਰਨਾ ਸਾਡੀ ਕੀ ਔਕਾਤ ਹੈ। ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ, ਅਤੇ ਤੁਹਾਡੇ ਕਰਕੇ ਹੀ ਮੈਂ ਸਟਾਰ ਹਾਂ। ਕਿਆ ਬਾਤ ਹੈ ਰਾਣਾ ਸਾਹਿਬ, ਕਦੇ ਕਾਊਂਟ ਕੀਤਾ ਹੁਣ ਤੱਕ ਕਿ ਕਿੰਨੀਆਂ ਕੁ ਫਿਲਮਾਂ ਹੋ ਚੁੱਕੀਆਂ ਨੇ? ਦੇਖੋ ਜੀ, ਮੇਰੇ ਹਿਸਾਬ ਨਾਲ ਅੰਦਾਜ਼ਾ ਹੈ ਇਹ 150 ਹਿੰਦੀ ਫਿਲਮ ਹੋ ਗਈ, 100 ਕੁ ਪੰਜਾਬੀ ਫਿਲਮ। ਮੈਂ ਇੱਕ ਵਾਹਿਦ ਕਲਾਕਾਰ ਹਾਂ, 79 'ਚ ਬਣੀ ਸੀ ਚੰਨ ਪ੍ਰਦੇਸ਼ ਜੀ, ਅਤੇ ਹੁਣ ਤੱਕ ਹਰ ਸਾਲ ਮੇਰੀ 1 ਜਾਂ 2 ਫਿਲਮਾਂ ਆਉਂਦੀਆਂ ਰਹੀਆਂ। ਠੀਕ ਹੈ, ਅਤੇ ਆਹ ਜਿਹੜਾ ਸਾਡੀ ਇੰਡਸਟਰੀ ਦਾ ਬੂਮ ਖੜਾ ਹੋਇਆ, ਵੀ ਇੱਕਦਮ ਹੀ ਬਹੁਤ ਵੱਡੀ ਇੰਡਸਟਰੀ ਬਣ ਗਈ, ਔਰ ਮੈਨੂੰ ਖੁਸ਼ੀ ਹੈ ਕਿ ਇੱਥੇ ਤੱਕ ਪਹੁੰਚੀ। ਇਹ ਇੰਡਸਟਰੀ ਪਹਿਲਾਂ ਹੁੰਦੀ ਨਹੀਂ ਸੀ, ਜਿੰਨੇ ਵੀ ਪ੍ਰੋਡਿਊਸਰ ਹੁੰਦੇ ਸੀ ਉਹ ਬੰਬੇ ਜਾਂਦੇ ਸੀ, ਅਤੇ ਬੰਬੇ ਤੋਂ ਡਾਇਰੈਕਟਰ ਲੈ ਕੇ ਉੱਥੋਂ ਦੀ ਉਹ ਕਾਸਟ ਲੈ ਕੇ ਪੰਜਾਬ ਆਉਂਦੇ ਸੀ, ਫਿਰ ਸ਼ੂਟਿੰਗ ਕਰਕੇ ਬੰਬੇ ਚਲੇ ਜਾਂਦੇ, ਫਿਲਮਾਂ ਬੰਬੇ ਬਣਦੀਆਂ ਸੀ। ਇਹ ਹੁਣ ਪੈਰਲਲ ਇੰਡਸਟਰੀ ਬਣ ਗਈ ਹੈ, ਜਿਸ ਤਰ੍ਹਾਂ ਸਾਊਥ ਦੇ ਵਿੱਚ ਬਣ ਗਈ ਹੈ, ਗੁਜਰਾਤ ਦੀ, ਮਹਾਰਾਸ਼ਟਰ ਦੀ, ਸਾਊਥ ਇੰਡੀਅਨ, ਤਮਿਲ, ਤੇਲਗੂ, ਮਲਿਆਲਮ, ਉਸ ਤਰ੍ਹਾਂ ਇਹ ਸਾਡੀ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਇੱਥੇ ਇਸਟੈਬਲਿਸ਼ ਹੋਈ ਹੈ ਮੋਹਾਲੀ, ਚੰਡੀਗੜ੍ਹ 'ਚ, ਅਤੇ ਇਹਦੀ ਮੈਨੂੰ ਬਹੁਤ ਖੁਸ਼ੀ ਹੈ। ਕਿਉਂਕਿ ਜਦੋਂ ਮੈਂ ਬੰਬੇ ਪਹੁੰਚਿਆ ਸੀ 81 'ਚ, ਅਤੇ 83 'ਚ ਮੈਂ ਫਿਲਮ ਕੀਤੀ ਸਰਦਾਰਾ ਕਰਤਾਰਾ, ਡਾਕਟਰ ਹਰਚਰਨ ਸਿੰਘ ਦੀ ਸਟੋਰੀ 'ਤੇ, ਉਹਨਾਂ ਦੇ ਬੇਟਾ ਹਰਬਖਸ਼ ਲਾਟਾ ਜੀ ਸੀਗੇ, ਉਹਨਾਂ ਨੇ ਡਾਇਰੈਕਟ ਕੀਤੀ ਸੀ ਉਹ ਫਿਲਮ ਕੀਤੀ, ਅਤੇ ਉਸ ਤੋਂ ਬਾਅਦ ਮੈਂ ਫਿਲਮ ਕੀਤੀ ਜੀਜਾ ਸਾੜੀ, ਉਹ ਪਾਕਿਸਤਾਨ ਦੀ ਫਿਲਮ ਦਾ ਸਹੁਰਾ ਅਤੇ ਜਵਾਈ ਦਾ ਰੀਮੇਕ ਸੀਗਾ 81 'ਚ। ਉਦੋਂ ਫਿਲਮ 5 ਲੱਖ 'ਚ ਜਾਂ 4.5 ਲੱਖ 'ਚ ਬਣਦੀ ਹੁੰਦੀ ਸੀ। ਅੱਛਾ ਜੀ, ਹੁਣ 5 ਕਰੋੜ ਤੋਂ ਸ਼ੁਰੂ ਹੁੰਦੀ ਹੈ, ਹੁੰਦੀ ਹੈ ਬਿਲਕੁਲ, 5 ਕਰੋੜ ਤੋਂ 20 ਕਰੋੜ ਤੱਕ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਫਿਲਮ ਕੀਤੀ ਜਦੋਂ ਸਰਦਾਰਾ ਕਰਤਾਰਾ, ਉਹਦਾ ਵੀ ਬਜਟ ਇੰਨਾ ਕੀ ਸੀਗਾ, ਉਹ ਚੱਲੀ, ਬਹੁਤ ਨਾਂ ਕਮਾਇਆ, ਅਤੇ ਫਿਰ ਮੈਂ ਮੋਹਨ ਭਾਗੜੀ ਦੀ ਫਿਲਮ ਕੀਤੀ ਜੀਜਾ ਸਾੜੀ, ਉਹ 4.5 ਲੱਖ ਦਾ ਬਜਟ ਸੀ ਅਤੇ 5 ਲੱਖ 'ਚ ਪੂਰੀ ਹੋਈ। ਮੈਂ ਇੱਕ ਦਿਨ ਗਿਆ ਤਾਂ ਮੋਹਨ ਭਾਗੜੀ ਸਿਰਜਾ ਫੜੀ ਬੈਠੇ, ਮੈਂ ਕਿਹਾ ਕੀ ਹੋ ਗਿਆ, ਕਹਿੰਦਾ ਯਾਰ 50,000 ਜ਼ਿਆਦਾ ਖਰਚਾ ਹੋ ਗਿਆ, ਕਵਰ ਕਿੱਥੋਂ ਆਊਗਾ। ਸਹੀ ਗੱਲ, ਤੈਨੂੰ ਪਤਾ ਹੈ ਕਿ 84 'ਚੋਂ ਫਿਲਮ ਰਿਲੀਜ਼ ਹੋਈ ਆਫਟਰ ਬਲਿਊ ਸਟਾਰ, ਓਕੇ, ਬਲਿਊ ਸਟਾਰ ਤੋਂ 6 ਮਹੀਨੇ ਬਾਅਦ, ਗੋਲਡਨ ਟੈਂਪਲ ਤੋਂ ਥੋੜ੍ਹਾ ਦੂਰ 1.5 ਕਿਲੋਮੀਟਰ ਸਿਨੇਮੇ ਚੱਲੀ, ਔਰ ਸਿਲਵਰ ਜੁਬਲੀ ਹੋਈ। ਕਿਆ ਬਾਤ ਹੈ, ਲੋਕ ਦੇਖਣ ਗਏ, ਇੰਨਾ ਜ਼ਿਆਦਾ ਪਿਆਰ ਦਿੱਤਾ, ਯਾਨੀ ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਕਾਮੇਡੀ ਫਿਲਮ ਨੂੰ ਐਡਾ ਹੰਗਾਰਾ ਮਿਲਿਆ। ਉਹ 5 ਲੱਖ ਵੀ ਕਵਰ ਹੋਇਆ, ਅਤੇ ਉਹਨੇ ਬਿਜ਼ਨਸ ਕੀਤਾ 10 ਲੱਖ ਦਾ, ਅਤੇ ਡਿਸਟ੍ਰੀਬਿਊਟਰ ਵੀ ਖੁਸ਼, ਉਹ ਵੀ ਖੁਸ਼, ਅਤੇ 5 ਲੱਖ 4.5 ਲੱਖ 'ਚ ਫਿਲਮ ਬਣਦੀ ਹੁੰਦੀ ਸੀ। ਅਤੇ ਹੁਣ ਜਿਹੜੀਆਂ ਫਿਲਮਾਂ ਬਣੀਆਂ ਨੇ, ਜਿਸ ਤਰ੍ਹਾਂ ਵੱਡੀਆਂ ਫਿਲਮਾਂ ਹੁਣ ਰਿਲੀਜ਼ ਹੋਈਆਂ ਨੇ, ਉਹਨਾਂ ਦਾ ਬਜਟ 18-18, 20-20 ਕਰੋੜ ਹੈ। ਮੈਨੂੰ ਖੁਸ਼ ਹਾਂ ਕਿ ਸਾਡੀ ਪੰਜਾਬੀ ਇੰਡਸਟਰੀ ਇੱਥੇ ਬਣੀ, ਇਸਟੈਬਲਿਸ਼ ਹੋਈ ਔਰ ਫਲਰਿਸ਼ ਕਰ ਰਹੀ ਹੈ। ਬੀਂਗ ਏ ਪੰਜਾਬੀ ਮੈਂ ਬਹੁਤ ਖੁਸ਼ ਹਾਂ। ਮੈਂ ਬੰਬੇ ਬਹੁਤ ਕੰਮ ਕੀਤਾ ਅਤੇ ਹੁਣ ਜ਼ਿਆਦਾਤਰ ਪੰਜਾਬੀ ਫਿਲਮਾਂ 'ਚ ਕੰਮ ਕਰ ਰਿਹਾ, ਕਿਉਂਕਿ
ਪੰਜਾਬ 'ਚ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ। ਜਿਹਨੇ ਮੇਰਾ ਦਿਲ ਲੁੱਟਿਆ ਇੱਕ ਫਿਲਮ ਸੀ ਜਿਹਦੇ 'ਚ ਗਿੱਪੀ ਗਰੇਵਾਲ ਔਰ ਦਲਜੀਤ ਦੋਸਾਂਝ ਜੀ ਇਕੱਠੇ ਆਏ ਸੀ, ਉਸ ਤੋਂ ਬਾਅਦ ਨਹੀਂ ਆਏ। ਉਹ ਫਿਲਮ ਇੰਨੀ ਸੁਪਰਹਿੱਟ ਹੋਈ ਕਿ ਉਦੋਂ ਬਾਅਦ ਫਿਲਮਾਂ ਦੀ ਲਾਈਨ ਲੱਗ ਗਈ। ਅਤੇ ਹੁਣ ਤੁਸੀਂ ਦੇਖੋ ਨਾ ਕਿ ਇੱਥੇ ਹੀਰੋ ਵੀ ਇੱਥੇ ਨੇ, ਹੀਰੋਇਨਸ ਇੱਥੇ ਨੇ, 30-35 ਕੈਰੈਕਟਰ ਆਰਟਿਸਟ ਇੱਥੇ ਨੇ, ਲੇਡੀਜ਼ ਫੀਮੇਲ ਔਰ ਜੋ। ਹੁਣ ਇੱਥੇ ਪੂਰੀ ਇੰਡਸਟਰੀ ਇਸਟੈਬਲਿਸ਼ ਹੋ ਗਈ, ਵੱਡੇ ਵੱਡੇ ਸਟੂਡੀਓ ਆ ਗਏ, ਡਬਿੰਗ ਵਾਲੇ ਸਟੂਡੀਓ ਆ ਗਏ, ਰਬਾਬ ਹੈ ਇਹ, ਮਤਲਬ ਇਸ ਪਾਏ ਦਾ ਬੰਬੇ 'ਚ ਵੀ ਨਹੀਂ ਹੈ ਸਟੂਡੀਓ। ਸਾਰਾ ਕੁਛ ਮਤਲਬ ਜਿਵੇਂ ਪਹਿਲਾਂ ਲੋਕਾਂ ਨੂੰ ਬੰਬੇ ਦਿੱਲੀ ਵੱਲ ਭੱਜਣਾ ਪੈਂਦਾ ਸੀ, ਹੁਣ ਇੱਥੇ ਹੋ ਗਿਆ, ਹੁਣ ਇੱਥੇ ਸਾਰਾ ਕੁਛ। ਬੜੀ ਖੁਸ਼ੀ ਹੈ, ਪ੍ਰਾਪਤੀ ਹੈ ਸਾਡੀ, ਬਿਲਕੁਲ ਸਾਡੇ ਪੰਜਾਬੀ ਮਤਲਬ ਜਿਹੜੇ ਕੰਮ 'ਚ ਪੈ ਜਾਣ ਨਾ ਫਿਰ ਫਤਿਹ ਹੀ ਫਤਿਹ ਹੁੰਦੀ ਹੈ, ਇਹ ਉਹ ਹੈ। ਰਾਣਾ ਸਾਹਿਬ ਕਿੰਨੀਆਂ ਕੁ ਜ਼ਿੰਦਗੀਆਂ ਜੀ ਲੀਆਂ, ਮਤਲਬ ਕਿ ਕਿੰਨੇ ਕੁ ਕਰੈਕਟਰ ਜਿਹੜੇ ਹੈਗੇ ਅਲੱਗ ਅਲੱਗ ਸ਼ੇਡਸ, ਹਰ ਫਿਲਮ ਦੇ ਵਿੱਚ ਵੱਖਰਾ ਕਰੈਕਟਰ ਵੱਖਰੀ ਸ਼ੇਡ, ਫਿਰ ਉਹਦੇ ਬਾਰੇ ਰਿਸਰਚ ਵੀ ਕਰਨੀ ਕਿ ਵਾਕਈ ਜਿਹੜਾ ਕਰੈਕਟਰ ਮੈਂ ਫਿਲਮ ਦੇ ਵਿੱਚ ਪਲੇ ਕਰਨਾ ਅਤੇ ਉਹ ਉੱਦਾਂ ਦਾ ਹੀ ਹੈਗਾ ਜਾਂ ਮਤਲਬ ਕਿ ਮੈਂ ਉਹਨੂੰ ਕਿਸ ਤਰੀਕੇ ਨਾਲ ਨਿਭਾ ਪਾਊਂਗਾ। ਉਹ ਹੁੰਦਾ ਕੀ ਹੈ ਕਿ ਮੇਰੀ ਕੋਸ਼ਿਸ਼ ਰਹੀ ਹੈ, ਤੁਸੀਂ ਫਿਲਮਾਂ ਦੇਖੀਆਂ ਵੀ ਹੋਣਗੀਆਂ, ਹਾਂਜੀ, ਕਿ ਮੈਂ ਹਰ ਕੈਰੇਕਟਰ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਵਿਲਨ ਵੀ ਕਰਦਾ, ਅਫਸਰ ਫਿਲਮ ਜਾ ਕੇ ਦੇਖ ਲਓ, ਜੀ ਜੀ ਜੀ, ਮੈਂ ਅਰਦਾਸ ਕਰਾਂ 'ਚ ਇਮੋਸ਼ਨਲ ਦੀਨੂ ਲਾਹੌਰੀਆ ਦਾ ਰੋਲ ਵੀ ਕਰਦਾ, ਫਿਰ ਮੈਂ ਮੰਜੇ ਬਿਸਤਰੇ ਕੋਮੇਡੀ ਵੀ ਕਰਦਾ, ਇਸ ਤਰ੍ਹਾਂ ਹਿੰਦੀ ਫਿਲਮਾਂ ਗੋਵਿੰਦਾ ਨਾਲ ਦੂਲੇ ਰਾਜਾ, ਅਤੇ ਉਸ ਤਰ੍ਹਾਂ ਮੇਨ ਵਿਲਨ ਜਿਵੇਂ ਜਲਗਾਰ ਫਿਰੋਜ਼ ਖਾਨ ਦੀ, ਜ਼ੋਰ ਜੇ ਵੋ, ਸਨੀ ਦਿਓਲ ਸਾਹਿਬ ਨਾਲ ਮੈਨੂੰ ਬ੍ਰੇਕ ਮਿਲਿਆ ਸੀ ਯਤੀਮ 'ਚ। ਅਤੇ ਕਹਿਣ ਦਾ ਮਤਲਬ ਕਰੈਕਟਰ ਅਲੱਗ ਅਲੱਗ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਮਿਹਨਤ ਕਰਦਾ ਹੁੰਦਾ ਕਿ ਇੱਕੋ ਤਰ੍ਹਾਂ ਦੀ ਐਕਟਿੰਗ ਨਾ ਹੋਵੇ, ਠੀਕ ਹੈ ਨਾ ਜੀ। ਉਹ ਹੋਇਆ ਅਤੇ ਫਿਰ ਮੈਂ ਸੀਰੀਅਲ ਕੀਤੇ, 30-32 ਸੀਰੀਅਲ ਕੀਤੇ, ਉਹਦੇ ਵਿੱਚ ਮਹਾਂਭਾਰਤ ਵੀ ਸੀ। ਮਹਾਂਭਾਰਤ ਦੇ ਵਿੱਚ ਜਰਾਸੰਧ ਦਾ ਰੋਲ ਕੀਤਾ ਸੀ, ਪਹਿਲਾ ਵਿਲਨ ਹੁੰਦਾ ਹੈ ਕੰਸ ਅਤੇ ਸੈਕਿੰਡ ਵਿਲਨ ਜਰਾਸੰਧ, ਜਿਹਨੂੰ ਭੀਮ ਮੱਲ ਯੁੱਧ ਦੇ ਵਿੱਚ ਫਾੜ ਕੇ ਸਿੱਟ ਦਿੰਦਾ, ਉਹ ਫਿਰ ਜੁੜ ਜਾਂਦਾ। ਫਿਰ ਕ੍ਰਿਸ਼ਨ ਜੀ ਉਹਨੂੰ ਕਹਿੰਦੇ ਨੇ ਇੱਕ ਡੱਕਾ ਜਿਹਾ ਤੋੜ ਕੇ ਵੀ ਇਹਨੂੰ ਉਲਟੀ ਦਿਸ਼ਾ 'ਚ ਲੈ ਕੇ, ਫਿਰ ਇਹ ਨਹੀਂ ਜੁੜੂਗਾ। ਅਤੇ ਉਹ ਮਤਲਬ ਬੜਾ ਮੇਨ ਕੈਰੈਕਟਰ ਸੀ, ਬਿਲਕੁਲ। ਅਤੇ ਉਸ ਤਰ੍ਹਾਂ ਹੋਰ ਵੀ ਸੀਰੀਅਲ ਕੀਤੇ। ਇੱਕ ਟਾਈਮ ਐਸਾ ਆਇਆ ਸੀ ਕਿ ਮੇਰੇ 6-7 ਸੀਰੀਅਲ ਔਨ ਏਅਰ ਸੀ ਐਟ ਏ ਟਾਈਮ, ਜ਼ੀ ਟੀ ਵੀ 'ਤੇ ਤਾਰਾ, ਪਰੰਪਰਾ, ਅੰਦਾਜ਼, ਅਕਬਰ ਬੀਰਬਲ, ਫਿਲਿਪਸ ਟੌਪ 10 ਐਂਡ ਜ਼ੀ ਹੋਰਰ, ਯਾਨੀ 6-7 ਸੀਰੀਅਲ ਐਟ ਏ ਟਾਈਮ ਆਉਂਦੇ ਹੁੰਦੇ। ਹਾਂ, ਬਾਣੀ ਟੀ ਵੀ 'ਤੇ ਵੀ ਬੜਾ ਕੰਮ ਕੀਤਾ, ਫਿਲਮਾਂ 'ਚ ਵੀ ਬੜਾ ਕੰਮ ਕੀਤਾ। 79 ਤੋਂ ਪੰਜਾਬੀ ਫਿਲਮਾਂ ਮੈਂ ਕਰ ਰਿਹਾ, ਅਤੇ ਬਾਕੀ ਫਿਰ ਕੁਦਰਤ ਦਾ ਮਿਹਰਬਾਨ ਹੋਣਾ ਜਿਹੜਾ ਦਿਲ ਖੁਸ਼ ਕਰ ਦਿੰਦਾ। ਰਾਣਾ ਸਾਹਿਬ, ਜਿਵੇਂ ਫਿਲਮਾਂ ਦੇ ਵਿੱਚ ਕਰੈਕਟਰਸ ਲੋਕ ਤੁਹਾਡੇ ਬਹੁਤ ਪਸੰਦ ਕਰਦੇ ਨੇ, ਬਹੁਤ ਪਿਆਰ ਕਰਦੇ ਨੇ, ਪਰ ਉਸ ਤੋਂ ਇਲਾਵਾ ਜਿਹੜੀ ਤੁਹਾਡੀ ਅਸਲ ਜ਼ਿੰਦਗੀ ਦੀ ਲਾਈਫ ਜਰਨੀ ਹੈਗੀ ਆ, ਉਹ ਵੀ ਬੜੀ ਦਿਲਚਸਪ ਹੈ। ਉਹ ਕਿਸੇ ਕਿਸੇ ਜਿਹੜੇ ਬੰਦੇ ਨੂੰ ਪਤਾ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ, ਹੈ ਨਾ, ਜਾਂ ਜਿਨ੍ਹਾਂ ਨੇ ਤੁਹਾਡੀਆਂ ਪੁਰਾਣੀਆਂ ਇੰਟਰਵਿਊਜ਼ ਦੇਖੀਆਂ ਹੋਈਆਂ, ਕਿਤੇ ਕਿਤੇ ਤੁਸੀਂ ਉਹ ਗੱਲਾਂ ਕੀਤੀਆਂ ਵੀ ਹੋਈਆਂ, ਕਿਤੇ ਕਿਤੇ ਜ਼ਿਕਰ ਵੀ ਕੀਤੇ ਹੋਏ ਆ, ਪਰ ਮੈਂ ਚਾਹੁੰਦਾ ਕਿ ਅੱਜ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਵੀ ਉਹ ਸਾਰਾ ਕੁਝ ਜ਼ਿਕਰ ਕਰੀਏ ਕਿ ਜਿਹੜੀ ਲਾਈਫ ਜਰਨੀ ਇੰਨੀ ਦਿਲਚਸਪ ਰਹੀ ਹੈ ਫਿਲਮਾਂ ਤੋਂ ਇਲਾਵਾ ਵੀ। ਆਪਾਂ ਬਰਥ ਤੋਂ ਹੀ ਸ਼ੁਰੂ ਕਰਦੇ ਹਾਂ ਕਿਉਂਕਿ ਤੁਹਾਡੀ ਬਰਥ ਵਾਲੀ ਜਿਹੜੀ ਕਿੱਸਾ ਹੈਗਾ ਬਰਥ ਦਾ, ਉਹ ਵੀ ਬੜਾ ਵਧੀਆ ਕਿੱਸਾ ਹੈਗਾ ਆਪਣੇ ਆਪ 'ਚ, ਇੰਟਰਸਟਿੰਗ ਕਿੱਸਾ ਹੈ ਸਤੀ ਜੀ। ਹਾਂਜੀ, ਮੈਂ ਜੰਮ ਗਿਆ ਅਤੇ ਵੱਡਾ, ਮੈਂ ਤੁਹਾਨੂੰ ਦੱਸਾਂ ਵੀ ਸਾਡਾ ਗ੍ਰੰਥੀਆਂ ਦਾ ਪਰਿਵਾਰ ਸੀ। ਹਾਂਜੀ, ਮੇਰੇ ਦਾਦਾ ਜੀ ਸੁੰਦਰ ਸਿੰਘ ਗ੍ਰੰਥੀ ਸੀਗੇ ਨਨਕਾਣਾ ਸਾਹਿਬ, ਮੇਰੇ ਦੋ ਤਾਏ ਗ੍ਰੰਥੀ ਸੀਗੇ ਇੱਥੇ ਕੜੂਏ, ਮੇਰਾ ਚਾਚਾ ਗ੍ਰੰਥੀ ਸੀ ਬਾਗਣੀਆਂ, ਅਤੇ ਫਾਦਰ ਮੇਰਾ ਗ੍ਰੰਥੀ ਸੀ ਅਮਰਗੜ੍ਹ ਜੀ। 7 ਭੈਣਾਂ ਮੇਰੀਆਂ, ਇਕੱਲਾ ਮੁੰਡਾ ਹੁਣ ਬਾਪ ਦੀ ਮਦਦ ਕਰੇਗਾ। ਮੈਨੂੰ 9 ਸਾਲ ਦੀ ਉਮਰ ਵਿੱਚ
ਤਬਲਾ ਸਿਖਾ ਕੇ ਫਾਦਰ ਸਾਹਿਬ ਨੇ ਆਪਣੇ ਨਾਲ ਲਗਾ ਲਿਆ, ਆਪਣੇ ਨਾਲ ਕੀਰਤਨ ਕਰਨ ਲਾ ਲਿਆ। ਉਹਨਾਂ ਦਾ ਨਾਂ ਸੀ ਗਿਆਨੀ ਰਵੇਲ ਸਿੰਘ, ਬਹੁਤ ਪੜ੍ਹੇ ਲਿਖੇ ਬੰਦੇ ਸੀ। ਉਹਨਾਂ ਨੂੰ ਕਿੰਨੀਆਂ ਲੈਂਗੁਏਜ ਆਉਂਦੀਆਂ ਸੀ, ਪਰਸ਼ੀਅਨ, ਉਰਦੂ, ਅਰੇਬਿਕ, ਸੰਸਕ੍ਰਿਤ, ਪੰਜਾਬੀ, ਇੰਗਲਿਸ਼ ਨਹੀਂ ਸੀ, ਬਹੁਤ ਘੱਟ ਆਉਂਦੀ ਸੀ। ਐਡਰੈਸ ਲਿਖ ਲੈਂਦੇ ਸੀ ਪਰ ਉਹ ਨਹੀਂ ਸੀ ਪੜ੍ਹੇ। ਵੈਸੇ ਟੀਚਰ ਸੀ ਉੱਥੇ, ਅਤੇ ਇੱਥੇ ਆ ਕੇ ਫਿਰ ਉਸ ਪ੍ਰੋਫੈਸ਼ਨ 'ਚ ਆ ਗਏ, ਕਿਉਂਕਿ ਪਰਿਵਾਰ ਦਾ ਪ੍ਰੋਫੈਸ਼ਨ ਸੀ ਔਰ ਪਾਕਿਸਤਾਨ 'ਚ ਉੱਜੜ ਕੇ ਆਏ ਸੀ। ਫਿਰ ਇਹੀ ਲੱਗਦਾ ਸੀ ਕਿ ਕਿਤੇ ਗੁਰਦੁਆਰੇ 'ਚ ਬੈਠਾਂਗੇ, ਲਾਈਫ ਸਿਕਿਓਰ ਹੋਏਗੀ। ਅਤੇ ਉਹ ਚੱਲੀ ਗਿਆ। 20 ਸਾਲ ਦੀ ਉਮਰ ਤੱਕ ਮੈਂ ਕਾਫੀ ਫਾਦਰ ਦੀ ਮਦਦ ਕੀਤੀ। 100 ਕੁ ਅਖੰਡ ਪਾਠ, 100 ਕੁ ਸਧਾਰਨ ਪਾਠ, 125 ਆਨੰਦ ਕਾਰਜ ਵੀ ਕਰਾਏ। ਅਤੇ ਉਸ ਤੋਂ ਬਾਅਦ ਮੇਰਾ ਧਿਆਨ ਇੱਧਰ ਲੱਗਿਆ ਰਹਿੰਦਾ ਸੀਗਾ। ਅਤੇ ਫਿਰ ਮੈਂ ਰੱਬ ਤੋਂ ਮਾਫ਼ੀ ਮੰਗ ਕੇ ਵੀ ਮੈਂ ਇੱਧਰ ਜਾਣਾ, ਅਤੇ ਫਿਰ ਮੈਂ ਇੱਧਰ ਆ ਗਿਆ। ਅਤੇ ਜਿਹੜਾ ਬਰਥ ਡੇਟ ਦਾ ਕਿੱਸਾ, ਡੇਟ ਦਾ ਕਿੱਸਾ, ਦੇਖੋ ਮੈਨੂੰ ਨਾ ਮਤਲਬ ਪਤਾ ਹੀ ਨਹੀਂ ਸੀ ਲੱਗਦਾ ਮੇਰਾ ਜਨਮ ਦਿਨ ਕਦੋਂ ਹੈ। ਅੱਛਾ ਜੀ। ਸਾਰੀ ਦੁਨੀਆ ਜਨਮ ਦਿਨ ਮਨਾਵੇ, ਸਾਡੇ ਰਿਸ਼ਤੇਦਾਰ ਮਨਾਉਣ, ਮੈਂ ਬੇਬੇ ਨੂੰ ਕਿਹਾ ਮੈਂ ਜਨਮ ਦਿਨ ਮਨਾਉਣਾ। ਮੈਂ ਕਿਹਾ ਮੇਰਾ ਜਨਮ ਕਦੋਂ ਆਇਆ ਸੀ? ਕਹਿੰਦੀ ਉਹਨਾਂ ਦਾ ਹਰੀ ਹੋ ਗਿਆ ਸੀ, ਤੂੰ ਹੋਣ ਵਾਲਾ ਸੀ। ਦੱਸੇ ਡੇਟ ਆਫ ਬਰਥ ਕਿੱਥੋਂ ਕੱਢੇ? ਮੈਂ ਕਿਹਾ ਮਹੀਨਾ ਕਿਹੜਾ ਸੀ? ਮੱਕਰ ਦਾ ਹੋਣਾ। ਹੁਣ ਮੈਂ ਪਰੇਸ਼ਾਨ ਵੀ, ਹੁਣ ਮੈਂ ਤਾਂ ਡੇਟ ਆਫ ਬਰਥ ਮਨਾਉਣੀ ਹੈ। ਬੇਬੇ ਕਹਿੰਦੀ ਉਹਨਾਂ ਦਾ ਹਰੀ ਹੋ ਗਿਆ ਸੀ ਅਤੇ ਤੂੰ ਹੋਣ ਵਾਲਾ ਸੀ, ਹੁਣ ਡੇਟ ਆਫ ਬਰਥ ਤਾਂ ਨਹੀਂ ਪਤਾ ਚੱਲੀ। ਫਿਰ ਮੈਂ ਥਾਣੇ 'ਚ ਜਾ ਕੇ ਖੜਾਇਆ ਉੱਥੇ, ਅਤੇ ਉਮਰਾਂ ਦਾਈ ਹੁੰਦੀ ਸੀ ਸਾਡੇ ਪਿੰਡ, ਮੁਸਲਿਮ, ਇਰਦ ਗਿਰਦ ਸਾਰੇ ਪਿੰਡਾਂ 'ਚ ਉਹਨੇ ਹੀ ਮਤਲਬ ਸਾਰੇ ਜਣੇ ਪੇ ਕੀਤੇ। ਅਤੇ ਉਹਦਾ ਰਜਿਸਟਰ ਕਢਾਇਆ ਅਤੇ ਪਤਾ ਚੱਲਿਆ ਕਿ ਮੇਰੀ ਜਨਮ ਤਾਰੀਖ ਹੈ 23 ਨਵੰਬਰ। ਬਸ ਉਦੋਂ ਤੋਂ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ। ਉਦੋਂ ਪਹਿਲੇ ਸਾਰੇ ਕੈਂਸਲ ਹੀ ਸੀ, ਉਹ ਇੱਦਾਂ ਹੀ ਚਲੇ ਗਏ। ਹਾਂਜੀ, ਇੱਦਾਂ ਹੀ ਚਲੇ ਗਏ। ਕੀ ਬਾਤ ਹੈ! ਅਤੇ ਤੁਸੀਂ ਇੱਕ, ਮੈਨੂੰ ਲੱਗਦਾ ਇੰਡੀਅਨ ਹਿਸਟਰੀ ਦੇ ਵਿੱਚ ਜੇ ਆਪਾਂ ਫਿਲਮ ਇੰਡਸਟਰੀ ਦੀ ਗੱਲ ਕਰ ਲਈਏ ਕਿ ਇੱਕ ਤੁਸੀਂ ਇੱਕ ਐਸੇ ਐਕਟਰ ਹੋ ਜਿਹੜੇ ਗ੍ਰੰਥੀ ਤੋਂ ਐਕਟਰ ਬਣੇ, ਮਤਲਬ ਕਿ ਕੋਈ ਸੋਚਦਾ ਵੀ ਨਹੀਂ ਹੈਗਾ ਕਿ ਕਿਸੇ ਦੇ ਪਰਿਵਾਰ ਦੇ ਵਿੱਚ ਸਾਰੇ ਗ੍ਰੰਥੀ ਹੋਣ, ਉਹ ਖੁਦ ਵੀ ਗ੍ਰੰਥੀ ਹੋਣ ਅਤੇ ਉਸ ਤੋਂ ਬਾਅਦ ਇਸ ਲਾਈਨ ਦੇ ਵਿੱਚ ਆ ਜਾਣ ਜਿਹਦਾ ਕਿ ਕੋਈ ਤਾਲਮੇਲ ਵੀ ਨਹੀਂ ਹੈਗਾ, ਕਿਤੇ ਨੇੜੇ ਤੇੜੇ ਵੀ ਨਹੀਂ ਹੈਗੀ। ਮੈਨੂੰ ਇਹ ਲੱਗਦਾ ਸ਼ਾਇਦ ਕੁਦਰਤ ਇਹ ਚਾਹੁੰਦੀ ਸੀ ਜੀ, ਉਹਨੇ ਮੇਰੇ 'ਚ, ਜਦੋਂ ਦੇਖੋ ਮਾਂ ਦੇ ਪੇਟ 'ਚੋਂ ਹੀ ਤੁਹਾਨੂੰ 9 ਮਹੀਨੇ 'ਚ ਤੁਹਾਡੇ ਜੀਨਸ, ਜਨੈਟਿਕਸ, DNA ਉਹ ਕੁਦਰਤ ਉਦੋਂ ਹੀ ਫਿਕਸ ਕਰਦੀ ਹੈ, ਕਰੋੜਾਂ ਕੰਬੀਨੇਸ਼ਨ ਬਣਦੇ ਹੈ। ਅਤੇ ਮੈਂ ਕੁਦਰਤ ਨੇ ਕੁਛ ਸੋਚ ਕੇ ਮੇਰੇ 'ਚ ਇਹ ਟੇਲੈਂਟ ਪਾਇਆ ਹੋਣਾ ਕਿ ਹਾਂ ਬਈ ਇਹਦੇ ਵਿੱਚ ਇਹ ਪਾਓ। ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਸਭ ਤੋਂ ਪਾਵਰਫੁੱਲ ਤੁਹਾਡੇ ਹੁੰਦੇ ਨੇ ਡ੍ਰੀਮਸ, ਡ੍ਰੀਮਸ ਤੁਹਾਡੇ ਹੁੰਦੇ ਨੇ ਸਤੀ ਜੀ ਡਰਾਈਵਿੰਗ ਫੋਰਸ। ਬਿਲਕੁਲ, ਜਿੱਥੇ ਤੁਹਾਡਾ ਡ੍ਰੀਮ ਪੂਰਾ ਹੋਣਾ ਉਹ ਤੁਹਾਨੂੰ ਉੱਥੇ ਖਿੱਚ ਕੇ ਲੈ ਜਾਏਗਾ। ਤੁਸੀਂ ਚਾਹੁੰਦੇ ਜੀ ਮੈਂ ਕੈਨੇਡਾ ਸੈੱਟ ਹੋ ਜਾਵਾਂ, ਤੁਹਾਡਾ ਡ੍ਰੀਮ ਤੁਹਾਨੂੰ ਕੈਨੇਡਾ ਲੈ ਜਾਏਗਾ, ਜਿਵੇਂ ਅੱਜ ਕੱਲ੍ਹ ਮੈਨੀਫੈਸਟੇਸ਼ਨ ਕਹਿ ਦਿੰਦੇ। ਹਾਂ ਹਾਂ, ਉਹ ਹੀ ਕਹਿੰਦੇ ਨੇ। ਤਾਂ ਸਤੀ ਜੀ ਕੀ ਹੋਇਆ ਕਿ ਮੇਰਾ ਡ੍ਰੀਮ ਸੀ ਐਕਟਰ ਬਣਨਾ, ਪੰਜਾਬ 'ਚ ਇੰਡਸਟਰੀ ਹੈ ਨਹੀਂ ਸੀ। ਬਿਲਕੁਲ। ਅਤੇ ਮੇਰਾ ਡ੍ਰੀਮ ਕਿੱਥੇ ਪੂਰਾ ਹੋ ਸਕਦਾ ਸੀ? ਬੰਬੇ। ਮੈਂ ਚੰਗਾ ਭਲਾ ਯੂਨੀਵਰਸਿਟੀ ਵੀ ਜੋਬ ਕਰ ਰਿਹਾ, ਪੰਜਾਬ ਗੌਰਮੈਂਟ ਦੀ ਜੋਬ ਕਰ ਰਿਹਾ, PPS ਨਾਭੇ ਪੜ੍ਹਾ ਰਿਹਾ। ਅਤੇ ਉਸ ਤੋਂ ਬਾਅਦ ਮੈਂ ਸੋਚਿਆ ਹੁਣ ਮੈਂ ਕਿੱਥੇ ਪੂਰਾ ਕਰਾਂ ਡ੍ਰੀਮ, ਮੈਂ ਬੰਬੇ ਚਲਾ ਗਿਆ। ਡ੍ਰੀਮ ਤੁਹਾਡੀ ਡਰਾਈਵਿੰਗ ਫੋਰਸ ਨੇ, ਜਿੱਥੇ ਡ੍ਰੀਮ ਪੂਰਾ ਹੋਣਾ ਤੁਹਾਨੂੰ ਉੱਥੇ ਖਿੱਚ ਲਿਜਾਏਗਾ। ਬਿਲਕੁਲ, ਓਨਲੀ ਡ੍ਰੀਮ ਕੈਨ ਡਰਾਈਵ ਯੂ। ਅਤੇ ਉਹ ਡ੍ਰੀਮ ਸੀਗਾ, ਅਤੇ ਕੁਦਰਤ ਨੇ ਟੇਲੈਂਟ ਪਾਇਆ ਹੋਣਾ ਕੁਛ ਸੋਚ ਕੇ, ਅਤੇ ਉਹ ਡ੍ਰੀਮ ਪੂਰਾ ਕਰਨ ਲਈ ਮੈਂ ਬੰਬੇ ਚਲਾ ਗਿਆ 81। ਅਤੇ ਤੁਸੀਂ 5 ਨੌਕਰੀਆਂ ਕਰਦੇ ਸੀ, ਸਾਰੀਆਂ ਰਿਜ਼ਾਈਨ ਕਰਕੇ ਵਾਰੋ ਵਾਰੀ ਸਿਰ, ਹੈ ਨਾ? ਉਹ ਕੀ ਹੈ, ਮੈਨੂੰ ਡਰ ਲੱਗਦਾ ਸੀ ਕਿਤੇ ਮੈਂ ਪੱਕਾ ਨਾ ਹੋ ਜਾਵਾਂ।
ਮੈਨੂੰ ਨਾ ਕਦੇ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਸੀ ਕਿ ਜੇ ਮੈਂ ਪੱਕਾ ਹੋ ਗਿਆ ਨਾ ਫਿਰ ਪ੍ਰੋਵੀਡੈਂਟ ਫੰਡ ਗ੍ਰੈਜੂਟੀ ਇਹ ਗਿਣੀ ਜਾਊਂਗਾ। ਮੈਨੂੰ ਲੱਗਦਾ ਸੀ ਮੇਰੇ ਪੈਰਾਂ 'ਚ ਜ਼ੰਜੀਰ ਪੈ ਜਾਣੀ ਹੈ, ਫਿਰ ਮੈਂ ਜਾਣਾ ਨਹੀਂ। ਮੇਰੇ ਨਾਲ ਦੇ ਕਈ ਬੰਦੇ ਇੱਥੇ ਰਹਿ ਗਏ, ਮੇਰੇ ਨਾਲੋਂ ਜ਼ਿਆਦਾ ਟੈਲੈਂਟਡ ਹੋਣਗੇ, ਹੋ ਸਕਦਾ ਮੇਰੇ ਨਾਲੋਂ ਵੱਡੇ ਐਕਟਰ ਬਣ ਜਾਂਦੇ, ਪਰ ਉਹਨਾਂ ਨੇ ਰਿਸਕ ਨਹੀਂ ਲਿਆ। ਅਤੇ ਮੈਂ ਉਹ ਜ਼ੰਜੀਰ ਨਾ ਪਵੇ, ਪ੍ਰੋਬੇਸ਼ਨ ਪੀਰੀਅਡ 2 ਸਾਲ ਦਾ ਹੁੰਦਾ ਪਰਮਾਨੈਂਟ, ਉਦੋਂ ਪਹਿਲਾਂ ਰਿਜ਼ਾਈਨ ਕਰ ਦਿੰਦਾ ਸੀ, ਜੇਬ 'ਚ ਰਿਜ਼ਾਈਨ ਰੱਖਣਾ ਨਹੀਂ ਮੈਂ ਕਿਤੇ ਪਰਮਾਨੈਂਟ ਨਾ ਹੋ ਜਾਵਾਂ। ਹੁਣ ਲੋਕ ਇਹੀ ਸੋਚਦੇ ਨੇ ਵੀ ਮੈਂ ਪਰਮਾਨੈਂਟ ਹੋ ਜਾਵਾਂ, 2 ਮਹੀਨੇ ਰਹਿ ਗਏ, ਅਸੀਂ ਕਹਿੰਦੇ ਕਿਤੇ ਪਰਮਾਨੈਂਟ ਨਾ ਹੋ ਜਾ ਭਾਜੋ। ਅਤੇ ਪਹਿਲਾਂ ਐਸਾ ਪਲੇ, ਕਿਉਂਕਿ ਉਸ ਟਾਈਮ ਦਾ ਮੇਰਾ ਖਿਆਲ ਪਲੇਜ਼ ਹੋਣਗੇ, ਫਿਲਮਾਂ ਤਾਂ ਬਹੁਤ ਘੱਟ ਬਣਦੀਆਂ ਸੀਗੀਆਂ ਅਤੇ ਸਿਨੇਮਾਜ਼ ਵੀ ਘੱਟ ਹੁੰਦੇ ਸੀ, ਹੈ ਨਾ, ਸਿਨੇਮਾ ਹਾਲਸ ਵਗੈਰਾ, ਅਤੇ ਉਹ ਕਿਹੜਾ ਦੇਖਿਆ ਸੀ ਐਸਾ ਕਿ ਜਿੱਥੋਂ ਫਿਰ ਇਹ ਹੋਇਆ ਸੀਗਾ ਕਿ ਮੈਂ ਐਕਟਰ ਹੀ ਬਣਨਾ, ਜਾਂ ਸ਼ੁਰੂ ਤੋਂ ਬਸ ਆਪਣੇ ਆਪ ਹੀ ਹੁੰਦਾ ਸੀ ਮਨ ਦੇ ਵਿੱਚ? ਦੇਖੋ ਪਹਿਲਾਂ ਤਾਂ ਸਾਡੇ ਪਿੰਡਾਂ ਦੇ ਵਿੱਚ ਨਾ ਪਬਲਿਕ ਰਿਲੇਸ਼ਨ ਵਾਲੇ ਆਉਂਦੇ ਹੁੰਦੇ, ਹਾਂਜੀ, ਉਹ ਛੋਟਾ ਮੋਟਾ ਨਾਟਕ ਵੀ ਕਰਦੇ, ਗਾਣੇ ਵੀ ਗਾਉਂਦੇ, ਫਿਰ ਗੌਰਮੈਂਟ ਦਾ ਏਜੰਡਾ ਪੇਸ਼ ਕਰਦੇ। ਬਚਪਨ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਪਹਿਲੀ ਵਾਰੀ ਮੈਂ ਮੁਹੰਮਦ ਸਦੀਕ ਸਾਹਿਬ ਨੂੰ ਸੁਣਿਆ। ਅੱਛਾ ਜੀ। ਹਾਂ, ਅਤੇ ਸਾਡੇ ਪਿੰਡ ਆਉਂਦੇ ਹੁੰਦੇ ਉਹਨਾਂ ਨੇ ਗਾਣੇ ਵੀ ਗਾਣੇ, ਉਦੋਂ ਇੰਨੇ ਪ੍ਰੋਫੈਸ਼ਨਲੀ ਮਤਲਬ ਨਹੀਂ ਸੀ ਹੋਏ, ਜੋਬ ਕਰਦੇ ਸੀ ਪਬਲਿਕ ਰਿਲੇਸ਼ਨ 'ਚ, ਉਹਨਾਂ ਦੇ ਗਾਣੇ ਸੁਣਨੇ, ਫਿਰ ਉਹ ਉੱਥੇ ਛੋਟਾ ਮੋਟਾ ਉਹ ਨਾਟਕ ਵੀ ਕਰਦੇ ਸਟੇਜ 'ਤੇ, ਗੌਰਮੈਂਟ ਦਾ ਏਜੰਡਾ ਹੁੰਦਾ। ਫਿਰ ਮੈਂ ਮਲੇਰਕੋਟਲੇ ਦੇ ਨਾਲ, ਮੇਰਾ ਪਿੰਡ ਹੈ, ਉੱਥੇ ਜਿਹੜੇ ਮਰਾਸੀ ਹੁੰਦੇ ਸੀ ਉਹ ਆਉਂਦੇ ਸੀ ਪਿੰਡਾਂ 'ਚ ਵਿਆਹ ਸ਼ਾਦੀਆਂ 'ਤੇ, ਉਹਨਾਂ ਦੇ ਨਾਲ ਡਾਂਸਰਸ ਵੀ ਹੁੰਦੀਆਂ ਸੀ, ਮੁੰਡੇ ਡਾਂਸ ਕਰਦੇ ਹੁੰਦੇ ਕੁੜੀਆਂ ਬਣ ਕੇ, ਅਤੇ ਪਰ ਸਾਡੇ ਮਲੇਰਕੋਟਲੇ ਵਿੱਚ ਅਨੋ ਕੰਜਰੀ ਡਾਂਸਰ ਹੁੰਦੀ ਸੀ, ਉਹ ਆਉਂਦੀ ਹੁੰਦੀ ਸੀ, ਉਹਨਾਂ ਨੂੰ ਦੇਖ ਕੇ ਮੈਨੂੰ ਇਹ ਚੀਜ਼ ਅਟਰੈਕਟਿਵ ਲੱਗਦੀ ਹੁੰਦੀ ਸੀ। ਪ੍ਰੋਫੈਸ਼ਨ ਮੈਂ ਕੁਛ ਵੀ, ਮੈਂ ਕਿਹਾ ਯਾਰ ਇਹਨਾਂ ਦੀ ਲਾਈਫ ਅਲੱਗ ਹੈ, ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਜਾਣਾ ਚਾਹੀਦਾ। ਫਿਰ ਫਿਲਮਾਂ ਦੇਖਣੀਆਂ, ਕੋਠੇ 'ਤੇ ਸੌਂਦੇ ਸੀ, ਸਾਡੇ ਨਾਲ ਇੱਕ ਬਰੋਟਾ ਸੀ, ਉੱਥੋਂ ਉੱਤਰ ਕੇ ਬਾਜ਼ਾਰ 'ਚ ਅਸੀਂ 5 ਫਰੈਂਡ ਇਕੱਠੇ ਹੁੰਦੇ ਸੀ, ਉਹਦੇ ਕੋਲ ਰਾਜਦੂਤ ਮੋਟਰਸਾਈਕਲ ਸੀ ਤਰਲੋਚਨ ਸਿੰਘ ਕੋਲ, ਅਸੀਂ ਮਲੇਰਕੋਟਲੇ ਜਾਣਾ ਫਿਲਮ ਦੇਖਣੀ, ਆ ਕੇ ਫਿਰ ਬਰੋਟੇ ਤੋਂ ਚੜ੍ਹ ਕੇ ਕੋਠੇ 'ਤੇ ਸੌ ਜਾਣਾ, ਘਰੋਂ ਭੱਜ ਕੇ ਫਿਲਮਾਂ ਦੇਖਦੇ ਹੁੰਦੇ। ਉਹ ਫਿਰ ਨਾ ਇੱਕ ਅਲੱਗ ਹੀ ਵਰਲਡ ਮੈਨੂੰ ਲੱਗਦਾ ਹੁੰਦਾ ਸੀ ਵੀ ਇਹ ਲੋਕ ਅਲੱਗ ਨੇ, ਇਹਨਾਂ ਦੇ ਜੀਵਨ ਜੋ ਕਿ ਇੱਕ ਗਲੈਮਰ ਵਰਲਡ ਹੁੰਦਾ ਉਹਨੇ ਅਟਰੈਕਟ ਕੀਤਾ, ਯਾਰ ਇਹਨਾਂ 'ਚ ਚੱਲੀਏ, ਇਹ ਜੀਵਨ ਜੀਣਾ ਚਾਹੁੰਦਾ। ਬਸ ਕੁਦਰਤ ਜਿੱਧਰ ਨੂੰ ਲਈ ਗਈ ਅਤੇ ਉਹ ਸੋਚ ਕੇ ਫਿਰ ਮੈਂ ਚੱਲਦਾ ਗਿਆ ਜੀ। ਅਤੇ ਤੁਸੀਂ ਮਤਲਬ ਕਿ ਪੂਰੇ ਸਿੱਖੀ ਸਰੂਪ ਦੇ ਵਿੱਚ ਸੀਗੇ, ਤੁਸੀਂ ਅੰਮ੍ਰਿਤ ਵੀ ਛਕਿਆ ਹੋਇਆ ਸੀ, ਹੈ ਨਾ, 69 ਜਦੋਂ ਤੁਸੀਂ ਗਏ ਹੋ ਉੱਥੇ ਆਪਣਾ ਬੋਂਬੇ ਗਏ ਹੋ ਆਪਣੀ ਸਟਰਗਲ ਕਰਨ ਵਾਸਤੇ, ਫਿਲਮਾਂ ਦੇ ਵਿੱਚ ਕੰਮ ਕਰਨ ਦੇ ਵਾਸਤੇ, ਵਿਆਹ ਹੋ ਗਿਆ ਸੀ ਮਤਲਬ ਕਿ ਉਦੋਂ ਤਾਂ ਨਹੀਂ ਸੀਗਾ ਕੁਛ? ਵਿਆਹ ਹੋ ਗਿਆ। ਵਿਆਹ ਹੋ ਗਿਆ ਸੀਗਾ, ਅਤੇ ਫਿਰ ਫੈਮਿਲੀ ਨੇ ਕਿੱਦਾਂ ਐਕਸੈਪਟ ਕਰਿਆ ਕਿ ਹਾਂ ਤੁਸੀਂ ਉੱਧਰ ਜਾ ਕੇ ਹੁਣ ਸਟਰਗਲ? ਫੈਮਿਲੀ ਤਾਂ ਫਿਰ ਚਾਹ ਰਹੀ ਹੁੰਦੀ ਹੈ ਨਾ, ਮਤਲਬ ਫੈਮਿਲੀ ਚਾਹੁੰਦੀ ਹੈ ਵੀ ਉੱਥੇ ਜਾ ਕੇ ਕੁਛ ਬਣੇ ਨਾ ਬਣੇ, ਅਤੇ ਤੁਸੀਂ ਨਾ ਜਾਓ, ਐਡਾ ਰਿਸਕ ਲੈਣਾ, ਇੱਥੇ ਚੰਗੀ ਜੋਬ ਹੈ, ਜੋਬ ਕਰੀ ਜੋ ਦੁਨੀਆ ਕਰਦੀ ਸੀ, ਤੁਸੀਂ ਜੋਬ ਛੱਡ ਕੇ ਜਾ ਰਹੇ ਹੋ ਜੀ, ਅਤੇ ਅੱਗੇ ਕੁਛ ਬਣੇ ਨਾ ਬਣੇ ਦੂਸਰਾ ਸ਼ਹਿਰ ਹੈ, ਉੱਥੇ ਜਾ ਕੇ ਤੁਹਾਨੂੰ ਕੋਈ ਜਾਣਦਾ ਵੀ ਨਹੀਂ, ਮੈਨੂੰ ਜਾਣਦਾ ਵੀ ਨਹੀਂ ਸੀ ਕੋਈ ਉਸ ਟਾਈਮ ਤਾਂ, ਗੱਲ ਵੀ ਨਹੀਂ ਹੋ ਸਕਦੀ ਸੀ ਕਿਸੇ ਨਹੀਂ, ਉਦੋਂ ਤਾਂ ਲੈਂਡਲਾਈਨ ਹੁੰਦੀ ਸੀ, ਜੇ ਨੰਬਰ ਹੈਗਾ ਤਾਂ ਗੱਲ ਕਰ ਲਓ, ਵਰਨਾ ਕੋਈ ਕਹਾਣੀ। ਮੈਂ ਉਹਦਾ ਇੰਟਰਸਟਿੰਗ ਕਿੱਸਾ ਸੁਣਾਊਂਗਾ, ਮੇਰਾ ਪਹਿਲਾ ਦਿਨ ਜਾਂ ਦੂਜਾ ਦਿਨ ਮੁੰਬਈ 'ਚ ਕੀ ਸੀ, ਬੜਾ ਝਟਕੇਦਾਰ ਹੈ, ਮਤਲਬ ਤੁਸੀਂ ਸੋਚੋਗੇ ਇੱਥੋਂ ਸ਼ੁਰੂਆਤ ਹੋਈ, ਉਹ ਬਹੁਤ ਅੱਛੀ ਕਹਾਣੀ ਹੈ। ਅਤੇ ਇੱਥੋਂ ਫਿਰ ਮੈਂ ਚਲਾ ਗਿਆ, ਮੇਰੇ ਫਾਦਰ ਇਨ ਲਾਅ ਸੀਗੇ ਸਰਦਾਰ ਕਪੂਰ ਸਿੰਘ ਘੁੰਮਣ, ਅੱਛਾ ਜੀ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਪਲੇ ਰਾਈਟ ਸੀਗੇ, ਅਤੇ ਉਹਨਾਂ ਦੇ ਕਰਕੇ ਫਿਰ ਮੈਨੂੰ ਲੋਕ ਜਾਣਨ ਲੱਗੇ, ਬਲਵੰਤ ਗਾਰਗੀ ਨਾਲ ਪਲੇ ਕੀਤੇ, ਹਰਪਾਲ ਟਿਵਾਣਾ ਨਾਲ ਪਲੇ ਕੀਤੇ, ਅੱਛਾ ਜੀ, ਥੀਏਟਰ ਤੋਂ ਯੂਨੀਵਰਸਿਟੀ ਤੋਂ ਮੈਂ ਕੀਤਾ ਪਟਿਆਲਾ ਤੋਂ,
ਤੇ ਫਿਰ ਮੈਂ ਪਲੇ ਵੀ ਲਿਖਿਆ ਬੋਧੀ ਵਾਲਾ ਤਾਰਾ, ਮੇਰਾ ਬਹੁਤ ਪਾਪੂਲਰ ਪਲੇ ਆ, ਫੋਕ ਪਲੇ ਛਪਿਆ, ਹੁਣ ਉਹਦਾ ਪਾਰਟ 2 ਵੀ ਛਪ ਰਿਹਾ। ਅੱਛਾ ਜੀ। ਹਾਂਜੀ। ਤੇ ਕਹਿਣ ਦਾ ਮਤਲਬ ਹੈ ਕਿ ਥੀਏਟਰ ਕਰਦੇ ਸੀ, ਇਹ ਸਾਰਾ ਕੁਝ ਕਰਦੇ ਸੀ, ਤੇ ਮੈਂ ਕਿਹਾ ਡੈਡੀ ਨੂੰ ਵੀ ਮੈਂ ਜਾਣਾ। ਸਾਰੇ ਕਹਿੰਦੇ ਸੀ ਛੱਡ ਪਰੇ, ਇੱਥੇ ਥੀਏਟਰ ਕਰ, ਤੂੰ ਪਲੇ ਵੀ ਲਿਖਦਾ, ਰਾਈਟਰ ਹੈ। ਪਰ ਮੇਰਾ, ਮੈਂ ਕਿਹਾ ਜੇ 2 ਸਾਲ ਜਾ ਕੇ ਆਊਂਗਾ, ਜੇ ਕੁਛ ਬਣਿਆ ਤਾਂ ਆ ਜਾਊਂਗਾ, ਨਹੀਂ ਨਾ ਸੀ। ਉਹਨਾਂ ਨੇ ਮੈਨੂੰ ਇੱਕ ਲੈਟਰ ਦਿੱਤਾ, ਸੱਤੀ ਸੁਣਨ ਵਾਲੀ ਗੱਲ, ਲੈਟਰ ਦਿੱਤਾ, ਕਹਿੰਦੇ ਡਾਕਟਰ ਰਘਵੀਰ ਸਿੰਘ, ਪ੍ਰਿੰਸੀਪਲ ਖਾਲਸਾ ਕਾਲਜ ਮਟੂੰਗਾ, ਉੱਥੇ ਤੂੰ ਜਾ, ਆ ਲੈਟਰ ਲੈ ਜਾ। ਨੰਬਰ ਫੋਨ ਹੈ ਨਹੀਂ ਮੇਰੇ ਕੋਲ, ਲੈਂਡਲਾਈਨ, ਮੇਰਾ ਕਲਾਸ ਫੈਲੋ ਹੈ ਉੱਥੇ, ਇਸ ਵਕਤ ਪ੍ਰਿੰਸੀਪਲ ਹੈ ਖਾਲਸਾ ਕਾਲਜ ਮਟੂੰਗਾ, ਡਾਕਟਰ ਰਘਵੀਰ ਸਿੰਘ, ਅਤੇ ਉੱਥੇ ਤੁਸੀਂ ਜਾਓਗੇ, ਆ ਲੈਟਰ ਉਹਨੂੰ ਦੇ ਦੀ, ਅਤੇ ਉਹ ਤੈਨੂੰ ਕੁਛ ਨਾ ਕੁਛ ਰਹਿਣ ਲਈ ਕਰ ਦੇਗਾ। ਮੈਂ ਕਿਹਾ ਵੀ ਇੱਕ ਵਾਰੀ ਮੈਨੂੰ 1-2 ਮਹੀਨੇ ਰੱਖ ਲਵੇ ਕੋਈ ਬੰਦਾ, ਬਾਕੀ ਤਾਂ ਰਸਤੇ ਤੁਸੀਂ ਆਪ ਬਣਾਉਣੇ ਹੁੰਦੇ ਨੇ ਜੀ, ਜਿਵੇਂ ਕਹਿੰਦੇ ਨੇ ਨਾ, ਮੰਜ਼ਿਲ ਕੀ ਬਾਤੇ ਤੋ ਖੁਆਬ ਜੈਸੀ ਬਾਤੇ ਹੈ, ਮੰਜ਼ਿਲ ਕੀ ਬਾਤੇ ਤੋ ਖੁਆਬ ਜੈਸੀ ਬਾਤੇ ਹੈ, ਉਮਰ ਬੀਤ ਜਾਤੀ ਹੈ ਰਾਸਤੇ ਬਣਾਉਣੇ ਮੈਂ। ਮੈਂ ਕਿਹਾ ਅੱਗੇ ਤਾਂ ਰਸਤੇ ਬਣਾ ਲੂੰਗਾ, ਮੈਨੂੰ ਉੱਥੇ ਕੋਈ ਰਹਿਣ ਨੂੰ ਜਗ੍ਹਾ ਤਾਂ ਕੋਈ ਜਾਣਦੇ ਨਹੀਂ ਬੰਬੇ 'ਚ। ਬਿਲਕੁਲ। ਮੈਂ ਪਹੁੰਚ ਗਿਆ ਜੀ ਬੰਬੇ, ਹੁਣ ਪੈਸੇ ਪੂਸੇ ਹੁੰਦੇ ਨਹੀਂ ਹੋਟਲਾਂ ਹੋਟਲਾਂ ਵਾਸਤੇ, ਪਿੰਡ 'ਚੋਂ ਇੱਕ ਮਿਡਲ ਕਲਾਸ ਫੈਮਿਲੀ ਵੀ ਕੀ ਹੈ, ਮਤਲਬ ਤੁਸੀਂ ਇਹ ਸੋਚਣ ਨਾ, ਪਿੰਡ 'ਚ ਗਜ਼ਾ ਵੀ ਮੈਂ ਕਰਦਾ ਸੀ, ਅਸੀਂ ਪਿੰਡ 'ਚੋਂ ਰੋਟੀ ਮੰਗ ਕੇ ਖਾਣ ਵਾਲੇ ਬੰਦੇ ਸੀ, ਚਾਹੇ ਗ੍ਰੰਥੀ ਸੀ, ਹੈ ਨਾ, ਹੈ ਤਾਂ ਫੈਕਟ ਤਾਂ ਉਹੀ ਹੈ। ਬਿਲਕੁਲ। ਹੁਣ ਸਾਡਾ ਕੋਈ ਗੋਡਫਾਦਰ ਨਹੀਂ ਸੀ, ਨਾ ਉਹਨਾਂ ਕੋਲ ਪੈਸੇ ਸੀ, ਨਾ ਜ਼ਮੀਨ ਜਾਇਦਾਦਾਂ, ਕੁਛ ਵੀ ਨਹੀਂ ਸੀ। ਸਾਡਾ ਤਾਂ ਇਹ ਵੀ ਕੰਮ ਕਰਾਂਗੇ ਤਾਂ, ਹੁਣ ਫਾਦਰ ਵੀ ਸਾਡੇ ਪੰਜਾਬ ਤੋਂ ਬਾਹਰ ਕਦੇ ਗਏ ਨਹੀਂ, ਰਿਲੇਸ਼ਨ ਹੈ ਨਹੀਂ, ਉਹ ਮੇਰੇ ਫਾਦਰ ਨੂੰ ਲਾਉਂਦੇ ਸੀ ਕਦੇ ਤੇ, ਉਹਨਾਂ ਦੀ ਕਿਰਪਾ ਨਾਲ ਮੈਂ ਉੱਥੇ ਪਹੁੰਚ ਗਿਆ ਬੰਬੇ। ਹੁਣ ਪੈਸੇ ਤਾਂ ਹੈ ਨਹੀਂ, 2000 ਰੁਪਈਆ ਅਟੈਚੀ 'ਚ ਕੱਪੜੇ ਲੈ ਕੇ ਮੈਂ ਪਹੁੰਚ ਗਿਆ। ਹੁਣ ਉੱਥੇ ਰਹਾਂ ਕਿੱਥੇ, ਮੇਰੇ ਦਿਮਾਗ 'ਚ ਇਹੀ ਆਇਆ ਸੀ ਵੀ ਇੱਥੇ ਗੁਰਦੁਆਰੇ 'ਚ ਰਹਿੰਦੇ ਹਾਂ, ਵੀ 2-3 ਦਿਨ ਰਹਾਂਗੇ ਤਾਂ ਫਿਰ ਅੱਗੇ ਤਾਂ ਪ੍ਰਿੰਸੀਪਲ ਨਾਲ ਗੱਲ ਹੋ ਜਾਣੀ ਹੈ। ਪਹਿਲਾਂ ਮੈਂ ਦਾਦਰ ਗੁਰਦੁਆਰੇ ਗਿਆ, ਉੱਥੇ ਹਾਊਸਫੁੱਲ, ਉਹ ਕਹਿੰਦੇ ਜੀ ਇੱਥੇ ਨਹੀਂ ਤੁਸੀਂ, ਉਹ ਤਾਂ ਜਗ੍ਹਾ ਹੀ ਨਹੀਂ ਹੈ। ਫਿਰ ਮੈਨੂੰ ਕਿਹਾ ਵੀ ਇੱਥੇ ਨਾ ਕੋਹਲੀਵਾੜੇ ਇੱਕ ਗੁਰਦੁਆਰਾ ਹੈ, ਉੱਥੇ ਤੁਸੀਂ ਜਾਓ। ਮੈਂ ਉੱਥੇ ਆ ਗਿਆ ਅਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਤਾਂ ਇੱਥੇ ਰਹਿਣਾ 2 ਦਿਨ। ਪਹਿਲਾਂ ਤਾਂ ਮੈਨੂੰ ਉਹਨੇ ਦੇਖਿਆ ਇਸ ਤਰ੍ਹਾਂ, ਹਾਂਜੀ, ਕਹਿੰਦਾ ਜੀ ਗੁਰਦੁਆਰੇ 'ਚ ਰਹਿ ਰਹੇ ਹੋ ਅਤੇ ਤੁਹਾਨੂੰ ਪਤਾ ਇੱਥੇ ਕਿਸ ਤਰ੍ਹਾਂ ਰਹਿਣਾ ਹੁੰਦਾ, ਸਿਰ ਢੱਕਣਾ ਹੁੰਦਾ, ਆਹ ਕਰਨਾ। ਮੈਂ ਇੱਕ ਵਾਰੀ ਤਾਂ ਮੁਸਕਰਾਇਆ ਵੀ ਮੈਂ ਤਾਂ ਆਪ ਖੁਦ ਗ੍ਰੰਥੀ ਰਿਹਾ, ਮੈਨੂੰ ਪਤਾ ਹੀ ਹੈ ਹੁਣ ਤੁਸੀਂ ਮੈਨੂੰ ਦੇਖ ਰਹੇ ਹੋ। ਅਤੇ ਫਿਰ ਉਹ ਕਹਿੰਦਾ ਤੁਸੀਂ 2 ਦਿਨ ਰਹਿ ਸਕਦੇ ਹੋ, ਬਾਕੀ 2 ਦਿਨ ਤੋਂ ਜ਼ਿਆਦਾ ਅਲਾਊਡ ਹੀ ਨਹੀਂ ਹੈ, ਇਹ ਰੂਲ ਹੈ। ਬੜੇ ਅੱਛੇ ਤਰੀਕੇ ਨਾਲ ਮਿਲਿਆ, ਕਮਰੇ 'ਚ ਉਹਨੇ ਚਾਬੀ ਦਿੱਤੀ, ਅਟੈਚੀ ਰੱਖਿਆ, ਅਤੇ ਮੈਂ ਬਾਹਰ ਥੋੜ੍ਹਾ ਜਿਹਾ ਚਾਹ ਚੂਹ ਪੀਣ ਗਿਆ। ਮੈਂ ਉਹ ਗੁਰਦੁਆਰੇ ਤੋਂ ਜ਼ਿਆਦਾ ਦੂਰ ਹੀ ਨਹੀਂ ਗਿਆ, ਮੈਨੂੰ ਡਰ ਲੱਗੇ ਮੈਂ ਕਿਤੇ ਖੋ ਨਾ ਜਾਵਾਂ, ਕਿਉਂਕਿ ਐਡੇ ਵੱਡੇ ਸ਼ਹਿਰ 'ਚ ਉਹਨਾਂ ਨੇ ਜਾਣਾ ਹੈ ਨਾ। ਅਤੇ ਮੈਂ ਨੇੜੇ 'ਚੋਂ ਚਾਹ ਜੀ ਪੀ ਕੇ ਆ ਕੇ ਬੈਠ ਗਿਆ, ਅਤੇ ਗਿਆਨੀ ਕਹਿੰਦਾ ਜੀ ਇੱਥੇ ਕੀ ਮਤਲਬ, ਇੰਟਰਵਿਊ 'ਤੇ ਆਇਆ? ਮੈਂ ਕਿਹਾ ਇੰਟਰਵਿਊ ਨਹੀਂ ਯਾਰ, ਮੈਂ ਐਕਟਰ ਬਣਨਾ। ਕਹਿੰਦਾ ਐਕਟਰ ਬਣਨਾ? ਮੈਂ ਕਿਹਾ ਐਕਟਰ ਤਾਂ ਮੈਂ ਹੈਗਾ, ਚਾਂਸ ਲੈਣਾ, ਐਕਟਰ ਤਾਂ ਹੁੰਦਾ ਹੀ ਹੈ ਨਾ ਬੰਦਾ, ਐਕਟਰ ਬਣਨਾ ਥੋੜ੍ਹੀ ਹੁੰਦਾ ਹੈ ਨਾ। ਮੈਂ ਕਿਹਾ ਠੀਕ ਹੈ ਜੀ। ਅਤੇ ਇੱਥੇ ਫਿਰ 2 ਦਿਨਾਂ 'ਚ ਕੀ ਹੋ ਜਾਣਾ? ਮੈਂ ਕਿਹਾ ਜੀ ਉਹ ਅੱਛਾ, ਉੱਥੋਂ ਵਾਕਿੰਗ ਡਿਸਟੈਂਸ ਹੈ ਗੁਰਦੁਆਰੇ ਤੋਂ ਖਾਲਸਾ ਕਾਲਜ ਮਟੂੰਗਾ। ਮੈਂ ਕਿਹਾ ਜੀ ਆਹ ਮਟੂੰਗਾ ਕਾਲਜ ਹੈ, ਉੱਥੇ ਪ੍ਰਿੰਸੀਪਲ ਰਘਵੀਰ ਸਿੰਘ ਨੇ।
ਕਹਿੰਦਾ ਹਾਂ ਜਾਣਦਾ ਸੀ, ਪਾਠ ਕਰਦੇ ਹਾਂ ਉਹਨਾਂ ਦੇ। ਅਤੇ ਮੈਂ ਕਿਹਾ ਇੱਕ ਲੈਟਰ ਲੈ ਕੇ ਆਇਆ ਡੈਡੀ ਦਾ, ਉਹਨਾਂ ਨੂੰ ਦੇਊਂਗਾ, ਕੱਲ੍ਹ ਮਿਲੂੰਗਾ ਅਤੇ ਰਹਿਣ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ ਹੋ ਜਾਓ, ਮੈਂ ਉਹਨੂੰ ਕਹੂੰਗਾ ਹੋਸਟਲ 'ਚ ਰੱਖ ਲਓ। ਹਾਂਜੀ, ਉਹ ਤੋਂ ਬਾਅਦ ਫਿਰ ਟੈਚੀ ਚੱਕ ਕੇ ਲੈ ਜਾਂਗੇ। ਹੋ ਗਿਆ ਜੀ, ਸਵੇਰੇ ਗਿਆ ਜੀ, ਨਹਾ ਧੋ ਕੇ ਗੁਰਦੁਆਰੇ ਮੱਥਾ ਟੇਕਿਆ, ਰੱਬ ਦਾ ਆਸ਼ੀਰਵਾਦ ਲਿਆ, ਸਿੱਧਾ ਪਹੁੰਚ ਗਿਆ ਉੱਥੇ। ਕਾਲਜ ਚਹਿਲ ਪਹਿਲ ਸੀ ਅਤੇ ਉੱਥੇ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਇੱਕ ਬੰਦਾ ਬੈਠਾ ਸੀ ਅਤੇ ਉਹਨੂੰ ਮੈਂ ਜਾ ਕੇ ਕਿਹਾ ਜੀ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਣਾ ਹੈ ਅਤੇ ਦੱਸੋ। ਅਤੇ ਮੈਂ ਉਹਨੂੰ ਲੈਟਰ ਦਿੱਤਾ ਵੀ ਇਹਨਾਂ ਦਿਨਾਂ ਲੈਟਰ, ਮੈਂ ਪੰਜਾਬ ਤੋਂ ਆਇਆ। ਕਹਿੰਦਾ ਅੱਛਾ ਤੁਸੀਂ ਬੈਠੋ। ਉਹਨੇ ਲੈਟਰ ਲਿਆ ਅਤੇ ਅੰਦਰ ਲੈ ਗਿਆ। ਉਹਨਾਂ ਨੇ ਲੈਟਰ ਅੰਦਰ ਖੋਲ੍ਹਿਆ ਹੋਣਾ, ਦੇਖਿਆ ਹੋਣਾ, ਪੜ੍ਹਿਆ ਹੋਣਾ, ਤੂੰ ਲੈਟਰ ਕਿੱਡਾ ਕੁ ਹੁੰਦਾ, ਇੰਨਾ ਕੀ ਹੁੰਦਾ। ਅਤੇ ਉਹਨਾਂ ਨੇ ਬੁਲਾ ਲਿਆ ਅਤੇ ਮੈਨੂੰ ਪਹਿਲਾ ਹੀ ਡਾਇਲੋਗ ਉਹਨਾਂ ਨੇ ਮਾਰਿਆ, ਕਹਿੰਦੇ ਜੀ ਤੁਹਾਨੂੰ ਫਿਲਮੋਨੀਆ ਹੋ ਗਿਆ। ਮੈਂ ਕਿਹਾ ਹਾਂਜੀ, ਪੈਰੀਆਂ ਹੱਥ ਲਾਏ ਬਹਿ ਗਏ, ਕੀ ਪੀਓਗੇ? ਮੈਂ ਕਿਹਾ ਜੀ ਚਾਹ। ਚਾਹ ਪੀਣ ਬੈਠੇ, ਮੈਂ ਕਿਹਾ 10-15 ਮਿੰਟ ਗੱਲ ਹੋ ਜਾਏਗੀ। ਅਤੇ ਹੁਣ ਲੈਟਰ ਪੜ੍ਹਿਆ, ਕਹਿੰਦੇ ਉਹਨਾਂ ਦੇ ਕੀ ਹਾਲ ਹੈ ਘੁੰਮਣ ਸਕਦਾ? ਮੈਂ ਕਿਹਾ ਜੀ ਫਸਟ ਕਲਾਸ ਹੈ, ਉਦੋਂ ਮੋਬਾਈਲ ਤਾਂ ਆਉਂਦੇ ਨਹੀਂ ਸੀ। ਅਤੇ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ? ਮੈਂ ਕਿਹਾ ਜੀ ਮੈਨੂੰ ਰਹਿਣ ਲਈ ਮਹੀਨਾ ਕੁ ਜਗ੍ਹਾ ਮਿਲ ਜੇ ਅਤੇ ਮੈਂ ਕਿਵੇਂ ਕਰ ਸਕਦਾ। ਮੈਂ ਕਿਹਾ ਜੀ ਹੋਸਟਲ 'ਚ ਕੋਈ ਜਗ੍ਹਾ ਹੈ ਤਾਂ ਦੇ ਦਿਉ, ਉਹ ਕਿਰਾਇਆ ਦੇ ਦਾਂਗੇ, ਜਾਂ ਕਿਸੇ ਬੰਦੇ ਨਾਲ ਮੈਨੂੰ ਕਰ ਦਿਉ, ਮੈਂ ਤਾਂ ਥੱਲੇ ਪੈ ਜਾਊਂਗਾ, ਮੈਨੂੰ ਤਾਂ ਬੰਬੇ 'ਚ ਥੋੜ੍ਹੇ ਦਿਨ ਰਹਿਣਾ ਤਾਂ ਕਿ ਰਸਤਾ ਬਣਾਵਾਂ। ਬਿਲਕੁਲ। ਉਹ ਕਹਿੰਦੇ ਮੈਂ ਸ਼ਾਮ ਨੂੰ ਮੇਰੇ ਕੋਲ ਸਪੋਰਟਸ ਦਾ DP-HD ਜਿਹੜਾ ਬੰਦਾ ਆਏਗਾ, ਉਹੀ ਹੋਸਟਲ ਵਾਰਡਨ ਹੈ, ਉਹਦੇ ਨਾਲ ਗੱਲ ਕਰਾਂਗਾ। ਮੈਂ ਕਿਹਾ ਜੀ ਗੱਲ ਨਹੀਂ ਕਰਨੀ, ਮੈਂ ਅੱਜ ਦੀ ਰਾਤ ਕੱਟ ਲਈ, ਕੱਲ੍ਹ ਦੀ ਰਾਤ ਹੀ ਕੱਟ ਸਕਦਾ, ਮੈਂ ਤਾਂ ਕੱਲ੍ਹ ਉੱਥੋਂ ਗੁਰਦੁਆਰੇ ਤੋਂ ਚਲਾ ਜਾਣਾ। ਹਾਂ ਬਿਲਕੁਲ, ਛੱਡਣਾ ਉੱਥੇ, ਛੱਡਣਾ ਪੈਣਾ। ਨਹੀਂ ਮੈਂ ਉੱਥੇ ਪਤਾ ਕਰਦਾ। ਮੈਂ ਕਿਹਾ ਸਰ ਤੁਸੀਂ ਮੈਨੂੰ ਜੇ ਨਾ ਕੀਤਾ ਨਾ, ਮੈਂ ਤੁਹਾਡੇ ਘਰੇ ਟੈਚੀ ਲੈ ਕੇ ਆ ਜਾਣਾ, ਮੈਨੂੰ ਕੋਈ ਬੰਦਾ ਹੀ ਨਹੀਂ ਜਾਣਦਾ ਬੰਬੇ 'ਚ। ਹੱਸਣ ਲੱਗ ਗਏ, ਕਿਉਂਕਿ ਉਹ ਖਾਲਸਾ ਕਾਲਜ ਮਟੂੰਗਾ ਨਾ, ਉਹਦੇ ਉੱਤੇ ਹੀ ਪ੍ਰਿੰਸੀਪਲ ਦੀ ਰਹਿਸ਼ ਹੁੰਦੀ। ਅੱਛਾ। ਹਾਂ, ਅਤੇ ਹੱਸਣ ਲੱਗ ਗਏ, ਕਹਿੰਦੇ ਕੋਈ ਨਾ ਕੋਈ ਨਾ ਕੁਛ ਹੋ ਜਾਏਗਾ। ਮੈਂ ਗਿਆ, ਗਿਆਨੀ ਕਹਿੰਦਾ ਕੀ ਬਣਿਆ? ਮੈਂ ਕਿਹਾ ਹੋ ਗਿਆ ਕੰਮ। ਕਹਿੰਦੇ ਹੋ ਗਿਆ? ਮੈਂ ਕਿਹਾ ਪ੍ਰਿੰਸੀਪਲ ਨਾਲ ਗੱਲ ਆ ਗਈ, ਚਾਹ ਪੀ ਕੇ ਆਇਆ, ਕਹਿ ਤਾ ਕੱਲ੍ਹ ਜਾਊਂਗਾ, ਹੋਸਟਲ 'ਚ ਕਿਸੇ ਬੰਦੇ ਨਾਲ ਐਡਜਸਟ ਕਰ ਦੇਣਗੇ ਜਾਂ ਕਮਰਾ ਦੇ ਦੇਣਗੇ, ਟੈਚੀ ਜਾ ਕੇ ਚਲੇ ਜਾਣਾ। ਕਹਿੰਦਾ ਵੈਰੀ ਗੁੱਡ। ਅਸੀਂ ਬੜੇ ਖੁਸ਼ ਘੁੰਮ ਰਹੇ ਇੱਧਰ ਉੱਧਰ, ਥੋੜ੍ਹਾ ਗੁਰਦੁਆਰੇ ਤੋਂ ਦੂਰ ਵੀ ਜਾ ਕੇ ਦੇਖਿਆ ਵੀ ਹੁਣ ਤਾਂ ਠੀਕ ਹੈ ਕਹਾਣੀ। ਦੂਜੇ ਦਿਨ ਜੀ ਤਿਆਰ ਹੋ ਕੇ ਉਸੇ ਤਰ੍ਹਾਂ ਮਹਾਰਾਜ ਦੇ ਸਾਹਮਣੇ ਮੱਥਾ ਟੇਕਿਆ, ਆਸ਼ੀਰਵਾਦ ਲਿਆ ਵੀ ਹੋ ਜੂਗਾ ਹੁਣ ਕੰਮ ਜੋ ਮੈਂ ਸੋਚ ਕੇ ਆਇਆ। ਮੈਂ ਗਿਆ ਉੱਥੇ, ਕਾਫੀ ਲੋਕ ਖੜ੍ਹੇ, ਪੀਣ ਨਹੀਂ ਸੀ ਬੈਠਾ, ਮੈਂ ਉੱਥੇ ਖੜ੍ਹ ਗਿਆ। ਹੁਣ ਮੈਂ ਤਾਂ ਕੋਈ ਜਾਣਦਾ ਨਹੀਂ, ਕਿਹਦੇ ਨਾਲ ਗੱਲ ਕਰਾਂ? ਜਦੋਂ ਪੀਣ ਆਇਆ, ਮੈਂ ਕਿਹਾ ਸਰ ਪ੍ਰਿੰਸੀਪਲ ਸਾਹਿਬ ਨੂੰ ਮਿਲਣਾ। ਕਹਿੰਦੇ ਤੁਹਾਨੂੰ ਨਹੀਂ ਪਤਾ? ਮੈਂ ਕਿਹਾ ਕੀ ਹੋਇਆ? ਕਹਿੰਦੇ ਕੱਲ੍ਹ ਰਾਤ ਉਹਨਾਂ ਨੂੰ ਹਾਰਟ ਅਟੈਕ ਆਇਆ, ਉਹਨਾਂ ਦੀ ਡੈਥ ਹੋ ਗਈ, ਆਹ ਛੁੱਟੀ ਹੈ ਨਾ ਇਸੇ ਕਰਕੇ। ਅੱਛਾ ਜੀ, ਇਹੀ ਤਾਂ ਮੈਂ ਕਹਿ ਰਿਹਾ ਸਤੀ, ਉਹ ਬੰਦਾ ਜਿਹੜਾ ਤੁਹਾਨੂੰ ਬੰਬੇ 'ਚ ਇੱਕੋ ਹੀ ਬੰਦਾ ਜਾਣਦਾ, ਜਿਹੜਾ ਕੱਲ੍ਹ ਤੱਕ ਮੇਰੀ ਅੱਜ ਸਵੇਰ ਤੱਕ ਹੋਪ ਹੈ, ਉਹਦੀ ਰਾਤੀ ਡੈਥ ਹੋ ਗਈ। ਕਿੱਡਾ ਵੱਡਾ ਇਤਫਾਕ ਹੈ ਨਾ। ਮੈਂ ਇਤਫਾਕ ਨਹੀਂ, ਮਤਲਬ ਮੈਨੂੰ ਸਮਝ ਨਾ ਆਵੇ ਮੈਂ ਜਾਵਾਂ ਕਿ ਮੈਂ ਪੂਰਾ ਬੰਬੇ 'ਚ ਕੋਈ ਨਹੀਂ ਜਾਣਦਾ, ਮੈਨੂੰ ਸਮਝ ਹੀ ਨਹੀਂ ਆਈ ਗੱਲ। ਮੈਂ ਕਾਫੀ ਦੇਰ ਤਾਂ ਝਟਕੇ 'ਚ ਹੀ ਰਿਹਾ ਵੀ ਇੱਕ ਬੰਦਾ ਜਾਣਦਾ ਸੀ, ਉਹੀ ਮਰ ਗਿਆ, ਔਰ ਉਹ ਵੀ ਪਹਿਲੇ ਦਿਨ ਹੀ। ਹਾਂ ਬਿਲਕੁਲ।
ਮੈਨੂੰ ਉਹਨੀ ਜਗ੍ਹਾ ਦੇਣੀ ਸੀ, ਹੁਣ ਮੇਰੇ ਕੋਲ ਕੋਈ ਜਗ੍ਹਾ ਨਹੀਂ। ਹੋਪ ਹੁੰਦੀ ਹੈ ਬਹੁਤ, ਗੁਰਦੁਆਰੇ ਜਾਓ ਤਾਂ ਦੋ, ਉਹਨਾਂ ਨੇ ਵੈਸੇ ਜਵਾਬ ਦਿੱਤਾ ਸੀ ਗੁਰਦੁਆਰਾ ਸਾਹਿਬ ਵਾਲਿਆਂ ਨੇ ਤਾਂ ਬਿਲਕੁਲ। ਅੱਗੇ ਸੁਣਨਾ ਬੜੀ ਇਦੋਂ ਵੀ ਇੰਟਰਸਟਿੰਗ ਹੈ। ਅਤੇ ਉਸ ਤੋਂ ਜਦੋਂ ਮੈਂ ਗਿਆ, ਗਿਆਨੀ ਜੀ ਨੂੰ ਕਿਹਾ, ਕਹਿੰਦੇ ਹੋ ਗਿਆ ਤੁਹਾਡਾ ਕੰਮ? ਮੈਂ ਕਿਹਾ ਜੀ ਹੋਇਆ ਨਹੀਂ। ਕਹਿੰਦੇ ਕੀ ਹੋਇਆ? ਮੈਂ ਕਿਹਾ ਪ੍ਰਿੰਸੀਪਲ ਸਾਹਿਬ ਦੀ ਡੈਥ ਹੋ ਗਈ। ਕੀ ਗੱਲ ਕਰਦੇ ਹੋ? ਮੈਂ ਕਿਹਾ ਹਾਂ ਹੋ ਗਈ, ਪਤਾ ਕਰ ਲਓ। ਨਹੀਂ ਨਹੀਂ ਸਾਨੂੰ ਚੰਗੀ ਤਰ੍ਹਾਂ ਜਾਣਦੇ, ਉਹਨਾਂ ਦੇ ਘਰ ਖੰਡ ਪਾਠ ਅਸੀਂ ਉਹ ਕਰਦੇ ਹਾਂ। ਅਤੇ ਬੜੀ ਵੈਰੀ ਸੈਡ। ਮੈਂ ਕਿਹਾ ਹਾਂਜੀ। ਅਤੇ ਮੈਂ ਕਿਹਾ ਜਦੋਂ ਪ੍ਰਿੰਸੀਪਲ ਹੀ ਨਹੀਂ, ਫਿਰ ਮੇਰਾ ਕੰਮ ਕੀ ਹੋਣਾ ਸੀ? ਬਹਿ ਗਏ, ਉਹਨਾਂ ਨੇ ਚਾਹ ਮੰਗਾਈ, ਪੀਤੀ, ਉਹ ਵੀ ਵਿਚਾਰੇ ਉਦਾਸ ਜਿਹੇ ਹੋ ਗਏ। ਅਤੇ ਉਸ ਤੋਂ ਬਾਅਦ ਕਹਿੰਦੇ ਹੁਣ ਕੀ ਕਰੋਗੇ? ਮੈਂ ਕਿਹਾ ਮੈਨੂੰ ਕੋਈ ਨਹੀਂ ਜਾਣਦਾ, ਹੁਣ ਤੂੰ ਜਾਣਦਾ। ਦੇਖ ਲਓ ਨਹੀਂ ਨਹੀਂ ਮਤਲਬ ਕਿਵੇਂ ਤੁਹਾਡੇ ਸੋਰਸ ਬਣ। ਬਿਲਕੁਲ ਬਿਲਕੁਲ। ਮੈਂ ਕਿਹਾ ਤੁਸੀਂ ਇੱਕ ਕੰਮ ਕਰੋ, ਥੋੜ੍ਹੀ ਦੇਰ ਬੈਠੇ ਚਾਹ ਛਾਪੇ ਤੀ, ਮੈਂ ਕਿਹਾ ਤੁਸੀਂ ਮੈਨੂੰ ਰੱਖ ਸਕਦੇ ਹੋ, ਮੈਂ ਤੁਹਾਨੂੰ ਪੈਸੇ ਪੇ ਕਰੂੰਗਾ। ਉਹਨੇ ਇੰਝ ਅਸਮਾਨ ਵੱਲ ਦੇਖਿਆ, ਫਿਰ ਕਹਿੰਦੇ ਆਓ ਘਰ ਚੱਲੀਏ। ਮੇਰੀ ਹੋਪ ਫੇਰ ਬੰਨ ਗਈ। ਉਹਨਾਂ ਦੇ ਘਰੇ ਗਏ, ਉਹਨਾਂ ਦੇ ਘਰੇ 'ਚ 10x10 ਦਾ ਕਮਰਾ, ਤੂੰ ਦੇਖ ਲੈ ਜਿੰਨੀ ਜਗ੍ਹਾ 'ਚ ਆਪਾਂ ਬੈਠੇ। ਇਹਦੇ 'ਚ ਇੱਕ ਦੀਵਾਨ ਲੱਗਿਆ ਹੋਇਆ, ਇੱਕ ਟੇਬਲ ਦੇ ਉੱਤੇ ਗੈਸ ਰੱਖੀ ਹੋਈ, ਇੱਕ ਅਲਮਾਰੀ, ਲੈਟਰਿਨ ਬਾਥਰੂਮ ਕੰਬਾਈਨ, 10x10 ਦਾ ਕਮਰਾ। ਅਤੇ ਉਹਦੀ ਮੰਮੀ ਸੀ, ਕਹਿੰਦਾ ਮੰਮੀ ਚਾਹ ਬਣਾਓ। ਮੈਂ ਨਮਸਕਾਰ ਕੀਤੀ, ਬੈਠ ਕੇ ਚਾਹ ਪੀਣ ਲੱਗ ਗਏ। ਮੈਂ ਦੀਵਾਨ 'ਤੇ ਬਹਿ ਗਿਆ, ਉਹ ਨਾਲ ਕੁਰਸੀ ਜੀ ਛੋਟੀ ਜਿਹੀ ਉੱਥੇ ਬਹਿ ਗਿਆ। ਕੋਈ ਗੱਲ ਖਾਸ ਨਹੀਂ ਕੀਤੀ। ਕਹਿੰਦੇ ਹੋਰ ਸੁਣਾਓ। ਹੁਣ ਹੋਰ ਸੁਣਾਉਣ ਨੂੰ ਤਾਂ ਬਚਿਆ ਨਹੀਂ ਸੀਗਾ। ਹੁਣ ਖੁਸ਼ੀ ਮੂਡ ਹੁੰਦਾ ਤਾਂ 20 ਗੱਲਾਂ ਕਰਦਾ ਬੰਦਾ। ਯਾਰ ਮੈਂ ਕਿਹਾ ਆਹ ਪ੍ਰੋਬਲਮ ਹੋ ਜੇ ਨਾ ਬਸ, ਮੈਂ ਇੱਕੋ ਹੀ ਗੱਲ ਉਹਨੂੰ ਕਹੀ ਜਾਵਾਂ, ਜੇ ਪ੍ਰੋਬਲਮ ਸੋਲਵ ਹੋ ਜੇ। ਅਤੇ ਚਾਹ ਪੀ ਕੇ ਕਹਿੰਦਾ ਉਹ ਚੱਲੀ, ਕੋਈ ਗੱਲ ਹੀ ਨਹੀਂ ਕੀਤੀ। ਉੱਥੇ ਬਾਹਰ ਆ ਕੇ ਗੁਰਦੁਆਰੇ ਬੈਠੇ, ਮੈਨੂੰ ਕਹਿੰਦਾ ਮੈਂ ਅਗਰ ਤੁਹਾਨੂੰ ਪਹਿਲਾਂ ਨਾ ਕਰ ਦਿੰਦਾ, ਤੁਸੀਂ ਮੰਨਣਾ ਨਹੀਂ ਸੀ ਵੀ ਮੈਨੂੰ ਟਰਕਾ ਤਾ। ਬਿਲਕੁਲ। ਕਹਿੰਦਾ ਮੈਂ ਤੁਹਾਨੂੰ ਘਰ ਦਿਖਾਇਆ, ਇੱਕ ਦੀਵਾਨ ਹੈ, ਇੱਕ ਅਲਮਾਰੀ ਹੈ, ਇੱਕ ਉਹ ਪਿਆ, ਔਰ ਬਾਕੀ ਉਹ ਦੀਵਾਰ 'ਤੇ ਨਹੀਂ ਭਾਂਡੇ 'ਚ ਰੱਖਣ ਦੀਆਂ, ਉਹ ਟੰਗਣ ਦੀਆਂ। ਬਿਲਕੁਲ ਬਿਲਕੁਲ। ਲੈਟਰਿਨ ਬਾਥਰੂਮ ਕੰਬਾਈਂਡ ਹੈ। ਕਹਿੰਦਾ ਇੱਥੇ ਮੇਰੀ ਮਾਂ ਹੈ, ਇੱਕ ਮੈਂ ਹਾਂ, ਮੇਰੀ ਘਰ ਵਾਲੀ ਮੇਰੇ ਦੋ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਹੈ, ਅਸੀਂ ਇੱਥੇ 5 ਬੰਦੇ ਰਹਿੰਦੇ ਹਾਂ, ਮਾਂ ਮੇਰੀ ਇਸ ਦੀਵਾਨ 'ਤੇ ਸੌਂਦੀ, ਅਸੀਂ ਥੱਲੇ ਸੌਂਦੇ, ਇੱਕ ਦੂਜੇ 'ਚ ਲੱਤਾਂ ਲੱਗਦੀਆਂ ਨੇ। ਤੁਹਾਨੂੰ ਕਿੱਥੇ ਰੱਖੀਏ ਹੁਣ? ਬਾਕੀ ਹੈ ਨਾ, ਮੈਂ ਸੋਚਿਆ ਯਾਰ ਇਹ ਆਉਂਦੀ ਆ, ਚੱਕਰ ਹੋ ਗਿਆ, ਫਿਲਮਾਂ ਫੁਲਮਾਂ ਭੁੱਲ ਗਈਆਂ, ਪਹਿਲਾਂ ਤਾਂ ਰਹਿਣ ਦਾ ਹੀ ਨਹੀਂ ਕੁਛ ਹੋ ਰਿਹਾ, ਫਿਲਮਾਂ ਤਾਂ ਬਾਅਦ 'ਚ ਕਰੂੰਗਾ। ਦਿਮਾਗ ਬਿਲਕੁਲ ਬਲੈਂਕ ਹੋ ਗਿਆ। ਬਲੈਂਕ ਨਹੀਂ ਹੋਇਆ ਮੇਰਾ ਦਿਮਾਗ, ਕਦੇ ਬਲੈਂਕ ਨਹੀਂ ਹੁੰਦਾ, ਕਿੰਨੀ ਵੀ ਟੈਨਸ਼ਨ ਹੋਵੇ। ਅੱਗੇ ਸੁਣਨਾ ਫਿਰ ਮੈਂ ਕੀ। ਹਾਂਜੀ ਹਾਂਜੀ। ਬੈਠੇ ਰਹੇ, ਫਿਰ ਮੈਂ ਰੋਟੀ ਖਾਣ ਚਲਾ ਗਿਆ, ਫਿਰ ਆ ਗਿਆ ਸ਼ਾਮ ਨੂੰ, ਕਿਉਂਕਿ ਕੱਲ੍ਹ ਜਾਣਾ ਸੀ ਮੈਂ, ਅੱਜ ਦੀ ਰਾਤ ਤਾਂ ਇੱਥੇ ਆਉਣਾ। ਮੈਂ ਗਿਆਨੀ ਨੂੰ ਸ਼ਾਮ ਨੂੰ ਬਿਠਾਇਆ, ਮੈਂ ਕਿਹਾ ਯਾਰ ਇੱਕ ਕੰਮ ਕਰ ਸਕਦਾ? ਕਹਿੰਦਾ ਕੀ? ਮੈਂ ਕਿਹਾ ਮੈਂ ਇੱਥੋਂ ਜਾਣਾ ਨਹੀਂ, ਮੈਂ ਜੋਬ ਤੋਂ ਰਿਜ਼ਾਈਨ ਕਰਕੇ ਆਇਆ। ਘਰ ਦੇ ਵੀ ਅਪੋਜ਼ ਕਰ ਰਹੇ ਸੀ, ਦੋਸਤ ਵੀ ਅਪੋਜ਼ ਕਰ ਰਹੇ ਸੀ, ਅਤੇ ਮੈਂ ਇੱਥੇ ਆਇਆ ਵੀ ਇੱਕ ਸੰਜੋਗ ਹੈ। ਤੂੰ ਇੱਕ ਕੰਮ ਕਰ, ਤੂੰ ਘਰੇ ਮੇਰਾ ਟੈਕਸੀ ਰੱਖ ਲੈ, ਮੈਂ ਅੱਧਾ ਘੰਟਾ ਸਵੇਰੇ ਆ ਕੇ ਨਹਾ ਧੋ ਕੇ ਕੱਪੜੇ ਬਦਲ ਕੇ ਜਾ ਸਕਦਾ, ਮੈਂ ਕਿਤੇ ਵੀ ਸੌਂ ਜਾਵਾਂਗਾ, ਸਟੇਸ਼ਨ 'ਤੇ, ਕਿਤੇ ਵੀ, ਮਤਲਬ ਫੁੱਟਪਾਥ 'ਤੇ, ਕਿਤੇ ਵੀ ਸੌਂਗਾ।
ਸਵੇਰੇ ਆ ਕੇ ਨਹਾ ਧੋ ਕੇ ਕੱਪੜੇ ਬਦਲ ਚੱਲਦਾ, ਅੱਧਾ ਪੌਣਾ ਘੰਟਾ ਬਾਥਰੂਮ ਯੂਜ਼ ਕਰਾਂ ਫਰੈਸ਼ ਹੋ ਜਾਏ। ਉਹਨੂੰ ਸਿਚੁਏਸ਼ਨ ਪਤਾ ਸੀ, ਉਹ ਕਹਿੰਦਾ ਇਹ ਮੈਂ ਕਰ ਸਕਦਾ। ਮੈਂ ਕਿਹਾ ਆਈ ਵਿਲ ਪੇ ਯੂ ਸਮਥਿੰਗ, ਉਹਨੇ ਮੇਰਾ ਟੈਚੀ ਰੱਖ ਲਿਆ। ਅਤੇ ਮੈਂ ਦੇਖ ਲਾ ਢਾਈ ਪੌਣੇ ਤਿੰਨ ਮਹੀਨੇ ਸਟੇਸ਼ਨ 'ਤੇ ਤੁਸੀਂ ਪੈ ਨਹੀਂ ਸਕਦੇ, ਪੁਲਿਸ ਆਜੂਗੀ, ਉੱਠੋ ਉੱਠੋ ਕਰ ਜਾਓ। ਦੋ ਤੋਂ ਚਾਰ ਬੰਦ ਹੁੰਦੀ ਸੀ ਟ੍ਰੇਨ, ਉਦੋਂ ਉਹ ਉਠਾਉਂਦੇ ਸੀ, ਬਾਕੀ ਤਾਂ ਟ੍ਰੇਨ 'ਚ ਜਾਓ ਜਿੱਥੇ ਜਾਣਾ ਤੁਸੀਂ, ਇੱਥੇ ਕਿਉਂ ਬੈਠੇ ਹੋ? ਸਟੇਸ਼ਨ 'ਤੇ ਬੈਠੇ ਰਹਿੰਦੇ ਸੀ, ਥੋੜ੍ਹਾ ਸੌਂ ਜਾਣਾ, ਨੀਂਦ ਨਹੀਂ ਸੀ ਪੂਰੀ ਹੁੰਦੀ, ਜਿੱਥੇ ਵੀ ਆਇਆ ਨੀਂਦ ਹੀ ਚੜ੍ਹੀ ਰਹਿੰਦੀ ਸੀ, ਜਾਣਦਾ ਵੀ ਕੋਈ ਨਹੀਂ। ਪੌਣੇ ਕੁ ਤਿੰਨ ਮਹੀਨੇ ਇਸੇ ਚੱਕਰ 'ਚ ਕੱਟੇ। ਫਿਰ ਇਹਦੇ ਵਿੱਚ ਮੈਂ ਸੌਣ ਦਾ ਤਰੀਕਾ ਵੀ ਲੱਭਿਆ। ਟ੍ਰੇਨ ਚਰਚ ਗੇਟ ਤੋਂ ਬੋਰੀਵਿਲੀ ਜਾਂਦੀ ਹੈ, ਬੋਰੀਵਿਲੀ ਤੋਂ ਚਰਚ ਗੇਟ ਆਉਂਦੇ, ਤੁਸੀਂ ਗਏ ਹੋ? ਬਸ ਟ੍ਰੇਨ ਦੀ ਰਿਟਰਨ ਟਿਕਟ ਲੈ ਕੇ ਨਾ ਪਿੱਛੇ ਜਿਵੇਂ ਸੀਟ ਹੁੰਦੀ ਨਾ ਉੱਥੇ ਬਹਿ ਕੇ ਸੌ ਜਾਣਾ। ਟ੍ਰੇਨ ਜਾ ਰਹੀ ਹੈ ਬੋਰੀਵਿਲੀ, ਫਿਰ ਚਰਚ ਗੇਟ ਬੋਰੀ, ਉੱਥੇ ਪੰਜ ਛੇ ਘੰਟੇ ਸੌ ਜਾਣਾ। ਹਾਂ, ਰਾਤ ਨੂੰ ਜਾਗਣਾ, ਸਵੇਰੇ ਨਹਾ ਧੋ ਕੇ ਫਿਰ। ਇਹ ਸਮਝ ਨਹੀਂ ਆਈ ਵੀ ਇਹ ਚੱਕਰ ਕਿੱਧਰ ਨੂੰ ਸ਼ੁਰੂ ਹੋ ਗਿਆ। ਹੁਣ ਕਿਤੇ ਬੰਦੇ ਦਾ ਠੀਆ ਬਣੇ ਇਸ ਸਿਚੁਏਸ਼ਨ ਦੇ, ਵੈਸੇ ਹਾਸੀ ਵੀ ਆਉਂਦੀ ਹੈ ਤੇ ਇੱਕ ਬੰਦੇ ਨੂੰ ਹੈ ਨਾ, ਬੰਦੇ ਨੂੰ ਮੈਂ ਨਾ ਹਰ ਬੰਦੇ ਨੂੰ ਸੁਣਾਉਂਦਾ ਹੁੰਦਾ ਵੀ ਮੇਰੀ ਸਟਰਗਲ ਦੇਖੋ। ਮੈਂ ਕਦੇ ਨਹੀਂ ਕਹਿੰਦਾ ਵੀ ਮੈਂ ਤਰਸ ਦਾ ਪਾਤਰ ਬਣਾ ਜਾਂ ਤੁਸੀਂ ਮੇਰੇ ਤੇ ਤਰਸ ਕਰੋ ਯਾਰ, ਬੜੀ ਸਟਰਗਲ ਕੀਤੀ। ਕੌਣ ਸਟਰਗਲ ਨਹੀਂ ਕਰਦਾ, ਸਾਰੇ ਕਰਦੇ ਨੇ। ਮੈਨੂੰ ਜਿਹੜੇ ਹਾਲਾਤ ਬਣੇ ਉਹਦੇ 'ਚ ਕਿਵੇਂ ਸਰਵਾਈਵ ਕੀਤਾ ਉਹ ਦੱਸ ਰਿਹਾ ਹੈ ਨਾ। ਮੈਂ ਹਰ ਇੱਕ ਬੰਦੇ ਨੂੰ ਇਹ ਵੀ ਕਹਿੰਦਾ ਹੁੰਦਾ ਵੀ ਮੈਂ ਤੁਹਾਨੂੰ ਕੋਈ ਸ਼ਿਕਸ਼ਾ ਨਹੀਂ ਦੇ ਸਕਦਾ ਵੀ ਇੰਝ ਮਿਹਨਤ ਕਰੋ ਨਾ, ਜਿਵੇਂ ਮੈਂ ਮਿਹਨਤ ਕੀਤੀ। ਹੋ ਸਕਦਾ ਉਸ ਰਾਹ 'ਤੇ ਚੱਲ ਕੇ ਤੁਸੀਂ ਫਲੋਪ ਹੋ ਜਾਓ, ਫਿਰ ਗਾਲਾਂ ਕੱਢੋਗੇ। ਤੁਸੀਂ ਆਪਣੇ ਰਸਤੇ ਆਪ ਬਣਾਓ। ਮੈਂ ਕਿਵੇਂ ਰਸਤਾ ਬਣਾਇਆ ਉਹ ਦੱਸ ਰਿਹਾ। ਜਿਹੜੀ ਮੈਂ ਸਟਰਗਲ ਕਰ ਰਿਹਾ, ਮੈਂ ਇਹ ਨਹੀਂ ਕਹਿੰਦਾ ਮੇਰੇ 'ਤੇ ਤਰਸ ਕਰੋ। ਮੈਂ ਕਦੇ ਵੀ ਨਹੀਂ ਚਾਹੁੰਦਾ ਵੀ ਤੁਸੀਂ ਸੋਚੋ ਉਹ ਰਾਣੇ ਨੇ ਤਾਂ ਬੜੀ ਸਟਰਗਲ ਕੀਤੀ। ਨਾ 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 ਨਾ, ਮੈਂ ਆਪ ਕ੍ਰੀਏਟ ਕੀਤੀ ਹੈ ਨਾ, ਮੈਂ ਆਪ ਗਿਆ ਨਾ ਉੱਥੇ, ਜਿਹੜੇ ਹਾਲਾਤ ਸੀ ਉਹਨਾਂ ਨੂੰ ਕਿਵੇਂ ਮੈਂ ਆਪਣੇ ਵਸ 'ਚ ਕੀਤਾ ਵਾ ਉਹੀ ਦੱਸ ਰਿਹਾ। ਅੱਛਾ, ਮੈਂ ਦੱਸਣ ਦਾ ਸਟਾਈਲ ਵੀ ਇਹੀ ਹੁੰਦਾ ਤਾਂ ਕਿ ਤੁਸੀਂ ਇੰਜੋਏ ਕਰੋ। ਸੈਡ ਸਟੋਰੀ ਕੌਣ ਸੁਣਨਾ ਚਾਹੁੰਦਾ? ਬਿਲਕੁਲ ਬਿਲਕੁਲ, ਮੈਂ ਤਾਂ ਸੈਡ ਜਿਹੀਆਂ ਗੱਲਾਂ ਸੁਣਾ ਕੇ ਰੋਣ ਜਿਹਾ ਲੱਗ ਜਾਂ, ਆਦਮੀ ਕਹਿੰਦਾ ਬੜੀ ਬੋਰ ਇੰਟਰਵਿਊ ਹੈ ਯਾਰ। ਅਤੇ ਗੱਲਾਂ ਤਾਂ ਵਧੀਆ ਤਰੀਕੇ ਨਾਲ ਕਰੋ ਨਾ। ਅਤੇ ਫਿਰ ਉਹ ਪੌਣੇ ਕੁ ਤਿੰਨ ਮਹੀਨੇ ਬਾਅਦ ਫਿਰ ਇੱਕ ਬੰਦਾ ਮੈਨੂੰ ਮਿਲਿਆ, ਬਲਜੀਤ ਪਰਮਾਰ। ਮੈਂ ਪ੍ਰਿਥਵੀ ਥੀਏਟਰ ਜਾ ਕੇ ਬਹਿ ਜਾਂਦਾ ਸੀ ਵੀ ਕੋਈ ਨਾ ਕੋਈ ਬੰਦਾ ਮਿਲੂਗਾ। ਪੌਣੇ ਤਿੰਨ ਮਹੀਨੇ ਬਾਅਦ ਮੈਂ ਉੱਥੇ ਬੈਠਣਾ ਸ਼ੁਰੂ ਕੀਤਾ। ਪਹਿਲਾਂ ਤਾਂ ਮੈਂ ਵੀ ਇੱਧਰ ਉੱਧਰ ਘੁੰਮੀ ਜਾਣਾ, ਟਾਈਮ ਪਾਸ ਕਰੀ ਜਾਣਾ, ਲੱਭਣਾ ਕੁਝ, ਸਵੇਰੇ ਨਹਾਉਣਾ ਔਰ ਫਿਰ ਇੱਥੇ ਦਿਨ ਕੱਟਣਾ। ਦਿਨ ਕੱਟ ਰਿਹਾ ਸੀ ਤਾਂ ਕਿ ਕੋਈ ਰਿਲੇਸ਼ਨ ਬਣ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਲਜੀਤ ਪਰਮਾਰ ਦਾ। ਅਤੇ ਬਲਜੀਤ ਪਰਮਾਰ ਨੇ ਮੈਨੂੰ ਕਿਹਾ ਵੀ ਇੱਥੇ ਸਾਂਟਾ ਕੁਝ ਇੱਕ ਕ੍ਰਿਸਚਨ ਬੰਗਲੋ ਹੈ, ਉਹਦੇ 'ਚ ਇੱਕ ਬੈੱਡ ਮਿਲ ਸਕਦਾ ਤੈਨੂੰ। ਅੱਛਾ ਜੀ। ਮੈਂ ਕਿਹਾ ਕੀ ਲੈਣਗੇ? ਕਹਿੰਦੇ 250 ਰੁਪਇਆ ਮਹੀਨਾ। ਮੈਂ ਕਿਹਾ ਠੀਕ ਹੈ, ਉੱਥੇ ਬੈੱਡ ਦਵਾ ਦਾ। ਹੁਣ ਬੈੱਡ 'ਤੇ ਜਾ ਕੇ ਬਹਿ ਗਏ, ਨੀਂਦ ਤਾਂ ਪੂਰੀ ਹੋਵੇ ਪਰ ਕਰੀਏ ਕਿੱਥੇ, ਕੋਈ ਜਾਣਦਾ ਹੀ ਨਹੀਂ, ਆਫਿਸ ਲੱਭਣੇ, ਆਹ ਕਰਨਾ, ਉਹ ਕਰਨਾ। ਅਤੇ ਉੱਥੇ ਫਿਰ ਇੱਕ ਬੰਦਾ ਮਿਲਿਆ ਮੈਨੂੰ, ਸੁਰਿੰਦਰ ਵਾਲੀਆ, ਉਹ ਪੰਜਾਬੀ ਫਿਲਮਾਂ ਜੀ ਜੀ ਮੈਂ ਜਾਣਦਾ। ਹਾਂ, ਉਹਨਾਂ ਨੇ ਫਿਰ ਮੈਨੂੰ ਰੋਲ ਵੀ ਦਿੱਤਾ। ਫਿਰ ਉੱਥੋਂ ਮਤਲਬ ਇਹ ਕਹਾਣੀ ਸ਼ੁਰੂ ਹੋਈ। ਫਿਰ ਬਲਜੀਤ ਪਰਮਾਰ ਨੇ ਕਮਰਾ ਦਵਾਇਆ। ਬਲਜੀਤ ਪਰਮਾਰ ਜੀ ਵੀ ਮੀਡੀਆ 'ਚ ਹੀ ਨੇ ਨਾ? ਜੀ 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 ਮੈਂ ਸੁਣਿਆ ਉਹਨਾਂ ਦਾ ਨਾਮ ਸੁਣਿਆ, ਅਤੇ ਸੁਰਿੰਦਰ ਵਾਲੀ ਜੀ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਨਹੀਂ? ਬਲਜੀਤ ਪਰਮਾਰ ਜੀ ਇੱਥੇ ਹੁੰਦੇ ਨੇ ਆਪਣਾ ਖਰੜ, ਅਤੇ ਉਹ ਇੱਕੋ ਹੀ ਵਾਹਿਦ ਬੰਦੇ ਨੇ ਜਿਹੜੇ ਅੰਡਰਵਰਲਡ ਦੇ ਕ੍ਰਾਈਮ ਦੇ ਉੱਤੇ ਸਟੋਰੀਆਂ ਜੀ ਮੈਂ ਹੁਣ ਯਾਦ ਆ ਗਿਆ ਕਿ YouTube ਦੇ ਉੱਪਰ ਉਹ ਅਕਸਰ ਵੀਡੀਓ ਵੀ ਪਾਉਂਦੇ ਨੇ। ਹਾਂ ਬਿਲਕੁਲ ਬਿਲਕੁਲ। ਤੇ ਉਹਨਾਂ ਦਾ ਇਹ ਅਹਿਸਾਨ ਸੀ ਕਿ
ਬੰਬੇ 'ਚ ਪੈਰ ਲੱਗਣ ਮੇਰੇ ਦੇ ਵਿੱਚ ਯੋਗਦਾਨ ਉਹਨਾਂ ਦਾ, ਇੱਕ ਤਾਂ ਮੈਂ ਉਹ ਮੰਨਦਾ, ਦੂਸਰਾ ਇਹ ਮੈਂ ਫਿਰ ਬਿਮਾਰ ਹੋ ਗਿਆ, ਮੈਨੂੰ ਕੋਈ ਨਹੀਂ ਜਾਣਦਾ, ਡਾਕਟਰ ਕੋਲ ਲੈ ਕੇ ਗਏ ਸੁਰਿੰਦਰ ਵਾਲੀਆ, ਅਤੇ ਉਹ ਮੈਨੂੰ ਯਾਦ ਆਉਂਦਾ, ਅਤੇ ਫਿਰ ਉਹਨੇ ਵਿਚਾਰੇ ਨੇ ਕੰਮ ਦਿੱਤਾ, ਹੈ ਨਾ, ਪੈਸੇ ਤਾਂ ਘੱਟ ਹੀ ਹੁੰਦੇ ਸੀ ਪਰ ਕਿਆ ਰਿਲੇਸ਼ਨ ਬਣੇ, ਫਿਰ ਉਹ ਆਪਣੇ ਤੁਸੀਂ ਆਪਣਾ ਪੈਸੇ ਵੀ ਸਾਰੇ ਆ ਜਾਣੇ, ਫਿਰ ਸਾਰਾ ਕੁਝ ਚੱਲਣ ਜਾਣਾ, ਪਰ ਰਹਿਣ ਨੂੰ ਜਗ੍ਹਾ ਸੀ ਅਤੇ ਹੁਣ ਰਿਲੇਸ਼ਨ ਬਣਾਉਣੇ ਸੀ, ਅਤੇ ਹਰਜੀਤ ਵਾਲੀਆ ਮੈਨੂੰ ਮਿਲ ਗਿਆ। ਮੈਂ ਦੇਖਾਂ ਤਾਂ ਇੱਕ ਚਾਹ ਦੀ ਸਵੇਰੇ ਚਾਹ ਜੀ ਪੀਣ ਗਿਆ, ਉੱਥੇ ਸੁਰਿੰਦਰ ਵਾਲੀ ਨੇ ਇਹ ਆਪਣੇ ਹਰਜੀਤ ਵਾਲੀ ਆ ਗਿਆ। ਮੈਂ ਕਿਹਾ ਤੂੰ ਕਿੱਥੇ? ਕਹਿੰਦਾ ਜਿੱਥੇ ਤੂੰ, ਉਹ ਕਿਸੇ ਬਿਲਡਿੰਗ 'ਚ ਰਹਿ ਰਿਹਾ ਸੀ। ਫਿਰ ਮੈਂ ਉਹਨੂੰ ਆਪਣੇ ਕਮਰੇ 'ਚ ਹੀ ਇੱਕ ਹੋਰ ਬੈੱਡ ਪਿਆ ਸੀ ਸ਼ਿਫਟ ਕਰਾ ਲਿਆ, ਵੀ ਚੱਲ ਬੰਦਾ ਤਾਂ ਹੋਵੇ ਜਿਹਦੇ ਨਾਲ ਗੱਲ ਕਰੀਏ। ਫਿਰ ਅਸੀਂ ਦੋਨੋਂ ਦੂਜੇ ਆਫਿਸਾਂ ਜਾਣਾ ਸ਼ੁਰੂ ਕੀਤਾ, ਇਹ ਕੀਤਾ, ਇਹ ਕੀਤਾ, ਕੰਮ ਕੀਤਾ। ਅਤੇ ਜਿਹੜੀ ਫਿਲਮ ਮੈਂ ਪਹਿਲੀ ਗੱਲ ਕਰ ਰਿਹਾ ਨਾ, ਸਰਦਾਰਾ ਕਰਤਾਰਾ, ਡਾਕਟਰ ਹਰਚਰਨ ਸਿੰਘ ਦੇ ਮੁੰਡੇ ਨੇ ਡਾਇਰੈਕਟ ਕੀਤੀ ਸੀ, ਹਰਬਖਸ਼ ਲਾਟੇ ਨੇ ਜੀ, ਉਹ ਅੱਜ ਕੱਲ੍ਹ ਇੱਥੇ ਕੰਮ ਕਰ ਰਹੇ ਹਨ, ਇੱਥੇ ਕਰ ਰਹੇ ਨੇ, ਬਹੁਤ ਅੱਛਾ। ਹਾਂ, ਉਹ ਕੀ ਹੈ ਕਿ ਉਹਨਾਂ ਨੇ ਵੀ ਮੇਰੀ ਬੜੀ ਮਦਦ ਕੀਤੀ ਜੀ, ਕਿਉਂਕਿ ਉਹ ਉੱਥੇ ਰਹਿੰਦੇ ਸੀ ਤਾਂ ਫਿਰ ਮੈਂ ਉਹਨਾਂ ਕੋਲ ਹੀ ਰਹਿ ਕਦੇ ਚਲੇ ਜਾਣਾ, ਕਦੇ ਆਫਿਸ ਸੌਂ ਜਾਣਾ। ਫਿਰ ਕਰਦੇ ਕਰਦੇ ਇਹ ਹੋ ਗਿਆ, ਅਤੇ ਉੱਥੋਂ ਕੀ ਹੋਇਆ ਕਿ ਇਹਨਾਂ ਦੇ ਜਿਹੜੇ ਰਿਲੇਸ਼ਨ ਸੀ ਕੈਮਰਾਮੈਨ ਬਿੰਦੂ ਭਾਖੜੀ, ਉਹ ਸਾਰਿਆਂ ਨੇ ਫਿਰ ਮੈਨੂੰ ਕੰਮ ਦੇਖਿਆ ਸੀ ਅਤੇ ਅੱਗੇ ਉਹ ਰਿਕਮੈਂਡ ਵੀ ਕਰਦੇ ਸੀ, ਰਿਲੇਸ਼ਨ ਬਣਨੇ ਸ਼ੁਰੂ ਹੋ ਗਏ, ਤੰਦਾਂ ਜੋੜਨੀਆਂ ਥੋੜ੍ਹਾ ਥੋੜ੍ਹਾ ਜਿਹਾ, ਮਤਲਬ ਕਿ ਕੰਮ ਤੁਰਨਾ ਸ਼ੁਰੂ ਹੋ ਗਿਆ, ਉਹ ਸ਼ੁਰੂ ਹੋ ਗਿਆ। ਫਿਰ ਇੱਕ ਦਿਨ ਫਿਰ ਝਟਕਾ ਲੱਗਿਆ, ਉਹ ਜਿਹੜਾ ਬੰਗਲਾ ਸੀ ਉਹ ਡਿਵੈਲਪਮੈਂਟ 'ਚ ਆ ਗਿਆ, ਕਹਿੰਦੇ ਖਾਲੀ ਕਰੋ। ਅੱਛਾ ਜੀ, ਮੈਂ ਕਿਹਾ ਹੁਣ ਕਿੱਥੇ ਜਾਈਏ ਯਾਰ। ਫਿਰ ਮੈਂ ਪੀ ਪੀ ਐੱਸ ਨਾਭੇ ਪੜ੍ਹਾਉਂਦਾ ਸੀ, ਇੱਕ ਰਾਜੀਵ ਭਾਟੀਆ ਕਰਕੇ ਮੈਨੂੰ ਜਾਣਦਾ ਸੀ ਸਟੂਡੈਂਟ। ਅੱਛਾ ਜੀ, ਦੇਖ ਕੁਦਰਤ ਕਿਵੇਂ ਜੁੜ ਜਾਂਦੀ ਹੈ। ਮੈਂ ਉਂਝ ਹੀ ਅਵਾਰਾਗਰਦੀ ਕਰ ਰਿਹਾ ਨਾ ਟਾਈਮ ਪਾਸ, ਸਾਡੇ ਕੋਲ ਰੋਲ ਤਾਂ ਆਇਆ ਹੀ ਨਹੀਂ ਦੋ ਤਿੰਨ ਸਾਲ, ਬੀਚ 'ਤੇ ਘੁੰਮ ਰਿਹਾ, ਉਹ ਆ ਕੇ ਇੱਕ ਬੰਦੇ ਨੇ ਪੈਰੀ ਹੱਥਣਾ, ਮੈਂ ਕਿਹਾ ਉਹ ਰਾਜੀਵ ਤੂੰ ਕੀ ਕਰ ਰਿਹਾ? ਨਾਭੇ ਮੇਰੇ ਕੋਲ ਪੜ੍ਹਦਾ ਹੁੰਦਾ ਸੀ, ਬੰਬੇ ਦਾ ਬੰਦਾ ਸੀ, ਉਹਦਾ ਜਿਹੜਾ ਤਾਇਆ ਸੀ ਨਾ ਉਹ ਪ੍ਰੋਡਿਊਸਰ ਸੀਗਾ। ਅੱਛਾ ਜੀ, ਹਾਂ, ਉਹਨਾਂ ਨੇ ਗੁਨਾਹ ਔਰ ਕਾਨੂੰਨ ਔਰ ਜੇ ਵੋ ਹਿੰਦੀਆਂ ਬਣਾਈ, ਹਿੰਦੀ ਫਿਲਮਾਂ ਬਣਾਈਆਂ ਸੀ, ਟੋਨੀ ਕਰਕੇ ਬਣਾਈ ਸੀ ਮੁਕੇਸ਼ ਖੰਨਾ ਨਾਲ, ਅਤੇ ਉਹ ਮਿਲ ਗਿਆ। ਕਹਿੰਦਾ ਸਰ ਕਿਆ ਹਾਲ ਹੈ? ਹੁਣ ਉਹ ਮੈਨੂੰ ਇੱਜ਼ਤ ਦੇਈ ਜਾਵੇ, ਮੈਂ ਅੰਦਰੋਂ ਖਸਤਾ ਹਾਲਤ ਫਿਰਾ ਜੀ। ਮੈਂ ਕਿਹਾ ਠੀਕ ਹੈ, ਬਹੁਤ ਵਧੀਆ, ਅਤੇ ਘਰ ਆਓ। ਮੈਂ ਕਿਹਾ ਦੱਸ ਤੇਰਾ ਘਰ ਕਿੱਥੇ ਹੈ? ਹੁਣ ਤਾਂ ਅਸੀਂ ਤਾਂ ਉਹੀ ਪਹੁੰਚੇ ਫੜਨੇ ਨੇ, ਬਾਹਾਂ ਫੜਨੀਆਂ ਨੇ, ਫਿਰ ਅੱਗੇ ਗੁੱਟ ਫੜਨਾ। ਕਹਿੰਦਾ ਘਰ ਮੇਰਾ ਇੱਥੇ ਹੀ ਹੈ ਬਾਂਦਰਾ। ਮੈਂ ਕਿਹਾ ਐਡਰੈਸ ਦੇ ਅਤੇ ਫੋਨ ਨੰਬਰ ਦੇ ਅਤੇ ਮੈਂ ਤੈਨੂੰ ਕੱਲ੍ਹ ਹੀ ਮਿਲਣਾ, ਹੁਣ ਤੇਰੇ ਡੈਡੀ ਨੂੰ ਮਿਲਣਾ। ਹੁਣ ਮੈਂ ਉਹਨਾਂ ਦੇ ਘਰ ਚਲਾ ਗਿਆ, ਉਹਨਾਂ ਦੇ ਘਰ ਗਿਆ ਅਤੇ ਉੱਥੇ ਬੈਠੇ ਚਾਹ ਛਾਹ ਪੀਤੀ, ਅਤੇ ਸਾਡੇ ਕੋਲ ਖਾਣ ਪੀਣ ਦੀ ਵੀ ਕਮੀ ਹੁੰਦੀ ਸੀ, ਜੋ ਜੋ ਰੱਖ ਦਿੰਦਾ ਸੀ ਆਦਮੀ ਖੁਸ਼ੀ ਨਾਲ ਖਾ ਲੈਂਦੇ ਸੀ। ਲੱਭ ਰਹੇ ਸੀ ਵੈਸੇ ਵੀ, ਹਾਂ, ਹੁਣ ਸਮੋਸੇ ਆਉਣ ਜਾਂ ਜੋ ਮਰਜ਼ੀ ਆਵੇ ਅਸੀਂ ਖਾ ਲੈਣਾ, ਹੈ ਨਾ। ਹਾਂਜੀ, ਅਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਸਰ ਮੈਂ ਜੀ ਇੱਕ ਪ੍ਰੋਬਲਮ ਹੈ। ਕਹਿੰਦੇ ਕੀ? ਮੈਂ ਕਿਹਾ ਰਹਿਣ ਦੀ ਪ੍ਰੋਬਲਮ ਹੈ, ਤੁਸੀਂ ਉਹ ਸੋਲਵ ਕਰ ਸਕਦੇ? ਕਹਿੰਦੇ ਜੀ ਇੱਥੇ ਤਾਂ ਡਿਪੋਜ਼ਿਟ ਦੇਣਾ ਪੈਂਦਾ, ਰੂਮ ਮਿਲ ਜਾਂਦੇ ਨੇ ਜਾਂ ਪੇਇੰਗ ਗੈਸਟ ਰਹਿ ਸਕਦੇ ਹੋ। ਮੈਂ ਕਿਹਾ ਸਰ ਪੈਸੇ ਨਹੀਂ ਹੈਗੇ ਪਰ ਮੈਂ ਰਹਿਣਾ ਕਿਤੇ। ਉਹ ਕਹਿੰਦੇ ਐਂ ਕਰੋ, ਸਾਡਾ ਆਫਿਸ ਹੈ ਜੂਹੂ ਬੀਚ 'ਤੇ, ਉੱਥੇ ਤੁਸੀਂ ਰਹਿ ਸਕਦੇ ਹੋ। ਮੈਂ ਕਿਹਾ ਜੀ ਮੈਂ ਤਾਂ ਕਿਤੇ ਵੀ ਰਹਿ ਸਕਦਾ, ਅਤੇ ਉਹ ਮੈਨੂੰ ਨਾਲ ਲੈ ਗਏ ਉੱਥੋਂ ਹੀ, ਸਾਨੂੰ ਦੂਜਾ ਦਾ ਕੋਈ ਕੰਮ ਨਹੀਂ ਸੀ, ਅਸੀਂ ਉੱਥੋਂ ਨਾਲ ਗਏ, ਆਫਿਸ ਦਿਖਾਇਆ। ਕਹਿੰਦੇ ਇੱਥੇ ਅਸੀਂ 5 ਵਜੇ ਤੱਕ ਜਾਂ 6 ਵਜੇ ਤੱਕ ਬਹਿੰਦੇ ਹਾਂ,
ਅਤੇ ਉੱਥੇ ਬੁਆਏ ਵੀ ਸੀਗਾ ਔਰ ਫੋਨ ਨੰਬਰ ਫੋਨ ਵੀ ਸੀਗਾ ਲੈਂਡਲਾਈਨ, ਅਤੇ ਇੱਥੇ ਤੁਸੀਂ ਆਪਣਾ ਲੈ ਲਓ ਅਤੇ ਇੱਥੇ ਰਹਿ ਲਓ। ਉੱਥੇ ਇੱਕ ਦੀਵਾਨ ਜਿਹਾ ਸੀਗਾ ਜਿੱਥੇ ਉਹ ਰੈਸਟ ਕਰਦੇ ਸੀ, ਉਹ ਵਨ ਬੈਡਰੂਮ ਹਾਲ ਸੀ, ਉਹਦੇ 'ਚ ਹੀ ਔਫਿਸ ਬਣਾਇਆ ਸੀ ਬੰਗਲੇ 'ਚ। ਸਾਨੂੰ ਰਹਿਣ ਨੂੰ ਜਗ੍ਹਾ ਮਿਲ ਗਈ, ਸਭ ਤੋਂ ਵੱਡੀ ਗੱਲ ਮਿਲ ਗਈ ਫੋਨ। ਅਸੀਂ ਫੋਨ ਕਰਦੇ ਨਹੀਂ ਸੀ ਵੀ ਇਹਨਾਂ ਦਾ ਐਵੇਂ ਬਿੱਲ ਕਾਹਨੂੰ ਵਧਾਉਣਾ, ਲੋਕਾਂ ਨੂੰ ਦੇ ਦਿੰਦੇ ਸੀ ਵੀ ਆਹ ਮੇਰਾ ਨੰਬਰ ਹੈ ਭਾਈ ਮੈਨੂੰ ਫੋਨ ਕਰੋ, ਥੋੜ੍ਹਾ ਸਟੇਟਸ ਬਣ ਗਿਆ। ਸਹੀ ਗੱਲ ਹੈ, ਉਹ ਹੋ ਗਿਆ। ਪਰ ਉੱਥੇ ਸ਼ਰਤ ਇਹ ਸੀ ਵੀ ਤੁਸੀਂ ਸਵੇਰੇ ਨਿਕਲ ਜਾਓ 10 ਵਜੇ, ਸਾਡਾ ਆਫਿਸ ਸ਼ੁਰੂ ਹੋਏਗਾ, ਸ਼ਾਮ ਨੂੰ 5-6 ਵਜੇ ਤੱਕ ਤੁਸੀਂ ਕਿਤੇ ਵੀ ਮਿਲੋ, ਮੈਂ ਤਾਂ ਲੋਕਾਂ ਨੂੰ ਮਿਲੋ, ਕੰਮ ਕਰੋ, ਆਪਣੇ ਆਪਣੇ ਕੰਮ ਕਰੋ, ਉਸ ਤੋਂ ਬਾਅਦ ਆ ਕੇ ਆ ਜਾਓ। ਉਸ ਤੋਂ ਬਾਅਦ ਰਹਿਣ ਨੂੰ ਬਹੁਤ ਵਧੀਆ ਜਗ੍ਹਾ, ਉਹ ਸਰਵੈਂਟ ਸੀਗਾ ਉਹ ਜੋ ਵੀ ਰਾਸ਼ਨ ਲਿਆ ਕੇ ਬਣਾਵੇ ਅਤੇ ਮੈਂ ਵੀ ਉਹਦੇ 'ਚ ਹਿੱਸਾ ਪਾਤਾ, ਖਾਣਾ ਵੀ ਮਿਲਣ ਲੱਗ ਗਿਆ ਘਰ ਦਾ। ਹੁਣ ਬਰਸਾਤਾਂ 'ਚ ਬੜੇ ਤੰਗ ਹੁੰਦੇ ਸੀ, 24 ਘੰਟੇ ਬਰਸਾਤ ਹੁੰਦੀ ਹੈ, 3-4 ਮਹੀਨੇ, ਸਵੇਰੇ 10 ਵਜੇ ਤੋਂ ਨਿਕਲਣੇ ਨਿਕਲਣਾ ਸ਼ਾਮ ਤੱਕ। ਇੱਕ ਬੱਸ ਸਟੋਪ 'ਤੇ ਮੈਂ 8-8, 10-10 ਘੰਟੇ ਖੜ੍ਹਾ ਰਿਹਾ, 100 ਬੱਸ ਆ ਗਈ, 200 ਬੱਸ ਇੱਧਰ ਨੂੰ ਚਲੀ ਗਈ, ਚਲੀ ਅਸੀਂ ਉੱਥੇ ਹੀ ਬੈਠੇ ਹਾਂ, ਕਿਉਂ 6 ਵਜਣਗੇ ਤਾਂ ਫਿਰ ਜਾਵਾਂਗੇ ਜੀ, ਇਸ ਤਰ੍ਹਾਂ ਦੇ ਦਿਨ ਵੀ ਲੰਘੇ। ਫਿਰ ਕਰਦੇ 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 ਫਿਰ ਸਾਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ, ਅਤੇ ਮੋਹਨ ਭਾਖੜੀ ਨਾਲ ਪੰਜਾਬੀ ਫਿਲਮਾਂ ਕੀਤੀਆਂ, ਸਤੀਸ਼ ਭਾਖੜੀ ਨਾਲ ਵੀ ਕੀਤੀਆਂ, ਭਾਖੜੀ ਬ੍ਰਦਰਸ ਨੇ ਕਾਫੀ ਕੀਤਾ। ਫਿਰ ਮੋਹਨ ਭਾਖੜੀ ਪੰਜਾਬੀ ਫਿਲਮ ਤੋਂ ਫਿਰ ਬੀ ਗ੍ਰੇਡ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਬਣਾਉਣੀ ਸ਼ੁਰੂ ਕੀਤੀ, ਪਾਂਚ ਫੌਲਾ ਦੀ ਅਤੇ ਦੂਸਰਾ, ਉਹ ਫਿਲਮਾਂ ਕੀਤੀਆਂ। ਕਰਦੇ ਕਰਦੇ ਫਿਰ ਮੈਨੂੰ ਜੇ ਪੀ ਦੱਤਾ ਨਾਲ ਮੁਲਾਕਾਤ ਹੋਈ, ਉਹਨੇ ਫਿਰ ਯਤੀਮ ਸੰਨੀ ਦੇ ਅਪੋਜ਼ਿਟ ਬ੍ਰੇਕ ਦਿੱਤਾ। ਇਸ ਤਰ੍ਹਾਂ ਕਰਦੇ ਕਰਦੇ ਫਿਰ ਯਲਗਾਰ ਫਿਲਮ ਮਿਲ ਗਈ, ਯਲਗਾਰ ਤੋਂ ਬਾਅਦ ਦੂਲੇ ਰਾਜਾ ਮਿਲ ਗਈ, ਫਿਰ ਉਹ ਲਾਈਨ ਚਲੀ ਗਈ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ। ਇਹਦੇ ਵਿੱਚ ਇੱਕ ਹੋਰ ਬਹੁਤ ਅੱਛਾ ਸਤੀ ਜੀ ਆਇਆ ਸੀ, ਹੁਣ ਉਹ ਆਫਿਸ 'ਚ ਤਾਂ ਮੈਂ ਰਹਿ ਰਿਹਾ ਅੱਜ ਦਾ ਨਾ, ਮੈਨੂੰ ਮਤਲਬ ਕਿ ਮੈਂ ਮੈਨੂੰ ਇਹ ਹੋਇਆ ਵਾ ਮੈਂ ਤੁਹਾਡੀਆਂ ਗੱਲਾਂ ਸੁਣ ਜਾਵਾਂ, ਹਾਲਾਂਕਿ ਨਾ ਮੈਨੂੰ ਦੇਖੋ ਇੰਟਰਸਟਿੰਗ ਹੈ, ਹਾਂਜੀ ਜਰਨੀ ਇੰਟਰਸਟਿੰਗ ਹੈ ਬਿਲਕੁਲ। ਇਹ ਵੀ ਹੈ ਕਿ ਠੀਕ ਹੈ ਮੁਸੀਬਤਾਂ ਤਾਂ ਹੁੰਦੀਆਂ ਨਾ, ਹਰੇਕ ਹੁੰਦੀਆਂ ਨੇ, ਮੈਂ ਕੋਈ ਨਵਾਂ ਬੰਦਾ, ਪਰ ਇਹਨਾਂ ਵਿੱਚੋਂ ਨਵੇਂ ਮੁੰਡੇ ਜਿੰਨੇ ਵੀ ਸੁਣਦੇ ਹੋਣਗੇ ਹੈ ਨਾ ਜੀ ਤੁਹਾਡੀਆਂ ਗੱਲਾਂ, ਇਨਸਪਾਇਰ ਤਾਂ ਹੋਣਗੇ ਨਾ ਵੀ ਦੇਖੋ ਰਸਤੇ ਕਿਵੇਂ ਬਣਾਏ। ਬਿਲਕੁਲ, ਮੇਰੇ ਕੋਲ ਪੈਸੇ ਨਹੀਂ ਸਿਖਾਉਣ ਨੂੰ ਹੁੰਦੇ, ਕੰਮ ਤਾਂ ਮਿਲ ਨਹੀਂ ਰਿਹਾ, ਰਹਿਣ ਦੀ ਜਗ੍ਹਾ ਮਿਲ ਗਈ ਆਫਿਸ 'ਚ, ਉੱਥੇ ਵੀ ਟਾਈਮਿੰਗ ਹੈ, ਠੀਕ ਹੈ ਬਾਹਰ ਘੁੰਮੋ ਚਾਹੇ ਬਰਸਾਤਾਂ ਜਿੱਥੇ ਮਰਜ਼ੀ ਖੜ੍ਹੇ ਰਹੋ, ਹੈ ਨਾ। ਉੱਥੇ ਕੀ ਕਹਾਣੀ ਹੋ ਗਈ ਕਿ ਕੰਮ ਨਹੀਂ ਸੀਗਾ, ਇੱਕ ਮੇਰਾ ਦੋਸਤ ਸੀ ਅਨਿਲ ਪੰਡੇ ਤੋਂ, ਫਿਲਮਾਂ 'ਚ ਲਿਖੀਆਂ ਜੀਜਾ ਸਾੜੀ ਜੇ ਉਹ ਮੋਹਣ ਭਾਖੜੀ ਨਾਲ ਲਿਖਦਾ ਸੀ, ਮੈਂ ਇੱਥੋਂ ਵਿਜੇ ਸਕੂਟਰ ਹੁੰਦਾ ਸੀ ਲਮਰੇਟਾ ਵਾਲਿਆਂ ਦਾ, ਜਦੋਂ ਇੱਥੇ ਸੀ ਨਾ ਮੇਰੇ ਕੋਲ ਸੀਗਾ, ਮੈਂ ਕਿਹਾ ਚਲੋ ਘੁੰਮਣ ਫਿਰਨ ਨੂੰ ਉੱਥੇ ਕੰਮ ਆਊਗਾ, ਬੱਸਾਂ 'ਤੇ ਨਹੀਂ ਚੜ੍ਹਨ ਇਹ ਹੋ ਜੇ। ਹੁਣ ਜਦ ਤਾਂ ਪੈਸੇ ਪੂਸੇ ਹੁੰਦੇ ਸੀ ਉਹਦੇ ਪੈਟਰੋਲ ਪਾਉਣਾ, ਬਾਅਦ 'ਚ ਮੈਂ ਖੜ੍ਹਾ ਕਰਤਾ, ਉਹ ਸਾਲ ਚਲਾਇਆ ਹੀ ਨਹੀਂ ਮੈਂ। ਅਨਿਲ ਪੰਡੇ ਤਾਂ ਕਹਿੰਦਾ ਮੈਂ ਰਾਈਟਰ ਹਾਂ, ਮੇਰੀ ਮੀਟਿੰਗਾਂ ਮੋਟਰਾਂ ਦੀਆਂ, ਤੂੰ ਮੈਨੂੰ ਇਹ ਸਕੂਟਰ ਹੀ ਦੇ ਦੇ, ਇੱਕ ਸਕਿੰਟ 'ਚ ਵਿਚਾਰ ਹੈ, ਮੈਂ ਕਿਹਾ ਫ੍ਰੀ ਨਹੀਂ ਦੇਊਂਗਾ, ਮੈਂ 250 ਰੁਪਇਆ ਮਹੀਨੇ 'ਤੇ ਕਿਰਾਏ 'ਤੇ ਦੇ, 300 ਮੰਗਿਆ ਸੀ ਉਹ 250 'ਤੇ ਮੰਨ ਗਿਆ ਸੀ। ਫਿਰ ਮੈਂ ਸਕੂਟਰ ਕਿਰਾਏ 'ਤੇ ਚੜਾਇਆ, ਉਹ 300 ਰੁਪਏ 'ਚ ਹੀ ਮਹੀਨਾ ਕੱਢਣ ਇਹ ਵੀ ਹੁੰਦਾ ਸੀਗਾ। ਫਿਰ ਕਰਦੇ ਕਰਦੇ ਨਾ ਫਿਰ ਕੀ ਹੋ ਗਿਆ ਕਿ ਸਾਨੂੰ ਕਿਸੇ ਬੰਦੇ ਨੇ ਕਿਹਾ ਯਾਰ ਤੁਹਾਡੀ ਆਵਾਜ਼ ਅੱਛੀ ਹੈ, ਹਾਂਜੀ ਤੁਸੀਂ ਡਬਿੰਗ ਕਰਿਆ ਕਰੋ। ਫਿਰ ਬੀ ਆਰ ਚੋਪੜਾ ਦੇ ਸਟੂਡੀਓ ਸੀਗਾ, ਉੱਥੇ ਗਏ, ਉੱਥੇ ਜਿਹੜਾ ਰਿਕਾਰਡਿਸਟ ਹੈ ਉਹਦੇ ਨਾਲ ਗੱਲ ਕੀਤੀ, ਫਿਰ ਉਹਨੇ ਕਿਹਾ ਆਵਾਜ਼ ਅੱਛੀ ਹੈ। ਫਿਰ ਉਹ ਫਿਲਮ ਦੇ ਛੋਟੇ ਮੋਟੇ ਨਹੀਂ ਹੁੰਦੇ ਬੰਦੇ ਜਿਹੜੇ ਕਲਾਕਾਰ, ਬਿਲਕੁਲ ਬਿਲਕੁਲ ਛੋਟੇ ਮੋਟੇ ਕਰੈਕਟਰ ਆਰਟਿਸਟ ਹੁੰਦੇ ਜਿਹੜੇ, ਹਾਂ ਨਹੀਂ ਹਾਂ ਉਹ ਵੀ ਕਰੈਕਟਰ ਆਰਟਿਸਟ ਨੇ, ਉਦੋਂ ਵੀ ਛੋਟੇ ਛੋਟੇ ਹੁੰਦੇ ਨੇ ਨਾ ਨਾਲ, ਉਹ ਬੋਲਣ ਦਾ ਕੀਤਾ। ਫਿਰ ਸਾਨੂੰ ਇੱਕ ਦਿਨ ਦੇ 400 ਕਦੇ 500 ਮਿਲ ਜਾਣ, ਉਹ ਸਾਡੇ ਤਾਂ ਮਹੀਨੇ ਦਾ ਇੱਕ ਦਿਨ 'ਚ ਕਰਕੇ ਹੋਏ।
ਫਿਰ ਉੱਥੇ ਹੁੰਦੇ, ਫਿਰ ਉੱਥੇ ਪੁੱਛਣਾ ਵੀ ਕਦੋਂ ਹੈ, ਉਹ ਕਹਿੰਦੇ ਦੱਸਾਂਗੇ ਇਹਦੇ 'ਚ ਕੁਛ ਨਹੀਂ ਹੈਗਾ, ਆਹ ਫਿਲਮ 'ਚ ਕੁਛ। ਫਿਰ ਉੱਥੇ ਕੀ ਹੈ ਕਿ ਉਹ ਬੁਲਾ ਨਹੀਂ ਲੈਂਦੇ, ਕਿੰਨੀ ਅਜੀਬ ਗੱਲ ਹੈ ਕਿ ਉੱਥੇ ਬੈਠੇ ਹੁੰਦੇ ਅਸੀਂ ਜਾ ਕੇ, ਹੁਣ ਹੀਰੋ ਨੰਦਰ ਡਰਿੰਗ ਕਰ ਰਹੀ ਹੈ, ਉਹਦੇ ਬ੍ਰੇਕ ਹੋਊਗਾ ਜਦੋਂ ਉਹਨੇ ਲੰਚ ਕਰਨਾ ਜੇ ਕਰਨਾ, ਫਿਰ ਛੋਟਾ ਛੋਟਾ ਜਿਹਾ ਸੀਨ ਕਰ ਲੈਣਗੇ, ਫਿਰ ਹੀਰੋ ਆ ਕੇ ਡਮਿੰਗ ਕਰ ਰਿਹਾ, ਤੁਸੀਂ ਉੱਥੇ ਹੀ ਬਾਹਰ ਹੀ ਬੈਠੇ ਹੋ, ਥੱਲੇ ਹੀ ਬਹਿ ਜਾਂਦੇ ਸੀ, ਚਾਹ ਮੰਗਾ ਕੇ ਪੀ ਲੈਣੀ ਜਾਂ ਉਹ ਪਿਆ ਹੁੰਦੇ, ਉਹ ਸਾਰਾ ਚੱਕਰ। ਮੈਨੂੰ ਪੱਕੀ ਤਰ੍ਹਾਂ ਯਾਦ ਹੈ ਕਿ ਮਾਧੁਰੀ ਦੀਕਸ਼ਿਤ ਸੀ, ਉਹ ਡਮਿੰਗ ਕਰ ਰਹੀ ਸੀ ਅਤੇ ਮੈਂ ਇੱਕ ਹੋਰਰ ਫਿਲਮ ਕਰ ਰਿਹਾ ਸੀ ਰਾਮਸੇ ਦੀ, ਅੱਛਾ ਹੈ ਨਾ, ਅਤੇ ਉਹ ਫਿਲਮ ਕਰ ਰਹੀ ਸੀ ਆਪਣਾ ਸੋਹਣ ਲਾਲ ਕੰਵਰ ਦੀ, ਅਤੇ ਉਹ ਆ ਕੇ ਉਹਦੀ ਮੰਮੀ ਵੀ ਆ ਗਈ ਬੈਠੇ, ਜਦੋਂ ਅਸੀਂ ਬਾਹਰ ਬੈਠੇ ਉਹ ਗੱਲਾਂ ਜਿਹੀਆਂ ਕਰਨ ਲੱਗ ਗਏ, ਅਤੇ ਮਾਧੁਰੀ ਦੀਕਸ਼ਿਤ ਆ ਗਈ, ਕਹਿੰਦੀ ਜੇ ਨਈ ਲੜਕੀ ਹੈ ਇਸਕੋ ਕਹੀਂ ਰਿਕਮੈਂਡ ਕਰੋ। ਮੈਂ ਕਿਹਾ ਜੀ ਮੈਂ ਤੋ ਇੱਕ ਹੀ ਆਦਮੀ ਜਾਣਤਾ ਹੈ ਜੋ ਹਿੰਦੀ ਫਿਲਮੇ ਬਣਾਤਾ ਹੈ, ਰਾਮਸੇ ਬ੍ਰਦਰ, ਉਨਸੇ ਆਪਕੋ ਇੰਟਰੋਡਕਸ਼ਨ, ਹੋਰਰ ਫਿਲਮੇ ਬਣਾਤਾ। ਉਹ ਕਹਿੰਦੀ ਮੈਨੂੰ ਡਰ ਲੱਗਦਾ, ਮੈਂ ਨਹੀਂ ਕਰਨੀ। ਮਾਧੁਰੀ ਦੀਕਸ਼ਿਤ ਕਹਿੰਦੀ ਉਹ ਦੇਖੋ ਕਿੰਨੀ ਸਟਾਰ ਬਣੇ, ਮਤਲਬ ਕਹਿਣ ਦਾ ਮਤਲਬ ਹੈ ਲੋਕਾਂ ਨਾਲ ਮੁਲਾਕਾਤਾਂ ਤਾਂ ਹੁੰਦੀਆਂ ਗਈਆਂ ਇੰਸੀਡੈਂਟ ਹੈ ਨਾ। ਅਤੇ ਰਾਣਾ ਸਾਹਿਬ ਮਤਲਬ ਕਿ ਗੱਲਾਂ ਤਾਂ ਬਹੁਤ ਸਾਰੀਆਂ ਨੇ ਹੈ ਨਾ ਜਿਹੜੀਆਂ, ਮਤਲਬ ਕਿ ਆਪਾਂ ਜੇ ਕਰਨ ਪਰ ਆ ਜਾਈਏ ਮਤਲਬ ਤਾਂ ਦਿਨੇ ਨਿਕਲ ਜਾਣ ਕਿੰਨੇ, ਹੈ ਨਾ। ਅਤੇ ਮਤਲਬ ਕਿ ਐਸਾ ਕਿਹੜਾ ਵੈਸਤਾ ਜਦੋਂ ਤੁਹਾਡੀ ਪਹਿਲੀ ਫਿਲਮ ਤੁਹਾਨੂੰ ਮਿਲੀ ਉਹ ਬਹੁਤ ਵੱਡਾ ਚਾਂਸ ਹੁੰਦਾ ਅਤੇ ਆਪ ਨੂੰ ਬਹੁਤ ਖੁਸ਼ੀ ਹੁੰਦੀ ਹੈ, ਉਹ ਬਹੁਤ ਟ੍ਰੈਜਿਕ, ਜਿਹੜਾ ਉਹ ਬੜਾ ਟ੍ਰੈਜਿਕ ਹੈ। ਅੱਛਾ ਜੀ, ਇੱਕ ਫਿਲਮ ਬਣੀ ਮੋਹਨ ਫਾਖੜੀ ਦੀ, ਅੱਛਾ ਜੀ, ਉਹ ਫਿਲਮ ਸੀ ਮਰਡਰ ਮਿਸਟਰੀ, ਠੀਕ ਹੈ। ਮੈਂ ਇੱਕ ਦਿਨ ਗਿਆ, ਮੈਂ ਕਿਹਾ ਮੋਹਨ ਜੀ ਕੰਮ ਹੀ ਨਹੀਂ ਹੈਗਾ, ਪੰਜਾਬੀ ਫਿਲਮਾਂ ਤੁਹਾਡੇ ਨਾਲ ਕੀਤੀਆਂ, ਤੁਸੀਂ ਇਹ ਹਿੰਦੀ ਫਿਲਮਾਂ ਕਿਉਂ ਕੀਤੀਆਂ, ਇਹਦੇ 'ਚ ਰੋਲ ਨਹੀਂ। ਕਹਿੰਦੇ ਰੋਲ ਹੈ ਨਹੀਂ ਪਰ ਇੱਕ ਰੋਲ ਹੈਗਾ, ਤੂੰ ਕਰ ਲੈ, ਇਹ ਸੁਣੀ ਜਾਂਦਾ ਕਹਾਣੀ, ਹਾਂਜੀ, ਇੱਕ ਰੋਲ ਹੈ ਉਹ ਕਰ ਲੈ। ਮੈਂ ਕਿਹਾ ਕੀ ਰੋਲ ਹੈ? ਕਹਿੰਦੇ ਕਿੱਲਰ ਦਾ ਰੋਲ ਹੈ। ਹੁਣ ਕਿੱਲਰ ਦਾ ਰੋਲ ਕਿੰਨਾ ਇੰਟਰਸਟਿੰਗ ਹੈ, ਬਿਲਕੁਲ ਬਿਲਕੁਲ ਹੋ ਗਿਆ। ਜਦੋਂ ਮੈਂ ਉਹ ਰੋਲ ਕਰਨ ਗਿਆ ਫਿਲਮ ਸਿਟੀ ਅਤੇ ਮੇਰੇ ਮੂੰਹ 'ਤੇ ਨਕਾਬ ਪਾਤੀ, ਸਿਰਫ ਅੱਖਾਂ ਦੇਖ ਰਹੀਆਂ, ਅੱਛਾ ਜੀ, ਮੈਂ ਭੱਜ ਰਿਹਾ ਆਹ ਬੰਦੇ ਨੂੰ ਕੋਰੀਡੋਰ 'ਚ ਭੱਜ ਰਿਹਾ, ਬੰਦਾ ਭੱਜ ਰਿਹਾ, ਆਹ ਕਰ ਰਿਹਾ, ਮੈਂ ਕਿਲਿੰਗ ਕੀਤੀ। ਉਸ ਤੋਂ ਬਾਅਦ ਉਹ ਮੈਂ ਕਿਹਾ ਸਰ 4 ਦਿਨ ਸ਼ੂਟਿੰਗ ਕਰਦੇ ਨੂੰ ਹੋ ਗਏ, 4 ਮਰਡਰ ਕਰਤੇ, ਮੇਰਾ ਚਿਹਰਾ ਤਾਂ ਦਿਖਾਓ। ਉਹ ਕਹਿੰਦੇ ਚਿਹਰਾ ਐਂਡ 'ਚ ਦਿਖਾਵਾਂਗੇ, ਕਲਾਈਮੈਕਸ 'ਤੇ। ਉਹ ਫਿਲਮ ਬਣ ਗਈ, ਫਿਰ ਮੈਨੂੰ ਬੁਲਾਇਆ ਹੀ ਨਹੀਂ, ਫਿਲਮ ਕੰਪਲੀਟ ਹੋ ਗਈ, ਰਿਲੀਜ਼ ਡੇਟ ਆ ਗਈ, ਮੈਂ ਮੋਹਨ ਜੀ ਹੋ ਗਿਆ। ਮੈਂ ਕਿਹਾ ਸਰ ਉਹ ਤੁਸੀਂ ਕਲਾਈਮੈਕਸ 'ਚ ਵਿਲਨ ਤਾਂ ਮੈਂ। ਉਹ ਹੱਸਣ ਲੱਗ ਗਏ, ਮੈਂ ਕਿਹਾ ਕੀ ਹੋਇਆ? ਕਹਿੰਦੇ ਯਾਰ ਸਾਨੂੰ ਨੀਲੀਆਂ ਅੱਖਾਂ ਦੀ ਜ਼ਰੂਰਤ ਸੀ, ਇਸ ਲਈ ਨਕਾਬ ਪਾ ਕੇ ਹੀ ਰੋਲ ਹੋਣਾ ਸੀ, ਪਰ ਉਹ ਜਿਹੜੀ ਲੇਡੀ ਹੈ ਨਾ ਉਹ ਪ੍ਰੈਗਨੈਂਟ ਹੈ, ਜਿਹੜਾ ਇਹ ਰੋਲ ਕਰ ਰਹੀ ਸੀ ਮਧੂ ਮਲਹੋਤਰਾ। ਅੱਛਾ, ਲੇਡੀ ਦਾ ਰੋਲ ਤੁਹਾਡੇ ਤੋਂ ਕਰਵਾ ਲਿਆ? ਨਹੀਂ, ਉਹਦੀਆਂ ਨੀਲੀਆਂ ਅੱਖਾਂ ਸੀ ਅਤੇ ਮੇਰੀਆਂ ਨੀਲੀਆਂ ਅੱਖਾਂ ਸੀ, ਸਿਰਫ ਅੱਖਾਂ ਦਾ ਕਲੋਜ਼ ਹੀ ਜਾਂਦਾ ਸੀ। ਕਹਿੰਦੇ ਉਹਦਾ ਡੁਪਲੀਕੇਟ ਕੀਤਾ, ਤੂੰ ਪੈਸੇ ਤੈਨੂੰ ਦੇ ਦਿੰਦੇ ਹਾਂ। ਮੈਂ ਗੁੱਸੇ ਹੋ ਗਿਆ, ਮੈਂ ਕਿਹਾ ਯਾਰ ਇਹ ਕੀ ਡੁਪਲੀਕੇਟ ਚੱਕਰ, ਮਤਲਬ ਤੁਸੀਂ। ਫਿਰ ਕਹਿੰਦੇ ਵੀ ਅਗਲੀ ਫਿਲਮ 'ਚ ਤੈਨੂੰ ਰੋਲ ਦੇ, ਵਧੀਆ ਰੋਲ, ਵਿਲਨ ਮੇਨ ਦੇਵਾਂਗੇ, ਕਿਉਂਕਿ ਪੰਜਾਬੀ ਫਿਲਮ ਕੀਤੀ ਸੀ, ਉਹ ਵੀ ਵਿਲਨ ਕੀਤੀ ਸੀ, ਇਹ ਮੈਂ ਕਰਤਾ ਉਹਨਾਂ ਦੇ ਡੁਪਲੀਕੇਟ ਦਾ। ਤੂੰ ਕਹਿੰਦਾ ਤੂੰ ਐਕਟਰ ਬਣਨਾ, ਤੈਨੂੰ ਡੁਪਲੀਕੇਟ ਦਾ ਰੋਲ ਮਿਲੇ, ਔਰ ਐਂਡ 'ਚ ਪਤਾ ਲੱਗੇ ਫਿਲਮ ਰਿਲੀਜ਼ 'ਤੇ ਵੀ ਤੂੰ ਡੁਪਲੀਕੇਟ ਸੀ। ਚੱਲ ਮੈਂ ਕਿਹਾ ਅਗਲੀ ਕਰਾਂਗੇ। ਫਿਰ ਇੱਕ ਫਿਲਮ ਸ਼ੁਰੂ ਹੋਈ, ਸਲਮਾ ਆ ਗਾ, ਦੀਪਕ ਪ੍ਰਾਸ਼ਰ,
ਜਾਵੇਦ ਖਾਨ ਉਹ ਹਿੰਦੀ ਫਿਲਮਾਂ ਦਾ ਨਾ ਉਹਨੇ 5-7 ਫਿਲਮਾਂ ਕੀਤੀਆਂ ਸੀ, ਹੀਰੋ ਸੀ, ਮੈਂ ਸੀਗਾ ਉਹਦੇ 'ਚ ਇੱਕ ਗਰੁੱਪ ਦਿਖਾਇਆ, ਉਹ ਗਰੁੱਪ ਹੈ ਪਰ ਮਰਡਰ ਹੋਈ ਜਾ ਰਿਹਾ ਉਹਦੇ 'ਚ ਮੇਨ, ਮਤਲਬ ਮੈਂ ਸੀਗਾ ਕਿਲਰ ਸੇਮ, ਮਤਲਬ ਉਹਦੇ 'ਚ ਕਲਾਈਮੈਕਸ ਹੋਇਆ ਔਰ ਐਂਡ 'ਚ ਮੈਂ ਫੜਿਆ ਜਾਂਦਾ ਅਤੇ ਫਿਰ ਮੈਂ ਅਰੈਸਟ ਹੋ ਜਾਂਦਾ, ਕਿਲਰ ਮੈਂ ਦਿਖਾਇਆ ਕਲਾਈਮੈਕਸ 'ਤੇ ਪੂਰਾ ਜੀ। ਫਿਲਮ 'ਚ ਵੈਸੇ ਕਾਮੇਡੀ ਕਰੀ ਜਾਂਦਾ, ਗਰੁੱਪ ਜਾਂਦੇ ਕਾਮੇਡੀ ਕਰੀ ਜਾਂਦਾ, ਸ਼ੱਕ ਹੀ ਨਹੀਂ ਜਾਂਦਾ, ਐਂਡ 'ਤੇ ਇਹੀ ਨਿਕਲਿਆ ਜਦੋਂ ਦਿਖਾਇਆ ਵੀ ਕਿਲਰ ਤਾਂ ਇਹ, ਕਿਉਂਕਿ ਕਿਲਿੰਗ 'ਚ ਉਹ ਬੈਗ ਦਿਖਾਉਂਦੇ ਸੀ। ਹੋ ਗਿਆ ਜੀ, ਮੈਂ ਆ ਕੇ ਪੰਜਾਬ ਲੋਕਾਂ ਨੂੰ ਕਿਹਾ ਜੀ ਮੇਰੀ ਫਿਲਮ ਆ ਰਹੀ, ਬੇਬਸੀ ਫਿਲਮ ਦਾ ਨਾਂ ਸੀ, ਬੇਬਸੀ। ਹੁਣ ਸਟਾਰ ਵੀ ਬੜੀ ਹੈ ਉਦੋਂ, ਜਿਹਦੇ ਸਲਮਾਨ ਦਾ ਸੀ, ਬੀ ਆਰ ਚੋਪੜਾ ਦੀ ਫਿਲਮ ਸੀ ਨਿਕਾਹ। ਮੈਂ ਬੜਾ ਖੁਸ਼ ਵੀ ਹੀਰੋ ਵੀ ਨਾਮੀ, ਮਧੂ ਮਲਹੋਤਰਾ ਵੀ ਸੀ ਉਹਦੇ 'ਚ, ਉਹਦੀ ਸ਼ਕਲ ਵੀ ਦਿਖਾਈ, ਕਲਾਈਮੈਕਸ ਵੀ ਹੋ ਗਿਆ, ਐਂਡ 'ਚ ਫੜਿਆ ਗਿਆ ਰੈਸਟ, ਯਾਨੀ ਵਿਲਨ ਜਿਵੇਂ ਹੁੰਦੇ ਨੇ, ਐਂਡ 'ਤੇ ਪੂਰਾ ਕਲਾਈਮੈਕਸ, ਫਾਈਟ ਸ਼ਾਈਟ ਸਭ ਕੁਛ। ਮੈਂ ਪਿੰਡ 'ਚ ਮਤਲਬ ਲੋਕਾਂ ਨੂੰ ਦੱਸਤਾ, ਜਿਹੜੇ ਦੋਸਤ ਸੀਗੇ ਉਹਨਾਂ ਨੂੰ ਦੱਸਤਾ ਵੀ ਆਪਣੀ ਬਣ ਗਈ ਗੱਲ। ਬਾਹਰ 'ਚ ਮੈਂ ਗਿਆ ਬੰਬੇ, ਮੋਹਣ ਜੀ ਨੂੰ ਮਿਲਦੇ ਹਾਂ, ਥੈਂਕ ਯੂ ਸਰ ਮੈਂ ਮੇਨ ਵਿਲਨ, ਤੁਸੀਂ ਬ੍ਰੇਕ ਦਿੱਤਾ, ਇਹ ਕੀਤਾ। ਕਹਿੰਦੇ ਯਾਰ ਉਹਦੇ 'ਚ ਪ੍ਰੋਬਲਮ ਆ ਗਈ। ਮੈਂ ਕਿਹਾ ਹੁਣ ਕੀ ਪ੍ਰੋਬਲਮ ਆ ਗਈ? ਕਹਿੰਦੇ ਡਿਸਟ੍ਰੀਬਿਊਟਰ ਕਹਿੰਦੇ ਬਈ ਜਿਹੜਾ ਵਿਲਨ ਹੈ ਨਾ ਥੋੜ੍ਹਾ ਨੋਨ ਹੋਣਾ ਚਾਹੀਦਾ। ਅੱਛਾ ਜੀ। ਮੈਂ ਕਿਹਾ ਜੀ ਪਰਫੋਰਮੈਂਸ ਔਰ ਕਿਲਿੰਗ ਤਾਂ ਮੈਂ ਕੀਤੀ ਹੈ, ਤਾਂ ਤੁਸੀਂ ਪਰਫੋਰਮੈਂਸ ਦੇਖੋ। ਕਹਿੰਦੇ ਯਾਰ ਹੁਣ ਮੈਂ ਫਿਲਮ ਵੇਚਣੀ ਵੀ ਹੈ ਨਾ, ਮੈਂ ਤੈਨੂੰ ਅੱਗੇ ਫਿਲਮ 'ਚ ਬ੍ਰੇਕ ਦੇਊਂਗਾ। ਅੱਛਾ ਜੀ। ਅੱਗੇ ਮੈਂ ਕਿਹਾ ਸੁਣ ਯਾਰ, ਪੂਰੀ ਫਿਲਮ ਦਾ ਫਾਈਨਲ ਪ੍ਰਿੰਟ ਨਿਕਲਿਆ, ਰਿਲੀਜ਼ 'ਤੇ ਮਤਲਬ ਜਦੋਂ ਮਰਜ਼ੀ ਕਰ ਲਓ। ਉਹ ਫਿਲਮ ਦਾ ਟ੍ਰਾਇਲ ਵੀ ਮੈਂ ਦੇਖਿਆ, ਫਾਈਨਲ ਪ੍ਰਿੰਟ। ਕਿੱਡਾ ਸੁਪਨਾ ਟੁੱਟ ਗਿਆ। ਮੈਂ ਕਿਹਾ ਯਾਰ ਇਹ ਫਿਰ ਕਿਵੇਂ, ਮੈਂ ਤਾਂ ਰੋਣ ਲੱਗ ਗਿਆ ਉੱਥੇ। ਮੈਂ ਕਿਹਾ ਮੋਹਨ ਜੀ ਯਾਰ ਮੇਰਾ ਕੈਰੀਅਰ ਬਣਦੇ ਬਣਦੇ ਦੇਖੋ, ਪਿਛਲੀ 'ਚ ਡੁਪਲੀਕੇਟ ਕਰਾ ਲਿਆ, ਇਹਦੇ 'ਚ ਤੁਸੀਂ ਕਰਾ ਵੀ ਦਿੱਤਾ ਵਿਲਨ, ਤੁਸੀਂ ਹੁਣ ਕਹਿੰਦੇ ਹੋ ਚੇਂਜ ਕਰਨਾ। ਕਹਿੰਦਾ ਯਾਰ ਮਜਬੂਰੀ ਆ ਨਾ, ਹੁਣ ਮੈਂ ਕੀ ਕਰਾਂ, ਮੈਂ ਫਿਲਮ ਵੇਚਣੀ ਹੈ। ਅਤੇ ਉਹ ਕਹਿੰਦੇ ਨਵਾਂ ਮੁੰਡਾ ਨਹੀਂ ਘੁਬਰੇਗਾ। ਫਿਰ ਉਹਨਾਂ ਨੇ ਜਿਹੜਾ ਜਾਵੇਦ ਖਾਨ ਸਾਡੇ ਗਰੁੱਪ 'ਚ ਹੀ ਬੰਦਾ ਸੀ, ਹੀਰੋ ਸੀਗਾ, ਉਹਨੇ ਮਤਲਬ 5-7 ਵੀ ਗ੍ਰੇਟ ਫਿਲਮਾਂ 'ਚ ਹਿੱਟ ਹੋ ਚੁੱਕਿਆ ਸੀ, ਮੈਂ ਤੈਨੂੰ ਫਿਲਮ ਦਾ ਨਾਮ ਵੀ ਦੱਸਦਾ, ਬੜਾ ਅੱਛਾ ਐਕਟਰ ਸੀ। ਉਹਨਾਂ ਨੇ ਸੋਚਿਆ ਵੀ ਇਹਨੂੰ ਜਾਣੀ ਹੁਣ ਮੈਂ ਵੀ ਗਰੁੱਪ 'ਚ ਹੀ ਹਾਂ, ਮੈਨੂੰ ਐਂਡ 'ਚ ਵਿਲਨ ਦਿਖਾ ਤਾ। ਹੁਣ ਗਰੁੱਪ ਦੇ ਵਿੱਚ ਵੀ ਕਹਿੰਦੇ ਜਾਵੇਦ ਖਾਨ ਨੋਨ ਹੈ ਅਤੇ ਇਹਨੂੰ ਵਿਲਨ ਦਿਖਾਉਣਾ। ਮੇਰੇ ਕੋਲ ਤਾਂ ਚੱਲ ਰਿਹਾ, ਡਾਇਰੈਕਟਰ ਪ੍ਰੋਡਿਊਸਰ ਕਰੇਗਾ ਤਾਂ ਮੈਂ ਕੀ ਉਹਨੂੰ ਰੋਕ ਲਵਾਂਗਾ ਜਾਂ ਕੈਮਰਾ ਜਾ ਕੇ ਭੱਜਾਂਗਾ? ਮੈਂ ਤਾਂ ਕੁਛ ਨਹੀਂ ਕਰ ਸਕਦਾ। ਹਾਂ, ਅਤੇ ਉਹ ਕਹਾਣੀ ਕੀ ਹੋਈ, ਇਹ ਉਹਨਾਂ ਨੇ ਕਰਤਾ। ਦੂਜੇ ਦਿਨ ਜਾਵੇਦ ਖਾਨ ਮੈਨੂੰ ਮਿਲਣ ਆਇਆ ਇੱਥੇ ਆਪਣਾ ਜਿੱਥੇ ਮੈਂ ਰਹਿੰਦਾ ਸੀ ਔਫਿਸ। ਕਹਿੰਦਾ ਰਾਣਾ ਮੁਝੇ ਫੋਨ ਜੀ ਨੇ ਭੇਜਾ ਹੈ, ਹੈ ਤੋ ਵੈਰੀ ਸੈਡ ਬਾਤ, ਤੁਮ ਅੱਛੇ ਐਕਟਰ ਹੋ, ਤੁਮ ਅੱਛਾ ਕੰਮ ਕੀਆ, ਮੈਂ ਤਾਂ ਫਿਲਮ ਮੈਂ ਹੂੰ ਹੀ, ਕਿਉਂਕਿ ਦੀਪਕ ਪ੍ਰਾਚਰ ਹੀਰੋ ਸੀ, ਉਹ ਸੀ ਗਾਣੇ ਵੀ ਗਾਏ, ਉਹਦੇ ਅਪੋਜਿਟ ਹੀਰੋਨ ਵੀ ਸੀ, ਪਰ ਉਹਨੂੰ ਵਿਲਨ ਦਿਖਾਉਣਾ ਸੀ, ਉਹ ਨੋਨ ਸੀ। ਡਿਸਟ੍ਰੀਬਿਊਟਰ ਨੇ ਕਿਹਾ ਇਹਨੂੰ ਦਿਖਾ ਦਿਉ। ਕਹਿੰਦਾ ਯਾਰ ਸੋਰੀ, ਮੈਂ ਤੇਰੇ ਤੋਂ ਇਜਾਜ਼ਤ ਲੈਣ ਆਇਆ। ਹੁਣ ਦੱਸ ਇਹ ਇਜਾਜ਼ਤ ਹੈ? ਮੈਂ ਕੀ ਕਹਿ ਸਕਦਾ ਵੀ ਨਹੀਂ ਦਿੰਦਾ ਇਜਾਜ਼ਤ, ਫਿਰ ਮੇਰਾ ਰੋਲ ਕਰੋ। ਨਹੀਂ, ਸ਼ੂਟ ਤਾਂ ਉਹਨਾਂ ਨੇ ਉਹਨੂੰ ਕਰਨਾ ਸੀ ਡਿਸਾਈਡ ਜੀ। ਮੈਂ ਫਿਰ ਹੁਣ ਕੀ ਕਹਿੰਦਾ, ਮੈਂ ਕਿਹਾ ਇਜਾਜ਼ਤ ਹੈ ਫੀਲਿੰਗ ਨੇ, ਹੋਰ ਕੀ ਕਹਿੰਦਾ। ਉਹ ਜੱਫੀ ਪਾਈ, ਉਹਨੇ ਚਲਾ ਗਿਆ। ਅਤੇ ਤੂੰ ਇਹ ਦੇਖਣਾ ਵੀ ਐਕਟਰ ਬਣਨ ਦੇ ਵਿੱਚ ਕੋਈ ਵੀ ਸਿੱਧੀ ਗੱਲ ਹੋ ਨਹੀਂ ਰਹੀ। ਸਹੀ ਗੱਲ, ਸੰਘਰਸ਼ ਚੱਲੀ ਜਾ ਰਿਹਾ ਮਤਲਬ ਯਾਰ ਇੱਕ ਤਾਂ ਹੁੰਦਾ ਨਾ, ਚਲੋ ਡੁਪਲੀਕੇਟ ਤਾਂ ਆਇਆ ਪਰ ਉਹਨੇ ਕੰਪਨਸੇਟ ਕੀਤਾ, ਹੁਣ ਉਹਨੂੰ ਖਰਚਾ ਦੁਬਾਰਾ ਡਬਲ ਪਿਆ,
ਉਹਨੇ ਕਲਾਈਮੈਕਸ ਦੁਬਾਰਾ ਸ਼ੂਟ ਕੀਤਾ। ਬਿਲਕੁਲ ਬਿਲਕੁਲ ਬਿਲਕੁਲ, ਉਹ ਪ੍ਰੋਡਿਊਸਰ ਦਾ ਬਹੁਤ ਨੁਕਸਾਨ ਹੈ, ਨੁਕਸਾਨ ਹੋਇਆ ਉਹ ਵਿਚਾਰੇ ਨੇ ਕੀਤਾ। ਉਹ ਕੌਣ ਕਰਨਾ ਚਾਹੁੰਦਾ, ਕਹਿੰਦਾ ਦੇਖਣਾ ਯਾਰ ਮੈਨੂੰ ਦੁਬਾਰਾ ਸ਼ੂਟ ਕਰਨਾ ਪੈਣਾ ਕਲਾਈਮੈਕਸ। ਅਤੇ ਹੁਣ ਉਹ ਹੋਇਆ ਅਤੇ ਮੈਨੂੰ ਲੱਗਿਆ ਯਾਰ ਜੇ ਰੱਬ ਨੇ ਕੁਦਰਤ ਨੇ ਭੇਜ ਤਾਂ ਦਿੱਤਾ, ਪਰ ਗੱਲ ਬਣ ਨਹੀਂ ਰਹੀ। ਬਣਦੇ 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 ਫਿਰ ਉਹ ਜੇ ਪੀ ਦਿੱਤਾ, ਫਿਰੋਜ਼ ਖਾਨ ਇਹਨਾਂ ਦੀ ਫਿਲਮਾਂ ਆਈਆਂ, ਫਿਰ ਉਹਨੇ ਦਿੱਤਾ ਮੌਨ ਭਾਕੜੀ ਨੰਬਰ ਇੱਕ। ਅੱਛਾ ਜੀ, ਇੱਕ ਪਾਂਚ ਫੌਲਾਦੀ ਫਿਲਮ ਬਣੀ ਸੀ ਬੀਗਰੇ, ਉਹਦੇ 'ਚ ਰਾਜ ਬੱਬਰ ਸੀ, ਉਹਦੇ ਦੀਪਕ ਫਰਾਸ਼ਰ ਸੀ, ਉਹਦੇ 'ਚ ਅਮਜ਼ਰ ਖਾਨ ਸੀ। ਅੱਛਾ ਜੀ, ਹੈਂ ਉਹਦੇ 'ਚ ਰਜ਼ਾ ਮੁਰਾਦ ਸੀ, ਮੈਂ ਸੀ, ਰਜ਼ਾ ਮੁਰਾਦ ਮੇਨ ਵਿਲਨ ਸੀ, ਮੈਂ ਉਹਦਾ ਸੈਕਿੰਡ ਸੀ। ਇੱਕ ਵਾਰੀ ਤਾਂ ਮੈਂ ਪੰਜੇ ਫੌਲਾਦੀ ਸਾਹਮਣੇ ਖੜ੍ਹੇ ਕਰ ਲਏ ਘੋੜੇ 'ਤੇ ਆ ਕੇ, ਸਰੈਂਡਰ ਕਰਾਤਾ ਉਹਨਾਂ ਨੂੰ। ਉਹਦੇ ਨਾ ਰਾਜ ਬੱਬਰ, ਦੀਪਕ ਫਰਾਸ਼ਰ, ਅਮਜ਼ਰ ਖਾਨ, ਮਤਲਬ ਸਾਰੇ ਉਹਦੇ, ਮੈਨੂੰ ਬੜਾ ਖੁਸ਼ ਹੋਇਆ ਵੀ ਕੋਈ ਗੱਲ ਨਹੀਂ, ਦੋ ਫਿਲਮਾਂ ਗਈਆਂ, ਆਹ ਲਾਈਨ 'ਤੇ ਲਾਤੇ ਬੰਦੇ, ਹੈ ਨਾ। ਬਿਲਕੁਲ, ਉਹ ਫਿਲਮ ਰਿਲੀਜ਼ ਵੀ ਹੋਈ, ਬੀ ਗ੍ਰੇਟ ਸੀ, ਯਾਨੀ ਮੋਹਨ ਭਾਕੜੀ ਨੇ ਆਪਣੀ ਕਮਿਟਮੈਂਟ ਨਿਭਾਈ ਜੀ। ਅਤੇ ਉਦੋਂ ਦਾ ਕਿਹੜਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ, ਕਿਉਂਕਿ ਆਪਾਂ ਜਿਵੇਂ ਸਟਾਰਟਿੰਗ ਦੇ ਵਿੱਚ ਗੱਲ ਕਰੀ ਸੀਗੀ ਕਿ ਮੈਨੂੰ ਲੱਗਦਾ ਕਿ ਆਪਾਂ ਨੂੰ ਇੰਟਰਵਿਊ ਦੇ ਪਾਰਟਸ ਕਰਨੇ ਪੈਣੇ, ਅਤੇ ਉਹ ਗੱਲ ਸੱਚੀ ਹੋ ਗਈ, ਕਿਉਂਕਿ ਇੱਕ ਘੰਟੇ ਦੇ ਨੇੜੇ ਤੇੜੇ ਆਪਣੀਆਂ ਇੰਨੀਆਂ ਗੱਲਾਂ ਆਈਆਂ, ਮੇਰੇ ਸਵਾਲ ਤਾਂ ਬਹੁਤ ਸੀਗੇ ਦਿਮਾਗ ਦੇ ਵਿੱਚ, ਉਹ ਆਪਾਂ ਪਾਰਟ 2 ਦੇ ਵਿੱਚ ਪੁੱਛਾਂਗੇ। ਅਤੇ ਲਾਸਟ ਵਿੱਚ ਮੈਂ ਜਾਂਦੇ ਹੋਏ ਬਸ ਇੱਕ ਗੱਲ ਪੁੱਛਣੀ ਹੈ, ਇੱਕ ਸਵਾਲ ਪੁੱਛਣਾ ਕਿ ਇੱਕ ਡ੍ਰੀਮ ਪ੍ਰੋਜੈਕਟ ਹੁੰਦਾ ਨਾ ਕਿ ਉਦੋਂ ਤੱਕ ਕਿ ਮੈਂ ਇਸ ਆਰਟਿਸਟ ਨਾਲ ਕੰਮ ਕਰਨਾ ਹੈ, ਅਤੇ ਉਸ ਆਰਟਿਸਟ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ, ਅਤੇ ਫਿਰ ਉਦੋਂ ਲੱਗਦਾ ਹੋਵੇ ਕਿ ਹਾਂ ਹੁਣ ਮੈਂ ਨੇੜੇ ਤੇੜੇ ਹੈ ਜਿਹੜੇ ਕੰਮ ਵਾਸਤੇ ਮੈਂ ਸੋਚਿਆ ਸੀਗਾ। ਵੈਸੇ ਤੁਹਾਨੂੰ ਦੱਸਾਂ, ਇਸ ਤਰ੍ਹਾਂ ਦਾ ਡ੍ਰੀਮ ਮੇਰਾ ਰਿਹਾ ਨਹੀਂ। ਅੱਛਾ ਜੀ, ਮੈਨੂੰ ਇਹ ਹੁੰਦਾ ਸੀ ਮੇਰਾ ਰੋਲ ਦੱਸੋ ਕੀ ਹੈ, ਅੱਛਾ ਜੀ, ਮੇਰੇ ਸਾਹਮਣੇ ਜਿਹਨੂੰ ਮਰਜ਼ੀ ਖੜਾ ਕਰ ਲਓ। ਜਾਣੀ ਸੀਨੀਅਰ ਐਕਟਰ ਤਾਂ ਉਦੋਂ ਤਾਂ ਮੈਂ ਹੈ ਹੀ ਨਹੀਂ ਸੀ ਇੰਡਸਟਰੀ, ਦਲੀਪ ਸਾਹਿਬ ਅਤੇ ਰਾਜ ਕਪੂਰ ਸਾਹਿਬ, ਰਾਜਕੁਮਾਰ ਸਾਹਿਬ, ਉਦੋਂ ਤਾਂ ਮੈਂ ਹੈ ਹੀ ਨਹੀਂ ਸੀ ਇੰਡਸਟਰੀ, ਉਹਨਾਂ ਨਾਲ ਕੰਮ ਨਹੀਂ ਕਰ ਸਕਿਆ। ਅਤੇ ਜਦੋਂ ਮੈਂ ਕੰਮ 'ਤੇ ਐਂਟਰ ਹੋਇਆ ਤਾਂ ਸਿਰਫ ਅਮਿਤਾਭ ਨੂੰ ਛੱਡ ਕੇ ਬਾਕੀ ਸਭ ਨਾਲ ਕੀਤਾ, ਸਭ ਹੀਰੋ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਚਾਹੇ ਉਹ ਸਲਮਾਨ ਖਾਨ ਹੈ, ਚਾਹੇ ਸ਼ਾਹਰੁਖ ਖਾਨ ਹੈ, ਚਾਹੇ ਉਹ ਅਕਸ਼ੇ ਕੁਮਾਰ ਹੈ, ਚਾਹੇ ਦੂਜੇ ਜਤਿੰਦਰ ਹੈ, ਵਿਨੋਦ ਖੰਨਾ ਹੈ, ਧਰਮਿੰਦਰ ਜੀ, ਯਾਨੀ ਸਭ ਨਾਲ ਕੰਮ ਕੀਤਾ। ਹਾਂ, ਸਿਰਫ ਅਮਿਤਾਭ ਜੀ ਨਾਲ ਸੰਯੋਗ ਨਹੀਂ ਬਣਿਆ। ਮੇਰੀ ਕਈ ਵਾਰੀ ਬੇਇੱਜ਼ਤੀ ਕੀਤੀ ਲੋਕਾਂ ਨੇ, ਕਈ ਵਾਰੀ ਬੇਇੱਜ਼ਤੀ ਹੋਈ। ਅੱਛਾ ਜੀ, ਅਸੀਂ ਉਹਨੂੰ ਮੈਡਲ ਸਮਝਿਆ ਕਿ ਹੁਣ ਇਹਨਾਂ ਦਾ ਵਕਤ ਹੈ, ਇਹ ਸਾਨੂੰ ਕੁਛ ਨਹੀਂ ਸਮਝ ਰਹੇ। ਕਈ ਵਾਰੀ ਫਿਲਮਾਂ ਜੋ ਕੱਢੇ ਗਏ, ਇੱਕ ਹੋਰ ਫਿਲਮ ਦੀ ਬੜੀ ਤਕੜੇ, ਉਹ ਤਾਂ ਕਾਮੇਡੀ ਹੀ ਹੈ। ਇੱਕ ਬੰਦਾ ਸੀ ਇਹ ਫਿਲਮ ਬਣਾ ਰਿਹਾ ਸੀਗਾ, ਤਾਰਿਕ ਸ਼ਾਹ ਹੀਰੋ ਸੀ ਨਵਾਂ ਨਵਾਂ। ਅੱਛਾ, ਉਹ ਕਹਿੰਦੇ ਸੀ ਇਹ ਦਲੀਪ ਕੁਮਾਰ ਦਾ ਕਜ਼ਨ ਹੈ ਜਾਂ ਕੀ ਹੈ, ਰਿਸ਼ਤੇਦਾਰ ਹੈ। ਕਾਫੀ ਫਿਲਮਾਂ ਕਰ ਰਹੇ ਸੀ, ਸ਼ੋਮਾਨੰਦ ਹੀਰੋਨ ਸੀ, ਹਾਜੀ ਅਲੀ ਉਹਦਾ ਆਫਿਸ ਸੀ, ਅਸੀਂ ਉਹੀ ਹਰ ਆਫਿਸ ਕੋਲ ਜਾਂਦੇ ਸੀ ਮੈਂ ਅਤੇ ਵਾਲੀਆ। ਅੱਛਾ, ਸੁਣਨ ਵਾਲੀ ਗੱਲ ਹੈ, ਤੂੰ ਕਾਮੇਡੀ ਹੱਸੇਗਾ। ਉੱਥੇ ਗਏ ਜੀ ਬੰਦੇ ਕੋਲ, ਅਤੇ ਉਹ ਮਿਲਿਆ, ਸਭ ਕੁਛ ਉਹਨੂੰ ਦੱਸਿਆ, ਫੋਟੋਆਂ ਦਿਖਾਈਆਂ। ਉਦੋਂ ਤਾਂ ਫੋਟੋਆਂ ਦਿਖਾਉਂਦੇ ਸੀ ਨਾ, ਆਡੀਸ਼ਨ ਨਹੀਂ ਸੀ ਹੁੰਦੇ। ਬਿਲਕੁਲ ਬਿਲਕੁਲ, ਪਰਸਨੈਲਿਟੀ ਇੰਪ੍ਰੈਸ ਕਰਨਾ, ਥੀਏਟਰ ਕੀਤਾ ਹੋਇਆ, ਦਿਮਾਗ ਸੀਗਾ, ਬੰਦੇ ਨੂੰ ਕੀ ਲੈਂਦੇ ਸੀ, ਹੈ ਨਾ। ਅਤੇ ਉਹ ਬੰਦਾ ਕਹਿੰਦਾ ਵੀ ਇੱਕ ਇੰਸਪੈਕਟਰ ਦਾ ਰੋਲ ਹੈ, ਉਹ ਤੁਸੀਂ ਕਰ ਲਓ, ਅਤੇ ਆਹ ਬੰਦਾ ਤੁਹਾਡਾ ਅਸਿਸਟੈਂਟ, ਦੋਨਾਂ ਦੀ ਜੋੜੀ ਹੈ ਵਧੀਆ। ਅਤੇ ਉਹ ਮੈਂ ਕਿਹਾ ਠੀਕ ਹੈ ਜੀ, ਅਤੇ ਉਹ ਕਰ ਲਿਆ। ਅਤੇ ਹੁਣ ਉਹ ਜਿਹੜਾ ਬੰਦਾ ਸੀ, ਉਹਦਾ ਨਾਂ ਇਹ ਸੀਗਾ, ਜਿਵੇਂ ਮਿੱਤਲ ਸਾਹਿਬ ਹੈ, ਇਸ ਤਰ੍ਹਾਂ ਹੀ ਦੂਜਾ ਇੱਕ ਨਾਂ ਸੀਗਾ ਉਹਦਾ, ਮੈਨੂੰ ਯਾਦ ਆਉਂਦਾ ਹੁਣੀ। ਅਤੇ ਉਸ ਤਰ੍ਹਾਂ ਮਤਲਬ ਉਹਨੇ ਕਹਿਤਾ ਜੀ, ਮੈਂ ਕਿਹਾ ਤੁਹਾਡਾ ਪੂਰਾ ਨਾਂ, ਅਤੇ ਉਸ ਤਰ੍ਹਾਂ ਦੀ ਗੱਲ, ਵਰਮਾ 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 ਸੀ, ਵਰਮਾ ਸੀ ਵੀ ਆਹ ਸਫਲਾਨ ਸਿੰਘ ਵਰਮਾ।
ਅਤੇ ਉੱਥੇ ਕੋਲ ਬੈਠੇ ਚਾਹ ਵੀ ਪਿਆਈ ਉਹ ਬੰਦੇ ਨੇ। ਪਤਾ ਨਹੀਂ ਮੈਂ ਹੁਣ ਮੇਹਰ ਮਿੱਤਲ ਸਾਹਿਬ ਨੂੰ ਮੈਂ ਬਹੁਤ ਮਿਲਦਾ ਹੁੰਦਾ ਸੀ, ਉਹ ਮੇਰੇ ਗਾਈਡ ਰਹੇ ਨੇ, ਉਹਨਾਂ ਨੇ ਮੈਨੂੰ ਕਈ ਚੀਜ਼ਾਂ ਦੱਸੀਆਂ ਕਿਉਂਕਿ ਉਹਨਾਂ ਨਾਲ ਪੰਜਾਬੀ ਫਿਲਮਾਂ ਕੀਤੀ ਸੀ, ਕਦੇ ਕਦੇ ਮਿਲਣ ਚਲੇ ਜਾਂਦੇ ਸੀ। ਉਹ ਕਹਿੰਦੇ ਆ ਜਾਇਆ ਕਰ ਤੂੰ ਵਧੀਆ ਗੱਲਾਂ ਕਰ, ਉਹਨਾਂ ਕੋਲ ਦੋ ਦੋ ਘੰਟੇ ਬੈਠਣਾ, ਡਿਨਰ ਵੀ ਕਰਨਾ। ਅਤੇ ਹੁਣ ਮਿੱਤਲ ਸਾਹਿਬ ਨੌਂ ਪਤਾ ਨਹੀਂ ਕਿਵੇਂ ਦਿਮਾਗ 'ਤੇ ਚੜ੍ਹਿਆ, ਅਤੇ ਉਹਦਾ ਨੌਂ ਵਰਮਾ ਜਦੋਂ ਉੱਠਣ ਲੱਗੇ ਪਤਾ ਨਹੀਂ ਮੇਰੇ ਮਿਲ ਗਏ, ਉਹ ਕਹਿੰਦਾ ਪਰਸੋਂ ਆਪ ਲੋਕ ਆ ਜਾਓ, ਮੇਜ਼ਰਮੈਂਟ ਸਪਨਾ ਦੇ ਦੇਣਾ ਡਰੈਸ ਕੋ। ਠੀਕ ਹੈ, ਉੱਠਦੇ ਹੋਏ ਪਤਾ ਨਹੀਂ ਮੇਰੇ ਤੋਂ ਕੀ ਮੁੱਝ ਨਿਕਲਿਆ, ਮੈਂ ਕਿਹਾ ਸਰ ਥੈਂਕ ਯੂ ਵੈਰੀ ਮੱਚ ਮਿੱਤਲ ਸਾਹਿਬ, ਥੈਂਕ ਯੂ ਵੈਰੀ ਮੱਚ, ਬੈਠੋ, ਮੇਰਾ ਨਾਮ ਵਰਮਾ ਹੈ, ਮਿੱਤਲ ਨਹੀਂ ਹੈ। ਮੈਂ ਕਿਹਾ ਸੋਰੀ ਸਰ, ਮੇਰੇ ਮੂੰਹ ਤੋਂ ਪਤਾ ਨਹੀਂ ਕੈਸੇ ਨਿਕਲ ਗਏ, ਆਈ ਐਮ ਵੈਰੀ ਸੋਰੀ। ਬੁਰਾ ਤਾਂ ਮੰਨਦਾ ਹੀ ਹੈ ਨਾ, ਮੰਨ ਗਿਆ ਬਿਲਕੁਲ ਬਿਲਕੁਲ। ਹੁਣ ਤੁਸੀਂ ਸੱਤੀ ਜੀ ਹੋ, ਮੈਂ ਕੁਝ ਹੋਰ ਨਾ ਉਹਨਾਂ ਨੂੰ ਪੁਕਾਰਾਂ, ਬਿਲਕੁਲ ਬਿਲਕੁਲ, ਗੁੱਸਾ ਲੱਗਦਾ ਬੰਦਾ ਉਹਨੂੰ ਆਇਆ। ਪਰ ਉਹ ਬੰਦਾ ਇਹ ਕਹਿੰਦਾ ਪਰਸੋਂ ਆ ਕੇ ਉਹ ਕਰ ਜਾਓ, ਮੈਂ ਗਿਆ, ਮੈਨੂੰ ਵਾਲੀਆ ਬਾਹਰ ਨਿਕਲ, ਕਹਿੰਦਾ ਯਾਰ ਤੂੰ ਵਰਮਾ ਸਾਹਿਬ ਕਹਿ, ਮੈਂ ਕਿਹਾ ਯਾਰ ਨਿਕਲ ਗਿਆ ਉਹ ਚੋਂ, ਮੈਂ ਜਾਣ ਕੇ ਥੋੜ੍ਹੀ ਉਹਦੀ ਬੇਇੱਜ਼ਤੀ ਕਰਨਾ, ਉਹ ਤਾਂ ਰੋਲ ਦੇ ਰਿਹਾ। ਚਲੇਗਾ ਅੱਗੇ ਨੂੰ ਧਿਆਨ ਰੱਖਿਆ, ਮੇਜ਼ਰਮੈਂਟਸ ਦੇਣ ਆਏ, ਉਹਨੇ ਚਾਹ ਵੀ ਪਿਆਈ, ਸਾਰਾ ਕੁਛ ਹੋ ਗਿਆ। ਜਾਂਦੇ ਹੋਏ ਫਿਰ ਪਤਾ ਨਹੀਂ ਮੇਰੇ ਮੂੰਹ ਚੋਂ ਨਿਕਲ ਗਿਆ, ਮੈਂ ਕਿਹਾ ਥੈਂਕ ਯੂ ਮਿੱਤਲ ਸਾਹਿਬ ਰੋਲ ਦੇਣ ਲਈ। ਕਹਿੰਦਾ ਯਾਰ ਤੈਨੂੰ ਮੈਂ ਉਸ ਦਿਨ ਵੀ ਕਿਹਾ ਸੀ, ਮੇਰਾ ਨਾਮ ਵਰਮਾ ਹੈ, ਮਿੱਤਲ ਨਹੀਂ ਹੈ। ਮੈਂ ਆਪਣਾ ਸਿਰ ਜਿਹਾ ਫੜਿਆ, ਐਕਟਿੰਗ ਜਿਹੀ ਕੀਤੀ, ਮੈਂ ਕਿਹਾ ਸਰ ਸੋਰੀ, ਮੈਂ ਉਹਦੇ ਗੋਡੀਆਂ 'ਤੇ ਲਾ ਦੇ ਤਾਂ ਕਿ ਉਹ ਇਸ ਗੱਲ ਨੂੰ ਮਾਇੰਡ ਨਾ ਕਰੇ। ਮਸਾਂ ਤਾਂ ਰੋਲ ਮਿਲਦੇ ਸੀ, ਉਹਨੇ ਦਿੱਤਾ ਹੈ, ਅਸੀਂ ਤਾਂ ਕਹਿੰਦੇ ਸੀ ਕੈਮਰੇ ਸਾਹਮਣੇ ਖੜਾ ਕਰੋ, ਉਹਨੇ ਦਿੱਤਾ ਰੋਲ। ਅਤੇ ਮੈਂ ਉਹਨਾਂ ਨੂੰ ਕਹਿ ਕੇ, ਮੈਂ ਕਿਹਾ ਵਰਮਾ ਸਾਹਿਬ ਮੈਂ ਯਾਦ ਰੱਖਾਂਗਾ, ਥੈਂਕ ਯੂ ਵੈਰੀ ਮੱਚ ਵਰਮਾ ਜੀ, ਥੈਂਕ ਯੂ। ਚਲੇ ਗਏ ਵਾਲੀਆ ਫਿਰ ਨਾਲ, ਉਹਦੀ ਵੀ ਮਿਹਰਬਾਨੀ। ਕਹਿੰਦਾ ਯਾਰ ਤੂੰ ਪਾਗਲ ਹੈ, ਮੈਂ ਕਿਹਾ ਤੂੰ ਮਿੱਤਲ ਕਿਉਂ ਕਹਿੰਦਾ, ਮੈਂ ਕਿਹਾ ਯਾਰ ਮਿੱਤਲ ਸਾਹਿਬ ਨਾਲ ਮੈਂ ਇੰਨਾ ਮਿਲਦਾ, ਉਹ ਨੌਂ ਮੇਰੇ ਮੂੰਹ 'ਤੇ ਚੜਿਆ ਹੋਇਆ, ਮੈਨੂੰ ਲੱਗਿਆ ਕਿ ਮਿੱਤਲ ਪਤਾ ਨਹੀਂ ਕਿਉਂ ਬਸ ਨਿਕਲ ਗਿਆ। ਕਹਿੰਦਾ ਦੋ ਵਾਰੀ ਹੋ ਗਿਆ ਹੁਣ ਫਿਲਮਿਸਤਾਨ ਸਾਡੀ ਸ਼ੂਟਿੰਗ ਗੋਰੇਗਾਓਂ ਅਸੀਂ ਗਏ, ਮਹੂਰਤ ਹੋਇਆ, ਸਾਡਾ ਕੰਮ ਦੂਜੇ ਦਿਨ ਸੀਗਾ, ਪਹਿਲੇ ਦਿਨ ਮਹੂਰਤ ਹੋਇਆ, ਹੀਰੋ ਤਾਰਿਕ ਸ਼ਾਹ ਉਹਦੇ ਸੀਨ ਹੋਣਗੇ, ਬਿਜ਼ਨਸ ਹੁੰਦਾ ਸੀ, ਡਿਸਟ੍ਰੀਬਿਊਟਰ ਆਉਂਦੇ ਸੀ ਉਹਨਾਂ ਦਿਨਾਂ 'ਚ, ਹੋ ਗਿਆ ਜੀ, ਲੰਚ ਵੀ ਕੀਤਾ। ਹੁਣ ਅਸੀਂ ਜਾਣ ਲੱਗੇ ਵੀ ਹੁਣ ਕਿੰਨੀ ਦੇਰ ਬੈਠਾ ਸਾਡੀ ਸ਼ੂਟਿੰਗ ਕਰ ਲੈ, ਵਰਦੀ ਵੀ ਹੋ ਗਈ, ਸਭ ਪਤਾ ਨਹੀਂ ਕੀ ਹੋਇਆ, ਸੋਰੀ ਫਿਰ ਮੇਰੇ ਮੂੰਹ ਚੋਂ ਨਿਕਲ ਗਿਆ ਮਿੱਤਲ ਸਾਹਿਬ। ਮੈਂ ਕਿਹਾ ਮਿੱਤਲ ਸਾਹਿਬ ਥੈਂਕ ਯੂ ਮਾਂ, ਤੇਰੀ ਮਾਂ, ਉਹਨੇ ਹੁਣ ਗਾਲਾਂ ਜੋ ਕੱਢੀਆਂ, ਨਿਕਾਲੋ ਇਨਕੋ ਸੈੱਟ ਸੇ, ਇਹ ਰੋਲ ਨਹੀਂ ਕਰ ਰਿਹਾ, ਦੂਸਰਾ ਆਦਮੀ ਢੂੰਡੋ, ਗੈਟ ਆਊਟ। ਉਸ ਬੰਦੇ ਨੇ ਕੀਤਾ ਸੀ ਥੱਲੇ ਨੂੰ ਸਿਰ ਕਰਕੇ ਬਾਹਰ ਨਿਕਲ ਕੇ, ਵਾਲੀਆ ਮੇਰੇ ਨਾਲ ਆਉਂਦੀ ਲੜਿਆ, ਯਾਰ ਤੈਨੂੰ ਅਕਲ ਨਹੀਂ, ਤੂੰ ਕਰਦਾ ਕੀ ਫਿਰਦਾ, ਤੂੰ ਫਿਰ ਉਹਨਾਂ ਨੂੰ ਮਿੱਤਲ ਕਹੀ ਜਾਂਦਾ, ਵਰਮਾ ਹੈ ਮੇਰਾ ਵੀ ਰੋਲ ਘਟਾ, ਦੋਨਾਂ ਨੂੰ ਕੱਢਤਾ ਸਾਨੂੰ ਫਿਰ ਵਿੱਚੋਂ। ਹੁਣ ਮੈਨੂੰ ਨਹੀਂ ਸਮਝ ਆਈ ਵੀ ਮੇਰੇ ਮੂੰਹ ਚੋਂ ਕੁਦਰਤ ਨੇ ਮਿੱਤਲ ਸਾਹਿਬ ਕਿਉਂ ਕਹਾਇਆ, ਅੱਜ ਤੱਕ ਲੌਜਿਕ ਕਲੀਅਰ ਨਹੀਂ ਹੋਇਆ, ਨਹੀਂ ਹੋਇਆ, ਹੋ ਗਿਆ ਬਸ। ਮੈਂ ਫਿਰ ਇੱਕੋ ਹੀ ਗੱਲ ਕਹਿੰਦਾ ਵੀ ਕੁਦਰਤ ਇਹੀ ਚਾਹੁੰਦੀ ਹੋਣੀ ਹੈ, ਇਸ ਤਰ੍ਹਾਂ ਦੇ ਕਿੰਨੇ ਕਿੱਸੇ ਨੇ, ਕਿੰਨੇ ਕਿੱਸੇ ਨੇ, ਉਹ ਆਪਾਂ ਕਰਨੇ ਨੇ।
ਤੇ ਰਹਿਣਾ ਸਾਹਿਬ ਮੈਨੂੰ ਲੱਗਦਾ ਕਿ ਨਾ ਕੈਮਰੇ ਦੇ ਪਿੱਛੇ ਬੈਠੇ ਵੀ ਇਸ਼ਾਰਾ ਆ ਰਿਹਾ ਸੋਨੂੰ ਦਾ ਕਿ ਮਤਲਬ ਕਿ ਟਾਈਮ ਹੋ ਗਿਆ ਪੂਰਾ, ਠੀਕ ਹੈ ਤਾਂ ਸਮਾਪਤ ਕਰੋ ਹੈ ਨਾ, ਆਪਾਂ ਪਾਰਟ 1 ਨੂੰ ਇੱਥੇ ਕਰਦੇ ਹਾਂ ਕਿਉਂਕਿ ਸਵਾਲ ਤਾਂ ਮੈਨੂੰ ਲੱਗਦਾ 2-3 ਹੀ ਹੋਏ ਮੇਰੇ ਤੇ ਉਹ ਸਵਾਲ ਤਾਂ ਹੋਏ ਨਹੀਂ, ਤੁਹਾਡੇ ਜਵਾਬ ਹੀ ਬਹੁਤ ਲੰਬੇ ਲੰਬੇ ਨੇ, ਲੰਬੇ ਜਵਾਬ ਨਹੀਂ, ਹੁਣ ਪਤਾ ਕੀ ਹੈ ਇੰਟਰਸਟਿੰਗ ਗੱਲਾਂ ਨੇ ਐਕਸਪੀਰੀਅੰਸ ਲਾਈਫ ਦੇ ਮੈਂ ਉਹ ਦੱਸ ਰਿਹਾ ਐਕਸਪੀਰੀਅੰਸ ਜਿਹੜੇ, ਪਰ ਮੈਂ ਉਹ ਸਾਰੇ ਵਧੀਆ ਤਰੀਕੇ ਨਾਲ ਇਸ ਲਈ ਦੱਸ ਰਿਹਾ ਕਿ ਸਟਰਗਲ ਮੇਰੀ ਹੈਗੀ, ਬਿਲਕੁਲ ਬਿਲਕੁਲ ਡਿਫਰੈਂਟ ਸਟਰਗਲ ਹੈ, ਪਰ ਮੈਂ ਇਸ ਲਈ ਨਹੀਂ ਦੱਸ ਰਿਹਾ ਵੀ ਮੇਰੇ ਤੇ ਤਰਸ ਕਰੋ ਜੀ, ਤੁਸੀਂ ਦੇਖੋ ਵੀ ਰਾਣੇ ਨਾਲ ਬੜੀ ਜ਼ਿਆਦਤੀ ਹੋਈ, ਨਾ ਨਾ, ਮੈਂ ਰਸਤਾ ਚੁਣਿਆ ਸੀ, ਹਾਲਾਤਾਂ ਨੂੰ ਵਸ਼ ਕਰ ਰਿਹਾ ਸੀ, ਇੰਜ ਕਰਕੇ ਹੋਇਆ, ਬਸ ਇਹੀ ਕਹਾਣੀ। ਚਲੋ ਥੈਂਕ ਯੂ ਸੋ ਮਚ ਰਾਣਾ ਸਾਹਿਬ, ਆਪਾਂ ਹੁਣ ਨਾ ਅਗਲੇ ਪਾਰਟ ਦੇ ਵਿੱਚ ਜਾ ਕੇ ਹੋਰ ਗੱਲਾਂ ਬਾਤਾਂ ਕਰਾਂਗੇ, ਅੱਜ ਪਹਿਲੇ ਪਾਰਟ ਦੇ ਵਿੱਚ ਦਿਓ ਆ ਗਿਆ ਹੈ, ਜ਼ਰੂਰ ਕਰਾਂ। ਸਤੀ ਜੀ ਧੰਨਵਾਦ, ਸਤਰੰਗ ਦੇ ਦਰਸ਼ਕਾਂ ਨੂੰ ਮੇਰੀ ਗੁਜ਼ਾਰਿਸ਼ ਹੈ, ਕੋਈ ਗਲਤੀ ਹੋਈ ਹੋਵੇ ਮਾਫ਼ ਕਰਨਾ, ਇਹਨਾਂ ਨਾਲ ਇੰਟਰਵਿਊ ਕਰਕੇ ਸਤੀ ਜੀ ਨਾਲ ਬਹੁਤ ਖੁਸ਼ੀ ਹੋਈ, ਅਤੇ ਆਪਾਂ ਅਗਲੀ ਵਾਰੀ ਮਿਲਦੇ ਹਾਂ ਜੀ, ਹੁਣ ਪਾਰਟ 2 ਦੇ ਵਿੱਚ ਚੱਲਦੇ ਹਾਂ। ਸੋ ਕਿਵੇਂ ਦਾ ਲੱਗਿਆ ਹੈ ਪਾਰਟ 1 ਵੀਡੀਓ, ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਨੂੰ ਤਾਂ ਬੜਾ ਮਜ਼ਾ ਆਇਆ ਰਾਣਾ ਜੰਗ ਬਹਾਦਰ ਸਾਹਿਬ ਦੇ ਨਾਲ ਗੱਲਬਾਤ ਕਰਕੇ, ਤੁਹਾਨੂੰ ਵੀ ਬਹੁਤ ਵਧੀਆ ਲੱਗੀ ਹੋਊਗੀ ਇੰਟਰਵਿਊ। ਸੋ ਚੈਨਲ ਸਤਰੰਗ ਨੂੰ ਜਿਹਨਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਮਿਲਾਂਗੇ ਪਾਰਟ 2 ਦੇ ਵਿੱਚ ਦਿਓ ਆ ਗਿਆ, ਧੰਨਵਾਦ।